ਮੈਨੂੰ ਲੱਗਦਾ ਕਿ ਜਦੋਂ ਹਸਬੰਦ ਲਾਈਫ ਚ ਚਲਾ ਜਾਂਦਾ ਹੈ ਤਾਂ ਤੁਸੀਂ ਉਦੋਂ ਇੱਕ ਪਤਨੀ ਵੀ ਨਹੀਂ ਰਹਿ ਜਾਂਦੇ ਮੈਨੂੰ ਲੱਗਦਾ ਇੱਕ ਔਰਤ 'ਚ ਫਿਰ ਇੱਕ ਮਾਂ ਬਚਦੀ ਆ ਮਾਂ ਦਾ ਵੀ ਅਸੀਂ ਮਾਂ ਵੀ ਅਸੀਂ ਤੇ ਪਿਓ ਵੀ ਅਸੀਂ ਤੇ ਬਾਕੀ ਸਾਰੇ ਘਰ ਦੀਆਂ ਨਾ ਜ਼ਿੰਮੇਵਾਰੀ ਤੇ ਔਰਤਾਂ ਨੂੰ ਕੁਛ ਨਾ ਕੁਛੇ ਕੰਮ ਜਰੂਰ ਕਰਨੇ ਚਾਹੀਦੇ ਨੇ ਜਿੰਨੇ ਜੇ ਪੜੀਆਂ ਤੇ ਉਹਨਾਂ ਨੂੰ ਕੋਈ ਨੌਕਰੀ ਕਰਨੀ ਚਾਹੀਦੀ ਆ ਜੇ ਨਹੀਂ ਵੀ ਪੜੀਆਂ ਤੇ ਉਹਨਾਂ ਨੂੰ ਕੋਈ ਨਾ ਕੋਈ ਆਪਣੇ ਕੰਮ ਧੰਦੇ ਕੋਈ ਆਪਣੇ ਛੋਟੇ ਮੋਟੇ ਆਪਣਾ ਜ਼ਰੂਰ ਕੰਮ ਆਉਣਾ ਚਾਹੀਦਾ ਵੀ ਕਦੇ ਵੀ ਕੋਈ ਵਿਪਤਾ ਪਵੇ ਤੇ ਕਦੇ ਅਸੀਂ ਕਿਸੇ ਤੇ ਬੋਝ ਨਾ ਬਣੀਏ। ਸਾਸ਼ਟ੍ਰੀ ਕਾਲ ਜੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਬਿਟਵੀਨ ਅਸ ਵਿਦ ਬਿੰਦੂ ਬਰਾੜ। ਮੇਰੀ ਅੱਜ ਦੀ ਮਹਿਮਾਨ ਬਹੁਤ ਹੀ ਖੂਬਸੂਰਤ ਹੈ। ਮੈਨੂੰ ਤਾਂ ਬਹੁਤ ਹੀ ਖੂਬਸੂਰਤ ਲੱਗ ਰਹੀ ਆ ਤੁਸੀਂ ਉਹਨਾਂ ਨੂੰ ਅਕਸਰ ਪੰਜਾਬੀ ਮੂਵੀਜ਼ ਦੇ ਵਿੱਚ ਵੇਖਿਆ ਹੋਊਗਾ। ਉਹਨਾਂ ਨੇ 70-80 ਦੇ ਕਰੀਬ ਪੰਜਾਬੀ ਮੂਵੀਜ਼ ਕੀਤੀਆਂ ਹੋਈਆਂ। ਹਿੰਦੀ ਮੂਵੀਜ਼ ਕੀਤੀਆਂ ਹੋਈਆਂ ਐਂਡ ਬਹੁਤ ਸਾਰੇ ਪੰਜਾਬੀ ਸੌਂਗਸ ਦੇ ਵਿੱਚ ਵੀ ਤੁਸੀਂ ਉਹਨਾਂ ਨੂੰ ਦੇਖਿਆ ਹੈ ਮੇਰੀ ਮੁਰਾਦ ਹੈ ਸਤਵੰਤ ਕੌਰ ਜੀ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਸਤਵੰਤ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਸੌਰੀ ਤੁਹਾਨੂੰ ਅੱਜ ਅਸੀਂ ਥੋੜਾ ਲੇਟ ਕਰਤਾ ਵੈਸੇ ਬਟ ਬਹੁਤ ਹੀ ਚੰਗਾ ਲੱਗ ਰਿਹਾ ਤੁਹਾਨੂੰ ਮਿਲ ਕੇ ਕੋਈ ਨਾ ਗੱਲਬਾਤ ਕਰਕੇ ਜਿੰਨਾ ਮੈਂ ਸ਼ਾਇਦ ਤੁਹਾਨੂੰ ਲੇਟ ਕਰਵਾਇਆ ਹੁਣ ਆਪਣੀ ਕਾਫੀ ਟਾਈਮ ਤੋਂ ਗੱਲ ਚਾਹਤ ਰਹੀ ਹਾਂ ਨਾ ਮਿਲਣ ਦੀ ਤੇ ਮੈਨੂੰ ਲੱਗਦਾ ਕਿ ਉਹ ਅੱਜ ਜਿਹੜੇ ਘਾਟੇ ਵੱਧਦੇ ਸੀ ਆਪਣੇ ਪੂਰੇ ਹੋ ਗਏ ਪੂਰੇ ਹੋ ਗਏ ਬਹੁਤ ਬਹੁਤ ਅੱਛਾ ਲੱਗ ਰਿਹਾ ਤੁਹਾਨੂੰ ਮਿਲ ਕੇ ਮੈਂ ਤੁਹਾਨੂੰ ਸ਼੍ਰੀਤਾਜ ਦੀ ਜਿਹੜੀ ਤੁਹਾਡੀ ਮੂਵੀ ਚੱਲ ਰਹੀ ਹੈ ਇੱਕ ਹਰੀਸ਼ ਬਰਮਾ ਜੀ ਦੇ ਨਾਲ ਉਹ ਤੇ ਉੱਥੇ ਸੈੱਟ ਤੇ ਮੈਂ ਤੁਹਾਨੂੰ ਥੋੜਾ ਜਿਹਾ ਮਿਲੀ ਸੀ ਤਾਂ ਮੈਨੂੰ ਬਹੁਤ ਹੀ ਆਪਣਾ ਪੰਜਾ ਲੱਗਿਆ ਸੀ ਤਾਂ ਮੈਂ ਨਾ ਉਦੋਂ ਤੋਂ ਸੋਚਿਆ ਸੀ ਕਿ ਮੈਂ ਤੁਹਾਨੂੰ ਮਿਲਣਾ ਹੈ ਹਾਂਜੀ ਮੈਨੂੰ ਪਤਾ ਹੈ ਮੈਂ ਅ ਸ਼ਾਇਦ ਮੈਂ ਪਰਲੀ ਸਾਈਡ ਤੇ ਖੜੀ ਸੀਗੀ ਸਾਡਾ ਸ਼ੋਰ ਚੰਦਰ ਨੇ ਸੀਗਾ ਤੇ ਮੈਨੂੰ ਜਦੋਂ ਪਤਾ ਲੱਗਾ ਕਿ ਅ ਸविताਜ ਸਵਰਾਜ ਸविताਜ ਵੀ ਉਹਨਾਂ ਦੇ ਮਮਾ ਆਏ ਹੋਏ ਨੇ ਤਾਂ ਮੈਂ ਅ ਦਰਸ ਸਪੈਸ਼ਲ ਫੇ ਤੁਹਾਨੂੰ ਤੁਸੀਂ ਮੈਨੇਟਰ ਕੋਲੇ ਬੈਠੇ ਸੀ ਮੈਂ ਤੁਹਾਨੂੰ ਮਿਲਣ ਆਈ ਸੀਗੀ ਨਹੀਂ ਕੁਝ ਨਾ ਚਿਹਰੇ ਹੀ ਐਦਾ ਉਹਨਾਂ ਕੋਲੋਂ ਬੜੀਆਂ ਪੋਜ਼ਿਟਿਵ ਵਾਈਬਸ ਆਉਂਦੀਆਂ ਸੋ ਮੈਨੂੰ ਤੁਹਾਡੇ ਤੋਂ ਬੜੀਆਂ ਪੋਜ਼ਿਟਿਵ ਵਾਈਬਸ ਆਈਆਂ ਸੀ ਤਾਂ ਉਹ ਉਨੀ ਕੀ ਜਿਹੜੀ ਮਿਲਣੀ ਸੀ ਨਾ ਤਾਂ ਉਹ ਇੱਕ ਦਿਲਚਸਪੰਨਾ ਹੋ ਗਈ ਸੀ ਕਿ ਮੈਂ ਜਰੂਰ ਮਿਲੂੰਗੀ ਦੁਬਾਰਾ ਹਾਂਜੀ ਮੈਨੂੰ ਲੱਗਦਾ ਆਪਾਂ ਕੁਝ ਸੈਕੰਡ ਹੀ ਮਿਲੇ ਸੀਗੇ ਹੈ ਨਾ ਕੁਝ ਬਹੁਤ ਥੋੜਾ ਜ ਮੈਂ ਤੁਹਾਡੇ ਨਾਲ ਇੱਕ ਸੈਲਫੀ ਲਈ ਸੀ ਹਾਂਜੀ ਹਾਂ ਮੇਰੇ ਕੋਲ ਪੰਜ ਚਾਰ ਕਮਿਨਿਟੀ ਸੀਗੇ ਇਹਨਾਂ ਨੂੰ ਸਾਡਾ ਪੈਕਅਪ ਹੋ ਗਿਆ ਸੀ ਫਿਰ ਹਾਂਜੀ ਤੁਸੀਂ ਜਾ ਹੀ ਰਹੇ ਸੀ ਉਦੋਂ ਸੋ ਅੱਜ ਦੀ ਮਿਲਣੀ ਆਪਾਂ ਤੁਹਾਡੀ ਜ਼ਿੰਦਗੀ ਦੇ ਤੁਹਾਡੀ ਹੁਣ ਤੱਕ ਦੀ ਜਰਨੀ ਜਿਹੜੀ ਹੈ movies ਦੀ life ਦੀ ਕਿਵੇਂ ਆਪਾਂ ਗੱਲਬਾਤ ਕਰਦੇ ਹਾਂ ਤੇ ਨਾਲੇ ਸਰੋਧਿਆਂ ਨੂੰ ਵੀ ਦੱਸਦੇ ਹਾਂ ਕਿ ਜਿਹੜੇ ਮੁਕਾਮ ਤੇ ਅਸੀਂ ਜਿੱਦਾਂ ਪਹੁੰਚਦੇ ਆ ਤਾਂ ਉਹ ਕੋਈ ਵੀ ਮੁਕਾਮ ਹਾਸਲ ਕਰਨਾ ਸੌਖਾ ਨਹੀਂ ਹੁੰਦਾ ਇਹਨਾਂ ਸੋ ਦੇਖ ਕੇ ਲੱਗਦਾ ਹੁੰਦਾ ਕਿ ਕੋਈ ਹਾਂ ਕਿੱਥੇ ਪਹੁੰਚਿਆ ਠੀਕ ਹੋ ਕੇ ਬਟ ਉਹ ਸ਼ੁਰੂ ਤੋਂ ਲੈ ਕੇ ਉੱਥੇ ਤੱਕ ਦੀ ਜਿਹੜੀ ਜਰਨੀ ਆ ਉਹ ਕਾਫੀ ਟਫ ਹੁੰਦੀ ਹੈ ਹਾਂਜੀ ਬਿਲਕੁਲ ਬਹੁਤ ਟਫ ਹੁੰਦੀ ਹੈ ਇਹਦੇ ਪਿੱਛੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਵੀ ਇਹਨੇ ਕਿੰਨੇ ਘਾਲਣਾ ਘਾਲੀ ਆ ਜਾਕੀ ਨੇ ਸਟਰਗਲ ਕੀਤੀ ਆਪਣੀ ਲਾਈਫ ਦੇ ਵਿੱਚ ਜੇ ਮਾੜਾ ਮੋਟਾ ਕਿਸੇ ਦਾ ਨਾਮ ਹੁੰਦਾ ਤਾਂ ਨਾ ਹਾਂਜੀ ਹਾਂਜੀ ਤੇ ਉਹਦੇ ਪਿੱਛੇ ਮਿਹਨਤ ਬਹੁਤ ਹੁੰਦੀ ਹੈ ਹਾਂ ਬਿਲਕੁਲ ਤੇ ਆਪਾਂ ਪਿਆਰੀ ਜੀ ਏਜ ਤੋਂ ਗੱਲ ਸਟਾਰਟ ਕਰਾਂਗੇ ਸਕੂਲ ਵਾਲੀ ਤੋਂ ਸਕੂਲ ਲਾਈਫ ਮੈਨੂੰ ਉਦੋਂ ਦੇ ਕੁਝ ਦੱਸੋ ਸਕੂਲਿੰਗ ਤੁਹਾਡੀ ਤੁਸੀਂ ਸਰਸੇ ਤੋਂ ਵੈਸੇ ਐਂਡ ਮੋਗੇ ਮੈਰਿਡ ਹਾਂਜੀ ਹੈ ਸਰਸੇ ਤੋਂ ਹੈਗੀ ਆ ਵੈਸੇ ਬੇਸਿਕਲੀ ਅਸੀਂ ਮੋਗੇ ਤੋਂ ਹੀ ਬਿਲੋਂਗ ਕਰਦੇ ਹਾਂ ਅੱਛਾ ਜੀ ਹਨਾ ਮੇਰੇ ਫਾਦਰ ਸਾਹਿਬ ਵੀ ਉੱਥੋਂ ਦੇ ਪਿੰਡ ਖੋਟੇ ਸਾਡਾ ਜੱਦੀ ਪਿੰਡ ਕਹ ਸਕਦੇ ਦਾਦਕੀ ਪਿੰਡ ਪਿੰਡ ਖੋਟਿਆ ਹਨ ਮੋਗੇ ਦੇ ਨੇੜੇ ਪੈ ਜਾਂਦਾ ਆ ਬਾਕੀ ਪੁਰਾਣੇ ਦੀ ਨੜੇ ਟੜੇ ਤਾਂ ਮੇਰੇ ਫਾਦਰ ਸਾਹਿਬ ਹੀ ਇਕੱਲੇ ਸਰਸੇ ਚ ਲਗੇ ਸੀ ਹੋਰ ਸਾਡਾ ਕੋਈ ਰਿਸ਼ਤੇਦਾਰ ਕੋਈ ਨਹੀਂ ਉੱਥੇ ਰਿਸ਼ਤੇਦਾਰੀ ਸਾਡੀ ਸਾਰੀ ਇਧਰ ਪੰਜਾਬ ਜੀ ਆ ਕੋਟਪੁਰੇ ਮੋਗੇ ਮੁਕਸਰ ਇਧਰ ਹੀ ਆ ਸਾਡਾ ਸਾਰਾ ਗੜ ਹਨਾ ਤੇ ਨੈਚਰਲੀ ਕਿ ਮੇਰਾ ਜਨਮ ਉੱਥੋਂ ਦਾ ਹੀ ਆ ਮੇਰੇ ਦੋ ਸਿਸਟਰ ਦਾ ਜਨਮ ਇਹ ਤੋਂ ਕੋਟਕਪੁਰੇ ਦਾ ਸੀਗਾ ਤੇ ਅਸੀਂ ਵਾਕੀ ਤੇ 3-4 ਪਿੰਡਪਰਾ ਸਾਰੇ ਸਰਸੇ ਤੋਂ ਹੀ ਆ ਉੱਥੇ ਸਾਡਾ ਜਨਮ ਹੋਇਆ ਸੀਗਾ ਤੇ ਸਕੂਲਿੰਗ ਵੀ ਫਿਰ ਉੱਥੇ ਹੋਣੀ ਸੀਗੀ ਤੇ ਵਿਆਹ ਮੇਰਾ ਮੈਰਿਜ ਮੇਰੀ ਮੁਗੇ ਹੋਈ ਹੈ ਕਿਉਂਕਿ ਰਿਸ਼ਤੇਦਾਰ ਤਾਂ ਫਿਰ ਇੱਧਰ ਹੀ ਸੀਗੇ ਸਾਰੇ ਆਪਣੇ ਹਨਾ ਤਾਂ ਕਰਕੇ ਵੀ ਮੈਰਿਜ ਮੇਰੀ ਮੁਗੇ ਹੋਈ ਹੈ ਤੇ ਰਹੇ ਅਸੀਂ ਹੁਣ ਮਹੱਲੀ ਚ ਰਹੇ ਹਾਂ ਜਦੋਂ ਆਪਣੀ ਸਕੂਲਾਂ ਦਾ ਮਾਹੌਲ ਸੀ ਉਦੋਂ ਪੰਜਾਬੀ ਇੰਡਸਟਰੀ ਜਿੰਨੀ ਹੁਣ ਪਰਫੁੱਲਤ ਐ ਇੰਨੀ ਨਹੀਂ ਸੀ ਸਿੰਗਰਸ ਵੀ ਮੈਨੂੰ ਲੱਗਦਾ ਬਹੁਤ ਗਿਨੇ ਚੁਨੇ ਸੀਗੇ ਇਸ ਲਾਈਨ ਚਾਏ ਜਿੰਨਾ ਗੁਰਦਾਸ ਮਾਨ ਸਾਹਿਬ ਜੀ ਔਰ ਮੈਨੂੰ ਪਤਾ ਲੱਗਿਆ ਕਿ ਤੁਸੀਂ ਉਹਨਾਂ ਦੇ ਬੜੇ ਫੈਨ ਸੀ ਉਹਨਾਂ ਦੇ ਉਹਨਾਂ ਦਾ ਪ੍ਰੋਗਰਾਮ ਦੇਖਣਾ ਜਾਂ ਉਹਨਾਂ ਦਾ ਹੈਨਾ ਬੁੱਕ ਵਗੈਰਾ ਲੈ ਕੇ ਪੜਨੀ ਉਹਨਾਂ ਦੇ Song ਦੀ ਉਹ ਮੈਨੂੰ ਸੁਣਾਇਓ ਕਿੱਸਾ ਓ ਮੈਂ ਗੁਰਦਾਸ ਮਾਨ ਸਾਹਿਬ ਉਦੋਂ ਮੈਂ 10th ਚ ਪੜ੍ਹਦੀ ਸੀਗੀ ਸਾਡੇ ਘਰ 'ਚ ਫਿਲਮਾਂ ਦੇਖਣ ਦਾ ਰਿਵਾਜ ਨਹੀਂ ਸੀਗਾ ਹੈਨਾ ਥੀਏਟਰਾਂ 'ਚ ਜਾਣ ਦਾ ਤੇ ਕਿਉਂਕਿ ਮਾਹੌਲ ਬਿਲਕੁਲ ਹੀ ਡਿਫਰੈਂਟ ਹੈਗਾ ਸਾਡੇ ਘਰ ਦਾ ਨਾ ਬੜਾ ਧਾਰਮਿਕ ਮਾਹੌਲਾ ਤੇਸ ਕਰਕੇ ਫਿਲਮਾਂ ਦੇਖਣੀਆਂ ਫਿਲਮਾਂ ਸੁਣਨੀਆਂ ਇਹ ਦਾ ਥੀਏਟਰ ਕਰਨਾ ਇਹ ਪਤਾ ਹੀ ਨਹੀਂ ਕਿਸੇ ਨੂੰ ਤਾਂ ਮੈਂ ਜਦੋਂ 10th ਵਿੱਚ ਹੋ ਗਈ ਤਾਂ ਫਿਰ ਮੈਨੂੰ ਐ ਸੀਗਾ ਵੀ ਸਾਡਾ ਅਸੀਂ ਕੁੜੀਆਂ ਦੇ ਸਕੂਲ 'ਚ ਮੈਂ ਪੜ੍ਹਦੀ ਸੀ ਤੇ ਮਾਨ ਸਾਹਿਬ ਦੀ ਫਿਲਮ ਬੜੀ ਸੁਪਰ ਟੂਪਰ ਹਿੱਟ ਸੀ ਚੱਲ ਰਹੀ ਸੀ ਮਾਮਲਾ ਗੜਬੜਾ ਤੇ ਅਸੀਂ ਕੁੜੀਆਂ ਨੇ ਇਕੱਠੇ ਹੋ ਕੇ ਮੈਡਮ ਨੂੰ ਕਿਹਾ ਮੈਮ ਸਾਨੂੰ ਫਿਲਮ ਦਿਖਾ ਲੋ ਅਸੀਂ ਕਦੇ ਫਿਲਮ ਦੇਖੀ ਨਹੀਂ تھیატਰ ਹੀ ਨਹੀਂ ਕਦੇ ਦੇਖਿਆ ਸੀ ਨਾ ਤਾਂ ਮੈਮ ਫਿਰ ਇਕੱਲੇ ਤਾਂ ਲੈ ਕੇ ਨਹੀਂ ਸੀ ਜਾ ਸਕਦੇ ਕਿ ਉਹਨੇ ਫਿਰ ਪ੍ਰਿੰਸੀਪਲ ਨਾਲ ਸਲਾਹ ਕੀਤੀ ਵੀ ਅਦਾ ਕੁੜੀਆਂ ਬਹੁਤ ਮਗਰਪਈਆਂ ਨੇ ਤੇ ਕਹਿੰਦੇ ਚਲੋ ਠੀਕ ਹੈ ਤੁਸੀਂ ਜਾਓ ਕਿਸੇ ਦਿਨ ਸ਼ਨੀਵਾਰ ਨੂੰ ਤੁਸੀਂ ਜਾਓ ਹਨਾ ਤਾਂ ਕਿਉਂਕਿ ਮਾਨ ਸਾਹਿਬ ਅਸੀਂ ਟੀਵੀ ਵੀ ਮੇਰੇ ਖਿਆਲ ਚ ਉਹਦਾ ਸਾਡੇ ਘਰੇ ਨਹੀਂ ਸੀਗਾ ਫਸਟ ਟਾਈਮ ਟੀਵੀ ਵੀ ਨਹੀਂ ਸੀਗਾ ਟੀਵੀ ਕਾਫੇ ਟਾਈਮ ਮਗਰੋਂ ਆਇਆ ਸੀ ਦਿਖ ਰਿਹਾ ਹੈ ਨਾ ਤੇ ਅਸੀਂ ਜिद ਕਰ ਲਈ ਵੀ ਨਹੀਂ ਅਸੀਂ ਆਪਣੇ ਆਪਣੇ ਪੈਸੇ ਪਾਲਾਂਗੇ ਸਾਨੂੰ ਲੈ ਚੋ ਸਾਨੂੰ ਲੈ ਚੋ ਫਿਲਮ ਦਿਖਾ ਦੋ ਉਹ ਫਿਲਮ ਮੈਂ ਪਹਿਲੀ ਵਾਰ ਸਾਨੂੰ ਅਸੀਂ ਥੀਏਟਰ ਚ ਦੇਖੀ ਸੀਗੀ ਹੈ ਨਾ ਸਾਰੀ ਅੰਮ੍ਰਿਤਕਲ ਕੋਈ 10 12 ਕੁੜੀਆਂ ਸੀਗੀਆਂ ਅਸੀਂ 9th ਦੀਆਂ 10th ਦੀਆਂ ਇਕੱਠੇ ਹੋ ਕੇ ਸਾਰੀ ਜਿਆਦੀਆਂ ਵੀ ਹੋ ਸਕਦੀਆਂ ਨਾ ਤੇ 3-4 ਸਾਡੀਆਂ ਮੈਡਮਾਂ ਨਾਲ ਗਈਆਂ ਸੀ ਤਾਂ ਉਹ ਫਿਲਮ ਅਸੀਂ ਦੇਖੀ ਉੱਥੇ ਉਹਦੇ ਦੇਖਣ ਤੋਂ ਬਾਅਦ ਫਿਰ ਮੈਨੂੰ ਇੱਕ ਸ਼ੌਂਕ ਜਿਹਾ ਪੈਦਾ ਹੋਇਆ ਮੈਂ ਕਿਹਾ ਅੱਛਾ ਮੈਨੂੰ ਮੇਰੀ ਲੁੱਕ ਅ ਦਲਜੀਤ ਕੋਰ ਵਰਗੀ ਲੱਗਦੀ ਹੋਣੀ ਹੈ ਨਾ ਸਾਰੇ ਹਾਂਜੀ ਤੋਂ ਬਾਅਦ ਮੈਨੂੰ ਸਾਰੇ ਕਹਿਣ ਕਿ ਤੇਰੀ ਲੁੱਕ ਤਾਂ ਮਤਲਬ ਜਿਹੜੀ ਗੁਰਦਾਸ ਮਨ ਦੀ ਹੀਰੋਇਨਾਂ ਤੇਰੀ ਲੁੱਕ ਉਹਦੀ ਵਰਗੀ ਲੱਗਦੀ ਹੈ ਵੀ ਆ ਵੀਰੋਂ ਮੈਨੂੰ ਕਿੱਟੀ ਕਹਿਣ ਲੱਗੇ ਅੱਛਾ ਉਹਦੇ ਚੋ ਕਰੈਕਟਰ ਦਾ ਨਾਮ ਉਹਨਾਂ ਦਾ ਕਿੱਟੀ ਹਾਂ ਮੇਰੇ ਮੈਨੂੰ ਲੱਗਦਾ ਕਿ ਮੈਨੂੰ ਲੱਗਦਾ ਵੀ ਉਹਦੇ ਵਿੱਚ ਕਰੈਕਟਰ ਮੈਡਮ ਦਾ ਨਾਮ ਕਿੱਟੀ ਸੀਗਾ ਦਿਲਜੀਤ ਕੌਰ ਜੀ ਦਾ ਉਹਨਾਂ ਦਾ ਨਾਮ ਮੇਰੇ ਲੱਗਦਾ ਕਿੱਟੀ ਸੀਗਾ ਤੇ ਮੈਨੂੰ ਫਿਰ ਕਿੱਟੀ ਕਹਿਣ ਲੱਗੇ ਤੇ ਮੇਰੇ ਨਾਲ ਜਿਹੜੀ ਕੁੜੀ ਸੀਗੀ ਸਾਡੀ ਅਸੀਂ ਬਹੁਤ ਮੇਰੇ ਬੈਸਟ ਫਰੈਂਡ ਸੀਗੀ ਤੇ ਉਦੋਂ ਉਹਦੀ ਆਵਾਜ਼ ਥੋੜੀ ਜਿਹੀ ਭਾਰੀ ਸੀਗੀ ਉਹਨੂੰ ਗੁਰਦਾਸ ਮਾਨ ਕਹਿਣ ਲੱਗੇ ਜਦੋਂ ਸ਼ਨੀਵਾਰ ਨੂੰ ਥੋੜਾ ਜਿਹਾ ਹੁੰਦਾ ਸੀ ਸ਼ਨੀਵਾਰ ਨੂੰ ਸਾਰਾ ਦਿਨ ਬਾਲ ਸਭਾ ਹੀ ਲੱਗਦੀ ਸੀ ਉਸ ਟਾਈਮ ਤੇ ਜਿਵੇਂ ਆਪਾਂ ਕਹਿੰਦੇ ਹਾਂ ਨਾ ਵੀ ਸਾਰਾ ਦਿਨ ਆਪਣੀ ਕਲਾਸ ਦੇ ਵਿੱਚ ਗਾਣੇ ਗੁਣੇ ਗਾਣੇ ਤੇ ਫਿਰ ਸਾਨੂੰ ਸਵੇਰੇ ਕਹਦਣਾ ਚੱਲ ਵੀ ਗੁਰਦਾਸ ਮੰਤ ਤੇ ਕਿੱਟੀ ਖੜੀ ਹੋ ਜੂ ਫਿਰ ਅਸੀਂ ਉਹਨਾਂ ਦੀ ਇੱਕ ਬੁੱਕ ਲਈ ਪਹਿਲਾਂ ਤਾਂ ਛੋਟੇ ਮੋਟੇ ਸਾਨੂੰ ਕਿਹੜਾ ਕੋਈ ਗਾਣਾ ਆਉਂਦਾ ਸੀ ਆ ਵੀ ਮਾੜਾ ਮੋਟਾ ਆ ਵੀ ਲੱਗੇ ਰਹਿੰਦੇ ਸੀ ਨਾ ਫਿਰ ਅਸੀਂ ਉਹਨਾਂ ਦੀ ਇੱਕ ਬੁੱਕ ਖਰੀਦੀ ਜਿਹਦੇ ਵਿੱਚ ਮਾਨ ਸਾਹਿਬ ਦੇ ਸਾਰੇ ਗਾਣੇ ਆ ਉਹ ਕਾਫੀ ਟਾਈਮ ਤੱਕ ਮੇਰੇ ਘਰ ਵੀ ਪਈ ਰਹੀ ਆ ਇਹ ਮੈਰਿਜ ਹੋ ਗਿਆ ਉਸ ਤੋਂ ਬਾਅਦ ਮੈਨੂੰ ਲੱਗਦਾ ਪਤਾ ਨਹੀਂ ਇਧਰ ਉਧਰ ਕਰਤੀ ਹੋਣੀ ਸਾਰੇ ਹਨ ਤੇ ਉਹ ਅਸੀਂ ਫਿਰ ਗਾਣੇ ਅਸੀਂ ਤਿਆਰ ਕਰਨੇ ਵੀ ਅੱਛਾ ਹੁੰਦਾ ਆਪਾਂ ਛੱਲਾ ਅੱਜ ਸ਼ਨੀਵਾਰ ਨੂੰ ਆਪਾਂ ਛੱਲਾ ਬੋਲਾਂਗੇ ਅੱਜ ਆਪਾਂ ਧੱਗਰੀ ਵੀ ਗਈ ਫੁਲਕਾਰੀਆਂ ਵੀ ਗਈਆਂ ਤੇ ਸੱਜਣਾ ਵੀ ਸੱਜਣਾ ਇਹ ਬੜੇ ਹਿੱਟ Song ਸੀ ਨਾ ਅਸੀਂ ਫਿਰ ਜਿਵੇਂ ਟੁੱਟੇ-ਫੁੱਟੇ ਅਸੀਂ ਗਾਉਂਦੇ ਰਹਿੰਦੇ ਹੁੰਦੇ ਸੀਗੇ ਇਹ ਸਾਡਾ ਉਹ ਚੱਲਦਾ ਹੁੰਦਾ ਸੀ ਉਸ ਤੋਂ ਬਾਅਦ ਮੇਰਾ ਮੈਨੂੰ ਫਿਰ ਜਿਵੇਂ ਸਾਰੇ ਕਹਿਣ ਲੱਗੇ ਕਿ ਤੂੰ ਸੋਹਣੀ ਆ ਤੂੰ ਸੋਹਣੀ ਆ ਤੂੰ ਆਪਣੇ ਤੂੰ ਸਿੰਗਰ ਬਣ ਜਾ ਮੈਂ ਕਿਵੇਂ ਬਣਦਾ ਹੁੰਦਾ ਸਿੰਗਰ ਕਹਿੰਦੀ ਬੱਸ ਜਿਵੇਂ ਤੂੰ ਗਾਉਣੀ ਹੈ ਹੋਰ ਤੂੰ ਸਿੱਖ ਲਾ ਇਹ ਹਨਾ ਤੈਨੂੰ ਮਿਊਜ਼ਿਕ ਵਗੈਰਾ ਹਾਰਮੋਨੀਅਮ ਸਿੱਖ ਲਾ ਤਾਂ ਤੂੰ ਵਧੀਆ ਤਰੀਕੇ ਨਾਲ ਤੂੰ ਗਾਉਣਾ ਲੱਗ ਜੇ ਮਤਲਬ ਗਾਉਣਾ ਸਿੱਖ ਜੇਗੀ ਫਿਰ ਇਦਾਂ ਹੀ ਸਾਡੇ ਟੀਚਰ ਉਹ ਵੀ ਮੈਨੂੰ ਕਹਿੰਦੇ ਕਹਿੰਦੇ ਤੂੰ ਬੜੀ ਸੋਹਣੀ ਆ ਤੇ ਤੂੰ ਇਦਾਂ ਕਰ ਆਪਣੇ ਘਰ ਦੇ ਹਨ ਕਿਸੇ ਨੂੰ ਬੁਲਾ ਕੇ ਲਿਆ ਤੇ ਮੈਂ ਉਹਨਾਂ ਨੂੰ ਕਹਿੰਨੀ ਆ ਵੀ ਤੈਨੂੰ ਕਿਤੇ ਕੋਚਿੰਗ ਦਾ ਵਾਦਨ ਕਿ ਕਿਤੇ ਸਿੱਖਣਾ ਵਾਸਤੇ ਲਾ ਦਨਗੇ ਤੈਨੂੰ ਮੈਂ ਕਬਿਸ ਮੇਰੇ ਘਰ ਦੇਣੇ ਨਹੀਂ ਮੰਦਣਾ ਕਹਿੰਦੇ ਨਹੀਂ ਤੂੰ ਲੈ ਕੇ ਆਈ ਮੈਂ ਸਮਝਾ ਲੂੰਗੀ ਸਾਡੇ ਮੈਡਮ ਗੱਲ ਲੱਗੇ ਇਹ ਇੱਕ ਦਿਨ ਮੈਂ ਮੌਕਾ ਜੇ ਵੇਖ ਕੇ ਆਪਣੇ ਵੀਜਨ ਗਿਆ ਮੈਂ ਕਿਹਾ ਵੀ ਇੱਦਾਂ ਕਰਕੇ ਤੋਨੂੰ ਸਾਡੇ ਭੈਣ ਜੀ ਬੁਲਾਉਂਦੇ ਨੇ ਭੈਣ ਜੀ ਕਹਿੰਦੇ ਹੁੰਦੇ ਜੈਸਾ ਹੁਣ ਹਾਂ ਜੀ ਤੇ ਮੈਂ ਕਿਹਾ ਭੈਣ ਜੀ ਬੁਲਾਉਂਦੇ ਨੇ ਕਹਿੰਦੇ ਕੀ ਹੋਇਆ ਵੀ ਕਦੋਂ ਬੁਲਾਉਂਦੇ ਨੇ ਮੈਂ ਕਿਹਾ ਵੈਸੇ ਹੀ ਉਹ ਕਹਿੰਦੇ ਵੀ ਮੈਂ ਗੱਲ ਕਰਨੀ ਜਾਂਦਾ ਨਾਲੋਂ ਕਹਿੰਦੇ ਕੋਈ ਗੱਲ ਕੋਈ ਗੱਲ ਤਾਂ ਹੋਣੀ ਤਾਂ ਹੀ ਮੈਨੂੰ ਬੁਲਾਇਆ ਵੀ ਮੈਂ ਉਹ ਸਾਡੀ ਮੰਮੀ ਦਾ ਸੁਆਹ ਇਦਾਂ ਦਾ ਸੀਗਾ ਵੀ ਉਹ ਕਦੇ ਸਕੂਲ ਨਹੀਂ ਗਈ ਸੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਸਕੂਲ ਦਾ ਸਾਡੇ ਫਾਦਰ ਸਾਹਿਬ ਨੇ ਸਾਡੇ ਇੱਕ ਵਾਰੀ ਐਡਮਿਸ਼ਨ ਕਰਾਤਾ ਉਸ ਤੋਂ ਬਾਅਦ ਨਹੀਂ ਸੀ ਕੋਈ ਸਕੂਲ ਆਉਂਦਾਗਾ ਇੱਕ ਵਾਰੀ ਐਡਮਿਸ਼ਨ ਹੋ ਗਿਆ ਸੀਗਾ ਜਿਹੜਾ ਪਹਿਲੇ ਦੂਜੀ ਸੀ ਹੁੰਦਾ ਸੀ ਉਸ ਤੋਂ ਬਾਅਦ ਕਦੇ ਨਹੀਂ ਸੀ ਆਉਂਦਾ ਕੋਈ ਪੇਰੈਂਟ ਟੀਚਰ ਮੀਟਿੰਗ ਨਹੀਂ ਸੀ ਨਾ ਨਾ ਕੁਝ ਨਹੀਂ ਸੀ ਇਦਾਂ ਦਾ ਹੁੰਦਾਗਾ ਹਾਂ ਅਗਲੀ ਨਵੀਂ ਕਲਾਸ ਆ ਗਈ ਅਗਲੀ ਕਲਾਸ ਦੇ ਪੈਸੇ ਦੇ ਦੋ ਜੀ ਬਸ ਨਵੀਂ ਮੈਂ ਪੰਜਵੀਂ ਚੋਗੀ ਮੈਂ ਚੌਥੀ ਚੋਗੀ ਮੈਂ ਇੰਨੀ ਚੋਗੀ ਤੇ ਉਹ ਫਿਰ ਪੈਸੇ ਦੇਹਿੰਦੇ ਸੀ ਚੱਲ ਫੀਸ ਦੇ ਦੇਣੀ ਮਤਲਬ ਉਹ ਆਉਂਦੇ ਨਹੀਂ ਸੀ ਹੁੰਦੇ ਕਿ ਜਿਵੇਂ ਅਸੀਂ ਹੁਣ ਜਾਂਦੇ ਸਕੂਲਾਂ ਦੇ ਵਿੱਚ ਉਦੋਂ ਨਹੀਂ ਸੀ ਐਦਾਂ ਦਾ ਕੁਝ ਵੀ ਤਾਂ ਉਹ ਫਿਰ ਮੇਰੇ ਬੀਜੀ ਕਹਿੰਦੇ ਵੀ ਨਹੀਂ ਮੈਂ ਤਾਂ ਨਹੀਂ ਆਉਣਾਗਾ ਵੀ ਉਹ ਪੁੱਠੇ ਮੱਤ ਦਿੰਦੀ ਆ ਐ ਨਹੀਂ ਕਹਿੰਦੀ ਹੈਗੇ ਵੀ ਚਲੋ ਕੋਈ ਕੀਰਤਨ ਵਗੈਰਾ ਸਿੱਖੋ ਤੁਸੀਂ ਤੇ ਗੁਰੂ ਘਰ ਨਾਲ ਜੁੜੋ ਹਣਾ ਵੀ ਤੁਹਾਨੂੰ ਪੁੱਠੇ ਕੰਮਨ ਲਾ ਰਹੇ ਆ ਇਹ ਕੰਜਰਾਂ ਵਾਲੇ ਕੰਮ ਰਹਿ ਗਏ ਤੁਹਾਡੇ ਕੋਲੇ ਗੁਰੂਈ ਕਾਮਣੀ ਹੈ ਤੇ ਵੀ ਇਹ ਜਿਹੜੇ ਗੁਰੂ ਹੁੰਦੇ ਨੇ ਜਾਂ ਮਾਸਟਰ ਹੁੰਦੇ ਨੇ ਮੈਡਮਾਂ ਹੁੰਦੀਆਂ ਵੀ ਉਹਨਾਂ ਨੂੰ ਕੋਈ ਚੰਗੇ ਕੰਮ ਵਾਸਤੇ ਪ੍ਰੇਰਿਤ ਕਰਨਾ ਚਾਹੀਦਾ ਬੱਚੇ ਨੂੰ ਕਿ ਨਾ ਕਿ ਇਹ ਪੁੱਠੇ ਕੰਮ ਵਾਸਤੇ ਮਤਲਬ ਸਾਡੇ ਟਾਈਮ ਤੇ ਇੰਨਾ ਪੁੱਠਾ ਕੰਮ ਗਿਣਿਆ ਜਾਂਦਾ ਸੀਗਾ ਮੰਨਦੇ ਸੀਗੇ ਇਹਨੋਂ ਨਾ ਵੀ ਚੰਗਾ ਕੰਮ ਨਹੀਂ ਹੈਗਾ ਕੁੜੀਆਂ ਸਿੰਗਿੰਗ ਦੇ ਵਿੱਚ ਹੁਣ ਉਸ ਤੋਂ ਬਾਅਦ ਫਿਰ ਜਦੋਂ ਸਾਡੇ ਘਰੇ ਫੋਨ ਸੌਰੀ ਫੋਨ ਕਹਿ ਰਿਆਂ ਟੀਵੀ ਆਇਆ ਫਿਰ ਟੀਵੀ ਤੇ ਅਸੀਂ ਦੇਖਿਆ ਗੁਰਦਾਸ ਮਾਨ ਸਾਹਿਬ ਨੂੰ ਜਾਂ ਮਲਕੀਤ ਜੀ ਹੋਗੇ ਜਾਂ ਹੋਰ ਸਰਦੂਸ਼ ਕੰਦਰ ਜੀ ਤੇ ਫਿਰ ਫਿਰ ਹੋਰ ਅੰਦਰ ਇੱਕ ਹੁੰਦਾ ਸੀ ਕਿ ਯਾਰ ਇਹ ਵੀ ਤਾਂ ਖਾਈ ਜਾਂਦੀ ਸੀ ਉਹ ਹੈਲਥੀਅਰ ਕੀ ਬਸ ਸੁਰਿੰਦਰ ਕੌਰ ਜੀ ਹਾਂ ਪ੍ਰਕਾਸ਼ ਕੌਰ ਜੀ ਸਰਬਜੀਤ ਜੀ ਮਤਲਬ ਇਹ ਰਦਾ ਹੁੰਦਾ ਸੀ ਕਿ ਯਾਰ ਕੁਝ ਕਰਨਾ ਚਾਹੀਦਾ ਕੁਝ ਬੰਦਨਾ ਚਾਹੀਦਾ ਹੈ ਇਹ ਵੀ ਦਿਖਾਈ ਜਾਂਦੀ ਹੈ ਨਹੀਂ ਇਹ ਵੀ ਤੇ ਫਿਰ ਮੈਂ ਕਈ ਵਾਰ ਉਹ ਸਾਡੀ ਮੰਮੀ ਨਾਲ ਕਹਣਾ ਬੀਬੀ ਇਹ ਵੀ ਤਾਂ ਗਾਉਂਦੀ ਹੀ ਨੇ ਲਾ ਗਾਉਂਦੀ ਆਉਣੀਆਂ ਇਹਨਾਂ ਦੇ ਘਰ ਦੇ ਇਹਨਾਂ ਨੂੰ ਕੁਝ ਕਹਿੰਦੇ ਨਹੀਂ ਉਹ ਸਾਡੀਆਂ ਕੁੜੀਆਂ ਨਹੀਂ ਨਿਕਾਉ ਸਕਦੀਆਂ ਚਲੋ ਠੀਕ ਹੈ ਉਸ ਤੋਂ ਬਾਅਦ ਫਿਰ ਆਪਾਂ ਚੁੱਪ ਹੋ ਗਏ ਕਹਿੰਦੇ ਤੇਰਾ ਵਿਆਹ ਕਰ ਦਿੰਨੇ ਆ ਤੂੰ ਆਪਣੇ ਘਰ ਜਾ ਕੇ ਜੋ ਮਰਜ਼ੀ ਕਰ ਜਾ ਮੈਂ ਇਸ ਇਸ ਗੱਲ ਤੇ ਆਉਂਗੀ ਕਿ ਜਿੱਦਾਂ ਪੇਰੈਂਟਸ ਕਹਿ ਦਿੰਦੇ ਆ ਕਿ ਕੁੜੀ ਨੂੰ ਕਿ ਆਪਦੀ ਜਿੱਦਾਂ ਕੋਈ ਉਦੋਂ ਜ਼ਿਆਦਾ ਹੁੰਦਾ ਸੀ ਹੁਣ ਤਾਂ ਬਹੁਤ ਮਾਹੌਲ ਦਾ ਫਰਕ ਆ ਗਿਆ ਹਾਂਜੀ ਹਾਂਜੀ ਤਾਂ ਉਦੋਂ ਜਦੋਂ ਤੁਹਾਡੇ ਮਦਰ ਨੇ ਤੁਹਾਨੂੰ ਇਹ ਗੱਲ ਗਈ ਤੁਸੀਂ ਆਪਣੀ ਇੱਛਾ ਦੱਸੀ ਹੈ ਨਾ ਜਿੱਦ ਆਪਾਂ ਗੱਲ ਕਰ ਰਹੇ ਸੀ ਤਾਂ ਉਹਨਾਂ ਨੇ ਕਿਹਾ ਕਿ ਇੱਥੇ ਨਹੀਂ ਹੋ ਸਕਦਾ ਤੂੰ ਆਪਣੇ ਘਰ ਜਾ ਕੇ ਇਹ ਕੰਮ ਕਰ ਲਈ ਹੈਨਾ ਜੋ ਵੀ ਤੇਰੀ ਇੱਛਾ ਹੈਗੀ ਆ ਤਾਂ ਉਦੋਂ ਨਾ ਇੱਕ ਕੁੜੀ ਕਿਤੇ ਨਾ ਕਿਤੇ ਅਸੀਂ ਸੁਪਨੇ ਸਜਾਉਣ ਲੱਗ ਜਾਂਦੇ ਆ ਕਿ ਠੀਕ ਹੈ ਮੇਰਾ ਉਹ ਆਪਣਾ ਘਰ ਹੋਊਗਾ ਤੇ ਉੱਥੇ ਜਾ ਕੇ ਮੈਂ ਆਪਣੀ ਇੱਛਾ ਪੂਰੀ ਕਰ ਸਕੂੰਗੀ ਮਦਰ ਤੂੰ ਇਹ ਸੁਣ ਤੋਂ ਬਾਅਦ ਜਦੋਂ ਤੁਹਾਡੀ ਮੈਰਿਜ ਹੋ ਗਈ ਤਾਂ ਤੁਹਾਡੇ ਹਸਬੰਦ ਤੋਂ ਵੀ ਤੁਹਾਨੂੰ ਇਹੀ ਸੁਣਨ ਨੂੰ ਮਿਲਿਆ ਫਿਰ ਇਹੀ ਜ਼ਰਨ ਮਿਲਿਆ ਸੀ ਜਿਹੜੀ ਜਿਹੜੀ ਉੱਥੇ ਇੱਕ 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 ਸਾਲ ਦੋ ਸਾਲਾਂ ਦੇ ਵਿੱਚ ਜਿਹੜੀ ਉੱਥੇ ਇੱਛਾ ਮੇਰੇ ਅੰਦਰ ਪੈਦਾ ਹੋਈ ਸੀ ਜਾਂ ਮੈਨੂੰ ਕਿਸੇ ਨੇ ਪੁਸ਼ ਕੀਤਾ ਮੇਰੀਆਂ ਸਹੇਲੀਆਂ ਨੇ ਵੀ ਤੂੰ ਸੋਹਣੀ ਆ ਤੂੰ ਐਂ ਦਾ ਕਰ ਤੂੰ ਐਂ ਦਾ ਕਰ ਲੈ ਤੂੰ ਐ ਬਨ ਜਾ ਤੂੰ ਐ ਬਨ ਜਾ ਇੱਕ ਉਹ ਜਿਹੜੀ ਮੈਨੂੰ ਪੰਪਿੰਗ ਕਰਦੀ ਉਹਨਾਂ ਨੇ ਹਵਾ ਦੇਤੀ ਜਿੰਨ ਕਾਸਤੇ ਨਾ ਉਹ ਸਹੁਰਿਆਂ ਦੇ ਘਰ ਆ ਕੇ ਬਿਲਕੁਲ ਹੀ ਉਹ ਮਿੱਟੀ ਹੋ ਗਈ ਮਿੱਟੀ ਐਦਾਂ ਹੋ ਗਈ ਕਿ ਅ ਅਸੀਂ ਮੋਗੇ ਸ਼ਹਿਰ ਦੇ ਵਿੱਚ ਹਨਾ ਤਾਂ ਮੈਂ ਆਪਣੇ ਹਸਨ ਨੂੰ ਇਦਾਂ ਕੋਈ 5-6 ਮਹੀਨਾ ਬਾਅਦ ਕਿਹਾ ਮੈਂ ਕਿਹਾ ਵੀ ਮੇਰੇ ਹਸਨ ਨੂੰ ਵੀ ਬਹੁਤ ਸ਼ੌਂਕ ਸੀ ਯਾਰ ਡੈੱਕ ਵਗੈਰਾ 뮤직 ਸੁਣਨਾ ਉਹਨਾਂ ਨੂੰ ਬੜਾ ਪਸੰਦ ਸੀਗਾ ਤੇ ਜਦੋਂ ਇਹ ਸਾਰੇ ਚਲੇ ਚਲੇ ਜਾਂਦੇ ਸ ਤੇ ਮੈਂ ਵੀ ਉਹ 뮤직 ਲਾ ਕੇ ਬਹਿ ਜਾਂਦੇ ਸੀ ਨਾ ਗੁਰਦਾਸ ਮਾਨਸਾਬ ਦੇ ਗਾਣੇ ਸ੍ਰਿੰਦਰਪਤ ਸੁਣ ਜਾਂਦਾ ਨਾ ਉਹਨਾਂ ਦੇ ਨਾਲ ਮੈਂ ਗੂੰਗੁਣਾਇ ਜਾਂਦਾ ਤੇ ਜਦੋਂ ਇਹਨਾਂ ਨੇ ਕਿਤੇ ਆਉਣਾ ਕਹਿੰਦੇ ਤੂੰ ਗਾਉਣੀ ਆ ਤੂੰ ਤੇਰੀ ਵੀ ਆਵਾਜ਼ ਆਉਂਦੀ ਵਿੱਚ ਪਹਿਲੇ ਮੈਂ ਪਹਿਲੇ ਮਟਰਦੀ ਮੈਂ ਕਿਹਾ ਨਹੀਂ ਨਹੀਂ ਮੈਂ ਮੈਂ ਨਹੀਂ ਕਹਿੰਦੇ ਲੈ ਜਿੰਨੀ ਉੱਚੀ ਉਹ ਤੁਰਾਇਆ ਹੁੰਦਾ ਉਨੀ ਉੱਚੀ ਤੂੰ ਗੁਣਗੁਣਾਈ ਜੰਦੀ ਹੁੰਦੀ ਹੈ ਵੀ ਉਹਦੇ ਨਾਲ ਨਾਲ ਤੇ ਮੈਂ ਕਿਹਾ ਅੱਛਾ ਮੇਰੇ ਬਾਹਰ ਜਾਂਦੀ ਵਾਰ ਕਹਿੰਦੇ ਹੋਰ ਕੀ ਜਾਂਦੀ ਸਾਰੇ ਥੱਲੇ ਤੱਕ ਜਾਂਦੀ ਸਾਡੇ ਉੱਪਰ ਫਸਟ ਫਲੋਰ ਸੀਗਾ ਮੈਂ ਕਿਹਾ ਅੱਛਾ ਕਹਿੰਦੇ ਐਵੇਂ ਨਾ ਡਰਾ ਕਰ ਮਤਲਬ ਡੈਡੀ ਨੂੰ ਪਤਾ ਲੱਗੇ ਤੇ ਗੁੱਸੇ ਹੋਣਗੇ ਮੇਰੇ ਮਵਫਾਦਰਿਲਾ ਹਨ ਤੇ ਗੁੱਸੇ ਹੋਣਗੇ ਆਪਣੇ ਘਰ ਚ ਨਹੀਂ ਅਲਾ ਕਰਦੇ ਮੈਂ ਕਿਹਾ ਯਾਰ ਮੈਂ ਤਾਂ ਸਿੱਖਣਾ ਚਾਹੁੰਦੀ ਆ ਕਹਿੰਦੇ ਰਹਿਣ ਦੇ ਅੱਜਾ ਤੂੰ ਕਹਿਤਾ ਅੱਗੇ ਤੋਂ ਨਾ ਕਹੀਂ ਮੈਨੂੰ ਇਹ ਤਾਂ ਆਪਾਂ ਦੋਨਾਂ ਨੂੰ ਘਰੋਂ ਬਾਹਰ ਕੱਢ ਦੇਣਾ ਇਹਨਾਂ ਨੇ ਮੈਂ ਕਿਹਾ ਫਿਰ ਕੀ ਆਪਾਂ ਤਾਂ ਸ਼ਹਿਰ ਦੇ ਵਿੱਚ ਵੀ ਮੈਨੂੰ ਤਾਂ ਮੇਰੇ ਮੰਮੀ ਨੇ ਐਦਾਂ ਕਿਹਾ ਸੀ ਵੀ ਤੂੰ ਸਹੁਰੇ ਘਰ ਜਾ ਕੇ ਜੋ ਮਰਜ਼ੀ ਕਰ ਲਈ ਤੇ ਹੁਣ ਤਾਂ ਤੁਸੀਂ ਜਿਵੇਂ ਹੀ ਤੁਸੀਂ ਤਾਂ ਮੇਰੇ ਜਿਵੇਂ ਆਵਾਜ਼ ਹੀ ਬੰਦ ਕਰ ਰਹੇ ਹੋ ਨਾ ਵੀ ਮੈਂ ਆਪਣੇ ਤਾਂ ਉਥੇ ਗੂੰਗੁਣਾਉਂਦੀ ਸੀ ਤੂੰ ਤਾਂ ਮੈਨੂੰ ਗੂੰਗੁਣਾ ਗੂੰਗੁਣਾਉਣਾ ਮੇਰਾ ਵੀ ਬੰਦ ਹੋ ਰਿਹਾ ਇੱਥੇ ਨਾ ਕਹਿੰਦੇ ਨਹੀਂ ਆਪਣੇ ਨਹੀਂ ਇਹ ਲੋ ਕਰਦੇਗੇ ਆ ਰਹਾਂਦੇ ਤੂੰ ਬਸ ਆਪਦੀ ਰੋਟੀ ਪਕਾ ਲਿਆ ਕਰ ਤੇ ਬਸ ਠੀਕ ਹੈ ਯਾਦਾ ਕਰੀ ਜੋ ਕਰਨਾ ਕਰੀ ਜਾ ਬਸ ਇਹ ਜੋ ਕੁਝ ਨਹੀਂ ਆਪਣੀ ਫੈਮਿਲੀ ਨੇ ਲੋ ਕਰਨਾ ਡੈਡੀ ਦਾ ਸੁਭਾਅ ਮੈਂ ਤਾਂ ਹੋਰ ਤਰ੍ਹਾਂ ਦਾ ਹੈ ਇਹਨਾਂ ਨੇ ਆਪਾਂ ਨੂੰ ਪਰਮਿਸ਼ਨ ਨਹੀਂ ਦੇਣੀ ਤੇ ਉਹ ਬਸ ਮੇਰੇ ਅੰਦਰ ਨਾ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਜਿਹੜੀ ਅੱਗ ਸੀ ਨਾ ਤੁਖਦੀ ਜੀ ਰਹਿੰਦੀ ਸੀ ਫਿਰ ਮੈਂ ਕਈ ਵਾਰ ਇਹ ਸੋਚਦੀ ਸੀ ਮੈਂ ਜੇਕਰ ਕੀ ਆ ਹਨਾ ਕਰਦੇ ਨੇ ਵਿਆਹ ਵੀ ਕਰਤਾ ਹੁਣ ਇੱਥੇ ਤਾਂ ਮੈਂ ਬੋਲਣ ਜੁਗੀ ਵੀ ਨਹੀਂ ਜਵੇਂ ਨਹੀਂ ਬੋਲ ਸਕਦੀ ਮੈਂ ਮਤਲਬ ਅਸੀਂ ਕਿਉਂਕਿ ਅਸੀਂ ਜੋ ਅਸੀਂ ਪੇਕੇਆਂ ਦੇ ਘਰ ਹੁੰਦੇ ਆ ਅਸੀਂ ਉਹ ਸਹੁਰਿਆਂ ਦੇ ਘਰ ਚ ਨਹੀਂ ਹੁੰਦੇ ਪੇਕੇ ਦੇ ਘਰ ਅਸੀਂ ਇੰਨੇ ਖੁੱਲੇ ਹੁੰਨੇ ਆ ਹੈਨਾ ਤੇ ਸਹੁਰਿਆਂ ਦੇ ਘਰ ਇੱਕ ਜਿਹੜੀ ਔਰਤ ਉਹ ਜਦੋਂ ਨਵੀਂ ਵਿਆਹੀ ਆਉਂਦੀ ਹੈ ਇੱਕ ਸ਼ੂਈ-ਮੂਈ ਬਣ ਜਾਂਦੀ ਹੈ ਜੇ ਗੱਲ ਵੀ ਕਰਨੀ ਤੇ ਉਹ ਵੀ ਸੋਚ ਕੇ 10 ਵਜੇ ਸੋਚਣਾ ਵੀ ਗੱਲ ਕਰਨੀ ਹੈ ਕਿ ਨਹੀਂ ਕਰਨੀ ਜਾਂ ਮੈਂ ਆਪਣੇ ਹਸਬੰਦ ਤੋਂ ਇਲਾਵਾ ਮੈਂ ਕਿਸੇ ਨਾਲ ਆਪਾਂ ਗੱਲ ਨਹੀਂ ਕਰ ਸਕਦੇ ਕਿ ਹੈਨਾ ਤੁਹਾਨੂੰ ਪਤਾ ਹੀ ਹੈ ਤੇ ਉਹ ਫਿਰ ਮੇਰੇ ਅੰਦਰ ਇਹ ਹੁੰਦਾ ਸੀ ਕਿ ਯਾਰ ਮੈਂ ਕੀ ਯਾਰ ਮੇਰੀ ਲਾਈਫ ਇਹ ਤੋਂ ਮੈਂ ਤਾਂ ਪਕਾ ਲਿਆ ਖਾ ਲਿਆ ਭਾਂਡੇ ਮਾਜ ਲੇ ਕੱਪੜੇ ਧੋ ਲਿਆ ਆਹੀ ਰਹਿ ਗਈ ਮੇਰੀ ਤੇ ਜ਼ਿੰਦਗੀ ਕਿਉਂਕਿ ਮੇਰੇ ਪੇਕਿਆਂ 'ਚ ਮੈਨੂੰ ਐ ਹੁੰਦਾ ਸੀਗਾ ਕਿ ਮੈਂ ਜ਼ਿਆਦਾ ਸਟੱਡੀ ਤਾਂ ਨਹੀਂ ਕਰ ਸਕੇਗੀ ਪਰ ਮੈਨੂੰ ਕੁਛ ਨਾ ਕੁਛ ਕ੍ਰੀਏਟੀਵਿਟੀ 'ਚ ਮੇਰਾ ਬਹੁਤ ਮਾਇਨਿਤ ਸੀਗਾ ਤੇ ਮੈਨੂੰ ਕੁਛ ਨਾ ਕੁਛ ਚੰਗਾ ਲੱਗਦਾ ਸੀ ਕਰਨਾ ਵੀ ਮੈਂ ਕੁਛ ਕਰਾਂ ਕੋਈ ਕੰਮ ਕਰਾਂ ਜਾਂ ਕੋਈ ਜੋਬ ਦਾ ਤਾਂ ਖੈਰ ਉਸ ਟਾਈਮ ਮੈਂ ਇੰਨਾ ਸੋਚਿਆ ਨਹੀਂ ਸੀ ਵੀ ਮੈਂ ਹੋਰ ਪੜਾਂ ਤੇ ਮੈਂ ਕੋਈ ਨੌਕਰੀ ਕਰਾਂ ਤੇ ਮੇਰਾ ਮਾਈਂਡ ਬੜਾ ਕ੍ਰੀਏਟਿਵ ਸੀਗਾ ਹਨਾ ਕੁਝ ਕੰਮ-ਕੁਮ ਕਰਨੇ ਤੇ ਮੈਨੂੰ ਆਏ ਸੀ ਕਿ ਮੈਂ ਆ ਵੀ ਕਰਨਾ ਚਾਹ ਰਾ ਵੀ ਕਰਨਾ ਵੀ ਕਰਨਾ ਚਾਹੀਦਾ ਕੁੜੀ ਮੈਂ ਵੀ ਕਰਨਾ ਚਾਹੀਦਾ ਮੈਂ ਕਰ ਸਕਦੀ ਹਾਂ ਕੰਮ ਇਦਾਂ ਦਾ ਮੇਰਾ ਦਿਮਾਗ ਸੀਗਾ ਤੇ ਫਿਰ ਜਦੋਂ ਇਧਰਲੇ ਪਾਸੇ ਨੂੰ ਹੋਇਆ ਵੀ ਲੋਕਾਂ ਨੇ ਮੈਨੂੰ ਇਹ ਪੰਪਿੰਗ ਕੀਤੀ ਵੀ ਤੂੰ ਸਿੰਗਰ ਬਣ ਜਾ ਫਿਰ ਮੈਨਾਂ ਇਹ ਹਾਂ ਕਰਨਾ ਚਾਹੀਦਾ ਬਣਨਾ ਚਾਹੀਦਾ ਬਣੂੰਗੀ ਮੈਂ ਵੀ ਆ ਵੀ ਇਦਾਂ ਹਨਾ ਉਹ ਸੁਪਨੇ ਜਿਹੜੇ ਸੀਗੇ ਸਾਰੇ ਸੁਹਾ ਹੋ ਗਈ ਸੀ ਇਹ ਹਾਂਜੀ ਫਿਰ ਮਿਲ ਜਾਂਦੇ ਮੇਰਾ ਨਾ ਫਿਰ ਦਿਮਾਗ ਆਈ ਸੋਚੀ ਜਾ ਕੇ ਸਾਰਾ ਦਿਨ ਘਰੇ ਬਿਲੇ ਬੈਠੀ ਦਾ ਯਾਰ ਹੁਣ ਭਾਂਡੇ ਮਾਜਲੇ ਬਸ ਉਹਨਾਂ ਕੱਪੜੀ ਧੋਲੀ ਹੁਣ ਮੈਂ ਇਹ ਤਾਂ ਮੇਰੇ ਲਾਈਫ ਹੀ ਖਤਮ ਹੋ ਗਈ ਸਾਰੀ ਮੈਂ ਤਾਂ ਕੁਝ ਵੀ ਨਹੀਂ ਕਰ ਸਕਦੀ ਕਿ ਹੈਨਾ ਬਰ ਇਦਾਂ ਹੀ ਸੋਚ ਸੋਚ ਕੇ ਮੈਂ ਤੁਖਦੀ ਰਹਿੰਦੀ ਸੀ ਆਪਣੇ ਅੰਦਰ ਫਿਰ ਉਸ ਤੋਂ ਬਾਅਦ ਕੁਝ ਫੈਮਿਲੀ ਚ ਪ੍ਰੋਬਲਮ ਜਾਨੀਆਂ ਸ਼ੁਰੂ ਹੋਈਆਂ ਥੋੜੀਆਂ ਜਿਹੀਆਂ ਹਨ ਅਸੀਂ ਅਲੱਗ ਵੀ ਹੋ ਗਏ ਘਰੋਂ ਅਲੱਗ ਹੋ ਗਏ ਫਿਰ ਵੀ ਮੇਰਾ ਮਾਈਂਡ ਕੁਝ ਨਾ ਕੁਝ ਕਰਨ ਦੀ ਲੱਗਿਆ ਸੀ ਵੀ ਨਹੀਂ ਮੈਂ ਆ ਕਰਨਾ ਫਿਰ ਮੈਂ ਅਲੱਗ ਹੋ ਕੇ ਵੀ ਮੈਂ ਬੜੇ ਕੰਮ ਸਿੱਖੀ ਪੇਂਟਿੰਗ ਸਿੱਖੀ ਬਹੁਤ ਤਰ੍ਹਾਂ ਦੀ ਮੈਂ ਬਿੰਡਿੰਗ ਬੋਡਿੰਗ ਵਿਚਾਰੀ ਸਿੱਖੀ ਹਨਾ ਫਿਰ ਮੈਂ ਪਾਰਲਰ ਦਾ ਕੰਮ ਵੀ ਸਿੱਖਿਆ ਇੱਕ ਮੈਡਮ ਸੀਗੀ ਬੜੇ ਚੰਗੇ ਦੀਦੀ ਸੀਗੇ ਸਾਡੇ ਮੁੱਗੇ ਤੁਸੀਂ ਉੱਥੇ ਤਾਂ ਉਹਨਾਂ ਨੇ ਵੀ ਮੈਨੂੰ ਬੜਾ ਹੌਸਲਾ ਤੇ ਬੜਾ ਪ੍ਰੇਰਿਤ ਕੀਤਾ ਕਿ ਸੁਤੰਤ ਤੂੰ ਅਜੇ ਮੇਰੇ ਕੋਲ ਬੱਚੇ ਨਹੀਂ ਹੋ ਉਸ ਦਾ ਮੈਂ ਨਾ ਵਿਸੁਧਤ ਨੂੰ ਆ ਕਰ ਲਾ ਉਹ ਮੈਨੂੰ ਸੱਤੀ ਕਹਿੰਦੇ ਹੁੰਦੇ ਸੀ ਨਾ ਮੇਰਾ ਨਾਮ ਨਿਤਨੇ ਮੇਰਾ ਸੱਤੀ ਹੈ ਸੱਤੀ ਤੂੰ ਆ ਕਰ ਸੱਤੀ ਤੂੰ ਆ ਕਰ ਲਾ ਪਰ ਉਹਨਾਂ ਦੇ ਮੈਨੂੰ ਪਿਆਰ ਵੀ ਸੀ سپورਟ ਵੀ ਸੀ ਅਸੀਂ ਇਕੱਠੀਆਂ ਰਲ ਕੇ ਫਿਰ ਕਾਫੀ ਕੰਮ ਅਸੀਂ ਕਦੇ ਪਾਰਲਰ ਦਾ ਵੀ ਇੱਕ ਪਾਰਲਰ ਵੀ ਚਲਾਉਂਦੇ ਸੀ ਪੇਂਟਿੰਗ ਪੋਟਿੰਗ ਰਵਗਾਰਾ ਵਗੈਰਾ ਮੈਂ ਬਹੁਤ ਉੱਥੇ ਕੰਮ ਕੀਤੀ ਕ੍ਰੀਏਟਿਵ ਮਾਈਂਡ ਸੀ ਨਾ ਅੱਛਾ ਕ੍ਰੀਏਟਿਵ ਸੀ ਫਿਰ ਮੈਂ ਉਹਨਾਂ ਦਾ ਮੈਂ ਫਿਰ ਉਹ ਮੈਨੂੰ ਬੜਾ ਖੁਸ਼ ਹੁੰਦੇ ਸੀ ਕਹਿੰਦੇ ਸੱਤੀ ਤੂੰ ਤੇਰਾ ਦਿਮਾਗ ਬੜਾ ਚੱਲਦਾ ਹੈ ਨਾ ਬੱਸ ਹੈ ਨਾ ਅਜੀ ਕੰਮ ਹੋਰ ਵੀ ਵਧਾ ਲਿਆ ਇੱਧਰ ਉੱਧਰ ਨੂੰ ਕਰਕੇ ਤੇ ਉਹ ਤਾਂ ਉਹਨਾਂ ਕੋ ਉੱਥੇ ਡਰ ਰਹੇ ਸੀਗੇ ਹਨਾ ਉਸ ਤੋਂ ਬਾਅਦ ਫਿਰ ਕੁਛ ਐਦਾਂ ਦੇ ਪ੍ਰੋਬਲਮ ਜਾਈਆਂ ਫਿਰ ਮੈਂ 95 ਚ 95 ਚ ਮੈਂ ਮੁਹਾਲੀ ਸ਼ਿਫਟ ਹੋ ਗਈ ਸੀ ਹਨਾ ਜਦੋਂ ਮੁਹਾਲੀ ਸ਼ਿਫਟ ਹੋਈ ਆ ਤੇ ਫਿਰ ਮੈਂ ਇੱਧਰਲੇ ਬਸੇ ਨਾ ਗਈ ਫਿਰ ਮੌਕਾ ਮਿਲ ਗਿਆ ਵੈਸੇ ਵੇਖਿਆ ਜਾਵੇ ਤੇ ਜੇ ਦੋ ਲਫ਼ਜ਼ਾਂ ਚ ਸਟੋਰੀ ਕਹੀਏ ਕਿਸੇ ਵੀ ਕੁੜੀ ਦੀ ਆਪਣੀ ਵੀ ਕਹਿ ਲਈਏ ਜਾਂ ਕਿਸੇ ਦੀ ਕਿ ਠੀਕ ਹੈ ਉਹ ਸਿੰਗਰ ਬੰਨਣਾ ਚਾਹੁੰਦੀ ਸੀ ਉਹ ਐਕਟਰ ਬੰਨਣਾ ਚਾਹੁੰਦੀ ਸੀ ਘਰ ਦੇ ਕਹਿੰਦੇ ਸੋਹਰੇ ਘਰ ਚੱਲ ਜੀ ਤੇ ਉੱਥੇ ਆਪਣੀ ਰੀਝਾ ਪੂਰੀਆਂ ਕਰ ਲਈ ਸੋਹਰੇ ਘਰ ਆਈ ਉਹਨਾਂ ਨੇ ਕਿਹਾ ਕਿ ਨਹੀਂ ਸਾਡੇ ਘਰ ਵੀ ਇਹ ਚੀਜ਼ ਹੈ ਨਹੀਂ ਆ ਖਤਮ ਸਟੋਰੀ ਬਟ ਨਹੀਂ ਉਹਦੇ ਵਿੱਚ ਇੱਕ ਔਰਤ ਦਾ ਇੱਕ ਕੁੜੀ ਦੇ ਮਾਈਂਡ ਤੇ ਕਿੰਨਾ ਸਟ्रेस ਕਿੰਨੇ ਤੁਸੀਂ ਕਿੰਨੇ ਉਹ ਤੁਸੀਂ ਆਪਣੇ ਆਪ ਤੇ ਕਿਹੜੇ ਜ਼ੁਲਮ ਚੋਂ ਲੰਘਦੇ ਹੋ ਉਹ ਕਿੰਨਾ ਜ਼ਿਆਦਾ ਤੁਸੀਂ ਉਸ ਚੀਜ਼ ਦੇ ਵਿੱਚ ਜਦੋਂ ਤੁਹਾਨੂੰ ਪਰਖਿਆ ਜਾਂਦਾ ਕਿ ਜੋ ਤੁਸੀਂ ਚਾਹੁੰਦੇ ਉਹ ਹੋ ਹੀ ਨਹੀਂ ਰਿਹਾ ਪਾਸ਼ ਜੀ ਨੇ ਜਿੱਦਾਂ ਕਿਹਾ ਕਿ ਸਭ ਤੋਂ ਖਤਰਨਾਕ ਹੁੰਦਾ ਸੁਪਨਿਆਂ ਦਾ ਮਰ ਜਾਣਾ ਪਰ ਤੁਹਾਡੀ ਸਭ ਤੋਂ ਵੱਡੀ ਮੈਨੂੰ ਗੱਲ ਇਹ ਲੱਗਦੀ ਕਿ ਤੁਸੀਂ ਸੁਪਨੇ ਮਰਨ ਨਹੀਂ ਦਿੱਤੇ ਅ ਨਹੀਂ ਵਿੱਚ ਮਰੇ ਵੀ ਆ ਸੁਪਨੇ ਮੇਰੇ ਪਰ ਮੈਂ ਕੁਝ ਜਿੰਦੇ ਵੀ ਰੱਖੇ ਨੇ ਚਲੋ ਇਸ ਲਾਈਨ ਦਾ ਮੈਂ ਜ਼ਿਆਦਾ ਸੋਚਿਆ ਨਹੀਂ ਸੀ ਵੀ ਮੈਨੇ ਇਸ ਲਾਈਨ 'ਚ ਵੀ ਹਾਂ ਇਸ ਲਾਈਨ ਦਾ ਵੀ ਸੀਗਾ ਕਿ ਚਲੋ ਕਿਤੇ ਮੌਕਾ ਮਿਲੇ ਪਰ ਜਿਵੇਂ ਮੈਂ ਸਭ ਤੋਂ ਸਿਮ ਬਿਲੋਂਗ ਕਰਦੀ ਉੱਥੇ ਨਾ ਕੋਈ ਥੀਏਟਰ ਸੀ ਨਾ ਕੋਈ ਸ਼ੂਟਿੰਗ ਹੁੰਦੀ ਸੀ ਨਾ ਕੁਝ ਬਿਲਕੁਲ ਪਤਾ ਨਹੀਂ ਸੀਗਾ ਤਾਂ ਉਦੋਂ ਜਿਵੇਂ ਆਪਾਂ ਫਿਲਮ ਦੇਖੀ ਸੀ ਤੇ ਫਿਲਮ ਤੋਂ ਇਦਾਂ ਹੋ ਗਿਆ ਸੀ ਕਿ ਯਾਰ ਤੂੰ ਵੀ ਤਾਂ ਫਿਲਮਾਂ 'ਚ ਆ ਸਕਦੀ ਹੈਂ ਤੂੰ ਵੀ ਹੀਰੋਇਨ ਬਣ ਸਕਦੀ ਹੈਂ ਕਿਵੇਂ ਆਉਣਾ ਕੀ ਕਰਨਾ ਕਿਸ ਤਰ੍ਹਾਂ ਕਰਨਾ ਇਹ ਬਿਲਕੁਲ ਨਹੀਂ ਸੀ ਪਤਾ ਕੁਕੀ ਉੱਥੇ ਕੁਝ ਹੈ ਹੀ ਨਹੀਂ ਸੀ ਸਾਡੇ ਸ਼ਹਿਰ 'ਚ ਤੇ ਮੋਗੇ ਵੀ ਨਹੀਂ ਸੀਗਾ ਉਹ ਜਾ ਕੁਝ ਵੀ ਤੇ ਨਾਲੇ ਮੋਗੇ ਤਾਂ ਤੁਹਾਨੂੰ ਮੈਂ ਦੱਸ ਰਹੀ ਕਿ ਵੈਸੇ ਹੀ ਉਹ ਥੋੜਾ ਜਿਹਾ ਬੰਦਿਸ਼ਾਂ ਹੋ ਜਾਂਦੀਆਂ ਨੇ ਇਨ ਲੋਜ ਦੇ ਘਰ 'ਚ ਨਾ ਤੇ ਉਹ ਬਿਲਕੁਲ ਹੀ ਇੱਥੇ ਘੁੱਟ ਗਈ ਜਦੋਂ ਮੈਂ ਇੱਥੇ ਆਈ ਆ ਫਿਰ ਇੱਥੇ ਆ ਕੇ ਥੋੜਾ ਜਿਹਾ ਉਹ ਵੀ ਮੈਂ ਜਿਹੜੇ ਸਟਾਰਟਿੰਗ ਦੇ ਦਿਨ ਸੀਗੇ ਮੈਂ ਕਾਫੀ ਕੁਝ ਚੱਲਿਆ ਹੈਗਾ ਇਹਦੇ ਵਿੱਚ ਬਹੁਤ ਕੁਝ ਮੈਂ ਚੱਲਿਆ ਜਿਵੇਂ ਅੱਜ ਤੱਕ ਇੱਥੋਂ ਤੱਕ ਪਹੁੰਚੀ ਵੀ ਆ ਤੇ ਕੁਝ ਆਪਣੇ ਬਲਬੁੱਤੇ ਤੇ ਆਪਣੇ ਦਮ ਤੇ ਸਪੋਰਟ ਨਹੀਂ ਮਿਲੀ ਕਿਸੇ ਦੀ ਬਿਲਕੁਲ ਨਹੀਂ ਮਿਲੀ ਜੇ ਕੋਈ ਇੱਕ ਜਣੇ ਸਪੋਰਟ ਕਰਦੇ ਤੇ ਚਾਰ ਜਣੇ ਮਤਲਬ ਉਹ ਉਹ ਕਰਨ ਵਾਲੇ ਸੀਗੇ ਤਾਂ ਫਿਰ ਵੀ ਮੈਂ ਬਸ ਕਿਤੇ ਨਾ ਕਿਤੇ ਮੈਂ ਆਪਣੀ ਹਿੰਡ ਜਿਹੜੀ ਸੀਗੀ ਉਹ ਮੈਂ ਪੁਗਾਈ ਮੈਂ ਕਿਹਾ ਨਹੀਂ ਮੈਂ ਇਹ ਕੰਮ ਕਰਨਾ ਤੇ ਕਰਨਾ ਮੈਂ ਕਰਨਾ ਤੇ ਕਰਨਾ ਕਰਨਾ ਤੇ ਕਰਨਾ ਉਹ ਮੈਂ ਆਪਣੀ ਹਿੰਡ ਪੁਗਾਈ ਪੁਗਾਈ ਜਾਏਗਾ ਲੋਕੀ ਮੈਂ ਬਗਾਵਤ ਵੀ ਕੀਤੀ ਹੈਨਾ ਪਰ ਮੈਨੂੰ ਹਾਂਜੀ ਫਿਰ ਮੈਨੂੰ ਇਹ ਵੀ ਸੀਗਾ ਕਿ ਮੇਰੇ ਬੱਚੇ ਮਤਲਬ 5 ਸਾਲਾਂ ਬਾਅਦ ਮੈਂ ਆਪਣੇ ਬੱਚਿਆਂ ਦਾ ਮੂੰਹ ਦੇਖਿਆ ਸੀਗਾ ਤੇ ਮੈਨੂੰ ਐ ਸੀਗੇ ਕਿ ਮੈਂ ਆਪਣਾ ਘਰ ਵੀ ਪ੍ਰੋਪਰ ਸੰਭਲਣਾ ਤੇ ਕੰਮ ਵੀ ਕਰਨਾ ਮੇਰਾ ਘਰ ਨੂੰ ਵੀ ਟਸ ਤੋਂ ਮਸਲੇ ਮੈਂ ਹੋਂ ਦੇਣਾ ਬੱਚਿਆਂ ਨੂੰ ਇਹ ਨਾ ਹੋਵੇ ਮੈਂ ਕੰਮ ਕਰਾਂ ਤੇ ਮੇਰੇ ਬੱਚੇ ਗਲੀਆਂ ਚ ਰੋਣ ਮੈਂ ਕੰਮ ਕਰਾਂ ਤੇ ਮੇਰੇ ਬੱਚੇ ਭੁੱਖੇ ਰਲ ਮਰ ਤੇ ਮੈਂ ਮੇਰੇ ਆਪਣੇ ਬੱਚਿਆਂ ਨੂੰ ਮੈਂ ਬਹੁਤ ਹੀ ਮਤਲਬ ਵਧੀਆ ਤਰੀਕੇ ਨਾਲ ਮੈਂ ਪਾਲੀ ਹੁਣ ਤੱਕ ਉਹਨਾਂ ਨੂੰ ਨਹੀਂ ਸੀ ਮਤਲਬ ਇੱਕ ਟਾਸ ਤੋਂ ਮਸੋਂ ਦਿੰਦੀ ਜਾਂ ਮੈਂ ਕਿਸੇ ਸਰਵੈਂਟਾ ਦੇ ਹਵਾਲੇ ਕਰਕੇ ਮੈਂ ਕੁਝ ਕੰਮ ਕਰਾਂ ਉਹ ਮੈਂ ਨਹੀਂ ਸੀ ਚਾਹੁੰਦੀ ਜਾਂ ਮੇਰੇ ਰਿਸਪੋਨਸਿਬਿਲਿਟੀ ਨਹੀਂ ਸੀ ਚਾਹੁੰਦੀ ਕਿ ਉਹ ਕਹਿੰਦੇ ਜੇ ਹੁਣ ਬੱਚੇ ਪ੍ਰਮਾਤਮਾ ਨਾਲ ਸੰਦੇਤੇ ਤੇ ਤੂੰ ਆਪਣੇ ਤਰੀਕੇ ਦੀ ਮੈਵਰੀ ਬੰਦੀ ਤੇ ਮੈਂ ਇਹ ਹੀ ਕਹਿੰਦੀ ਸੀ ਕਿ ਮੈਂ ਹੀ ਪਾਲ ਰਹੀ ਹਾਂ ਮੈਂ ਵੇਖੂਗੀ ਇਹਨਾਂ ਨੂੰ ਤੇ ਮੈਂ ਦੇਖਿਆ ਮੈਂ ਉਹ ਕੀਤਾ ਵੀ ਉਸੇ ਤਰ੍ਹਾਂ ਹੀ ਆ ਮੈਂ ਆਪਣੇ ਬੱਚਿਆਂ ਨੂੰ ਵੀ ਬੜੇ ਵਧੀਆ ਤਰੀਕੇ ਨਾਲ ਪਾਲ ਲਿਆ ਹਨਾ ਮਤਲਬ ਉਹਨਾਂ ਨੂੰ ਇਹ ਨਹੀਂ ਹੈ ਕਿ ਮੈਂ ਉਹਨਾਂ ਦੀ ਕੋਈ ਕੇਅਰ ਨਹੀਂ ਕੀਤੀ ਕਿਸੇ ਤਰ੍ਹਾਂ ਜਾਂ ਮੈਂ ਉਹਨਾਂ ਨੂੰ ਕੋਈ ਧਿਆਨ ਨਹੀਂ ਦਿੱਤਾ ਕਿਸੇ ਤਰ੍ਹਾਂ ਨਾ ਮਤਲਬ ਇਸ ਇੰਡਸਟਰੀ 'ਚ ਜੇ ਮੈਂ ਕੰਮ ਕੀਤਾ ਤੇ ਇੰਡਸਟਰੀ 'ਚ ਕੰਮ ਉਹ ਵੀ ਮੈਂ ਕੀਤਾ ਏ ਜਿੰਨਾ ਕੁ ਮੈਂ ਕਰ ਸਕਦੀ ਸੀ ਤੇ ਮੈਂ ਉਸ ਤੋਂ ਵੱਧ ਮੈਂ ਆਪਣੇ ਬੱਚਿਆਂ ਦਾ ਆਪਣੇ ਘਰ ਦਾ ਆਪਣਾ ਧਿਆਨ ਰੱਖਿਆ ਇਹਨਾਂ ਦਾ ਤੇ ਜੇ ਮੈਨੂੰ ਜੇ ਕਿਤੇ ਮੇਰੀ ਕੋਈ ਮੇਰੀ سپورਟ ਚ ਹੁੰਦੇ ਚਾਹੇ ਮੇਰੇ ਹਸਬੰਦ ਹੀ ਹੁੰਦੇ ਕੋਕੀ ਮੈਨੂੰ ਲੱਗਦਾ ਕਿ ਹਸਬੰਦ ਤੋਂ ਇਲਾਵਾ ਹੋਰ ਕੋਈ ਥੋੜੀ ਸਪੋਰਟ ਨਹੀਂ ਕਰਤੇਗੀ ਹੈਨਾ ਜੇ ਹਸਬੰਦ ਉਹ ਉਸ ਟਾਈਮ ਉਹਨਾਂ ਨੇ ਨਹੀਂ ਸਪੋਰਟਿੰਗ ਕੀਤੀ ਕਾਫੀ ਟਾਈਮ ਬਾਅਦ ਮੈਨੂੰ ਉਹਨਾਂ ਨੇ ਫਿਰ ਥੋੜੀ ਸਪੋਰਟ ਕੀਤੀ ਉਸ ਟਾਈਮ ਤਾਂ ਥੋੜੀ ਜੀ ਕਾਚ ਸਤਾ ਨਾ ਗੀ ਚਲਦੀ ਰਹਿੰਦੀ ਸੀ ਕੁਛ ਨਾ ਕੁਛ ਕੁਛ ਨਾ ਕੁਛ ਬਾਹਰੋਂ ਕੰਮ ਕਰਕੇ ਵੀ ਹੁਣ ਘਰੇ ਵੀ ਸੁਣਨਾ ਫਿਰ ਘਰ ਚ ਘਰ ਚ ਫੇਰ ਇੱਕ ਇਹ ਵੀ ਆਤ ਰਹੀ ਹੈ ਕਿ ਹੁਣ ਤੱਕ ਵੀ ਮੇਰੀ ਆਦਤ ਹੈਗੀ ਜਾਂ ਮੇਰੀ ਇੱਕ ਰੂਟੀਨ ਬਣ ਗਈ ਹੈ ਕਿ ਜੇ ਮੈਂ ਬਾਹਰ ਸ਼ੂਟ ਕਰਨੇ ਜਾ ਰਹੀ ਹਾਂ ਕਿਤੇ ਜਾਣਾ ਕੱਲ ਦਾ ਮੈਨੂੰ ਪਤਾ ਲੱਗਿਆ ਕਿ ਮੈਂ ਕੱਲ ਨੂੰ ਸ਼ੂਟ ਕਰਨਾ ਹੈ ਜਾਂ ਮੈਂ 4 ਦਿਨਾਂ ਵਾਸਤੇ ਜਾਣਾ ਹੈ ਤਾਂ ਮੈਂ ਅੱਜ ਰਾਤ ਤੱਕ ਚਾਹੇ ਮੈਂ ਆਪਣੇ 11 ਵਜੇ ਤੱਕ ਆਪਣਾ ਘਰ ਦਾ ਸਾਰਾ ਨਿਬੇੜਾਂ ਚਲ ਬਾਕੀ ਤੇ ਕੰਮ ਸਰਵੈਂਟੀ ਕਰਦੀਆਂ ਨੇ ਕੁਛ ਪਰ ਜਿਹੜੇ ਆਪਣੇ ਕੰਮ ਕਰਨ ਵਾਲੇ ਹੁੰਦੇ ਨੇ ਜਾਂ ਜਿਵੇਂ ਆ ਨਾ ਤੇ ਉਹ ਤਾਂ ਮੈਂ ਆਪ ਹੀ ਕਰਨੇ ਹੁੰਦੇ ਹਨਾ ਤਾਂ ਮੈਨੂੰ ਆਈ ਹੁੰਦਾ ਕਿ ਮੈਂ ਆਪਣਾ ਘਰ ਅੱਜ ਵੀ ਉਸੇ ਤਰ੍ਹਾਂ ਹੀ ਮੈਂਟੇਨ ਰੱਖਿਆ ਜਿਵੇਂ ਮੈਂ ਪਹਿਲਾਂ ਰੱਖਦੀ ਸੀਗੀ ਜਦੋਂ ਮੈਂ ਬੱਚੇ ਛੋਟੇ-ਛੋਟੇ ਰਾਂਦੀ ਸੀ ਤੇ ਮੈਂ ਬਾਹਰ ਵੀ ਹੁਣ ਤਾਂ ਚਲੋ ਆਪਾਂ ਖੁੱਲਕੇ ਹੁਣ ਤਾਂ ਬੱਚੇ ਵੱਡੇ ਆ ਜਵਾਨ ਆ ਸਾਥ ਦੇਂਦੇ ਨੇ ਖੁੱਲਕੇ ਕੰਮ ਕਰਦੇ ਆ ਤੇ ਉਸ ਟਾਈਮ 'ਚ ਇੱਕ ਕੋਈ ਘਰ ਹੁੰਦਾ ਚਾਹੇ ਮੇਰੇ ਮਦਰ ਕੋਈ ਵੱਡਾ ਸਿਆਣਾ ਕੋਈ ਘਰੇ ਹੁੰਦਾ ਤੇ ਸ਼ਾਇਦ ਮੈਂ ਇੰਡਸਟਰੀ 'ਚ ਹੋਰ ਵੀ ਖੁੱਲਕੇ ਕੰਮ ਕਰਦੀ ਮੈਂ ਇੰਨਾ ਖੁੱਲਕੇ ਕੰਮ ਇੰਡਸਟਰੀ 'ਚ ਸਟਾਰਟਿੰਗ ਦੇ ਵਿੱਚ ਬਾਕੀ ਤਾਂ ਸਾਥ ਨਹੀਂ ਮਿਲਿਆ ਕਿਸੇ ਦਾ ਸਾਥ ਨਹੀਂ ਮਿਲਿਆ ਕਿਸਾ ਨਹੀਂ ਮਿਲਿਆ ਤੇ ਇਹ ਹੈ ਕਿ ਆਪਣੇ ਬਲਬੂਤੇ ਤੇ ਆਪ ਹੀ ਕੰਮ ਕੀਤਾ ਆਪ ਹੀ ਬੱਚੇ ਪਾਲੇ ਆਪ ਹੀ ਸੰਭਾਲੇ ਆ ਆਪ ਹੀ ਕਮਾਇਆ ਆਪ ਹੀ ਬਣਾਇਆ ਆਪ ਹੀ ਖਵਾਇਆ ਸਾਰਾ ਕੁਝ ਸਲੂਟ ਸੱਚੀ ਮਤਲਬ ਇਹੀ ਪਾਵਰ ਐ ਲੈਡੀਆਂ ਦੀ ਜਿਹੜੀਆਂ ਘਰ ਵੀ ਵੇਖ ਲੈਂਦੀਆਂ ਬੱਚੇ ਵੀ ਤੇ ਕੈਰੀਅਰ ਵੀ ਬਸ ਉਹਨਾਂ ਨੂੰ ਪਤਾ ਨਹੀਂ ਇਹਨਾਂ ਚੀਜ਼ਾਂ ਲਈ ਮਤਲਬ ਇਹਨਾਂ ਦੀ ਪਛਾਣ ਕਰਨੀ ਮੁਸ਼ਕਿਲ ਹੈ ਪਤਾ ਨਹੀਂ ਕਿਉਂ ਨਹੀਂ ਟਰਸਟ ਕਰਦੇ ਪਰ ਮੈਨੂੰ ਲੱਗਦਾ ਹੈ ਕਿ ਇੱਕ ਲੇਡੀ ਬਹੁਤ ਹੀ ਪਰਫੈਕਟਲੀ ਇਹ ਸਾਰਾ ਕੁਝ ਸੰਭਾਲ ਸਕਦੀ ਹੈ ਸੰਭਾਲ ਸਕਦੀ ਜੇ ਮੈਂ ਕਹਿੰਨੀ ਉਹਨੂੰ ਥੋੜੀ ਜਿਹੀ ਸਪੋਰਟ ਮਿਲ ਜੇ ਘਰੋਂ ਮਿਲ ਜੇ ਹੈਨਾ ਕਿਉਂਕਿ ਆਪਾਂ ਜਦੋਂ ਆਪਾਂ ਵਿਆਹ ਵਰੇ ਹੁੰਨੇ ਆਪਣੇ ਘਰ ਵਾਲੇ ਇੱਕ ਸਪੋਰਟ ਕਰਦਾ ਜੇ ਉਹਨਾਂ ਵੱਲੋਂ ਪ੍ਰੋਪਰ ਮਿਲ ਜਾਵੇ ਜਾਂ ਹੋਰ ਵੀ ਭੈਣ ਭਰਾਵਾਂ ਦੀ ਮਿਲ ਜਾਵੇ ਹੈਨਾ ਸਾਰੀ ਫੈਮਲੀ ਤੇ ਆਪਾਂ ਕਿੰਨੇ ਵਧੀਆ ਮਤਲਬ ਮੈਨੂੰ ਲੱਗਦਾ ਕਿ ਬਾਗੋ ਬਾਗ ਹੋ ਜਾਂਦੀ ਲੇਡੀਜ਼ ਹਨ ਆਪਣਾ ਬਾਹਰ ਦਾ ਕੰਮ ਵੀ ਸੰਭਾਲਦੀ ਆ ਘਰ ਦਾ ਵੀ ਸੰਭਾਲਦੀ ਸਾਰਾ ਤੇ ਕਿੱਥੇ ਬੰਦੇ ਨੇ ਥੋੜਾ ਜਿਹਾ ਆਪਣੇ ਆਪ ਵੀ ਆਪਣੇ ਸਿਰ ਤੇ ਸਾਰੀਆਂ ਜ਼ਿੰਮੇਵਾਰੀਆਂ ਲੈਣੀਆਂ ਪਰ ਫਿਰ ਵੀ ਮੈਂ ਕਹਿੰਨੀ ਕਿ ਮੇਰੇ ਹਸਮੋੜ ਚੰਗੇ ਸੀਗੇ ਚਲੋ ਚਾਹੇ ਉਹਨਾਂ ਨੇ ਕੁਝ 5-7 ਸਾਲਾਂ ਬਾਅਦ ਉਹਨਾਂ ਨੇ ਮੈਨੂੰ ਸਪੋਰਟ ਕੀਤਾ ਪਰ ਕੀਤਾ ਕਈ ਵਾਰੀ ਕਰਦੇ ਹਾਲਾਤ ਇਹੋ ਜਿਹੇ ਹੁੰਦੇ ਉਹ ਵੀ ਹੋ ਸਕਦਾ ਬੇਬਸ ਹੋਣ ਜਾ ਹਾਂਜੀ ਹਾਂ ਪਰ ਉਹਨਾਂ ਨੂੰ ਲੈਣਾ ਚਾਹੀਦਾ ਸਟੈਂਡ ਹਾਂਜੀ ਤੁਹਾਡੇ ਨਾਲ ਇਹ ਜਿੱਦਾਂ ਮੈਂ ਆਪਣੀ ਗੱਲ ਜੇ ਮੈਂ ਦੱਸਾਂ ਤੇ ਜਦੋਂ ਮੈਂ ਕਾਲਜ ਟਾਈਮ ਮੈਨੂੰ ਬੜਾ ਹੁੰਦਾ ਸੀ ਗਿੱਦੇ ਮਤਲਬ ਗਿੱਦੇ ਦੀ ਟੀਮ ਸਾਡੀ ਹੈ ਇੱਧਰ ਜਾਣਾ ਉੱਧਰ ਜਾਣਾ ਹਨਾ ਤਾਂ ਬਹੁਤ ਹੀ ਕ੍ਰੀਏਟਿਵ ਮਾਈਂਡ ਜਦੋਂ ਤੁਸੀਂ ਕਹਿੰਦੇ ਹੋ ਤਾਂ ਬ੍ਰਾਟ ਸਾਹਿਬ ਲਾਈਫ ਚ ਆਏ ਤਾਂ ਚਲੋ ਸਾਡੀ ਅੰਗੇਜਮੈਂਟ ਹੋ ਗਈ ਸੀ ਮੈਨੂੰ ਯਾਦ ਹੈ ਸੀ ਦਿੱਲੀ ਗਏ ਹੋਏ ਸੀਗੇ ਦਿੱਲੀ ਗਿੱਦੇ ਦੀ ਟੀਮ ਸਾਡੀ ਪਰਫਾਰਮੈਂਸ ਸੀ ਉੱਥੇ ਬੜੀ ਕੋਈ ਐਮਜੀ ਜਗਾ ਕਾਫੀ ਸਾਰੇ ਇੰਡੀਆ ਤੋਂ ਆਏ ਹੋਏ ਸੀ ਟੀਮਸ ਤਾਂ ਉੱਥੇ ਕਿਸੇ ਨੇ ਨਾ ਮੈਨੂੰ ਆਫਰ ਕੀਤੀ ਸੀ ਮੂਵੀ ਦੀ ਕਿ ਹਾਂ ਪੰਜਾਬੀ ਮੂਵੀ ਵਾਸਤੇ ਫਿਰ ਉਸ ਤੋਂ ਬਾਅਦ ਇੱਕ ਹੋਰ ਆਫਰ ਆਈ ਮੈਨੂੰ ਸੁਤਵਿੰਦਰ ਬਿੱਟੀ ਜੀ ਨੇ ਤੇ ਮੈਨੂੰ ਲੈ ਕੇ ਮੂਵੀ ਕੋਈ ਬਣਾ ਰਿਹਾ ਸੀਗੇ ਉਹ ਤੇ ਮੈਂ ਨਾ ਬੜੀ ਰੀਜ ਨਾ ਬਰਾਟ ਸਭ ਨੂੰ ਦੱਸਿਆ ਕਿ ਸੋਹਣੇ ਤੁਸੀਂ ਅੱਜ ਵੀ ਉਨੇ ਹੀ ਵੇ ਰਹੇ ਹੋ ਤਾਂ ਅਸੈਂਬਲੀ ਤੇ ਅੰਦਰ ਕੋ ਉਸਰ ਤਮੋਂਗੇ ਨਾ ਤਾਂ ਮੈਂ ਨਾ ਬਰਾਟ ਸਭ ਨੂੰ ਦੱਸਿਆ ਮੈਂ ਕਿਹਾ ਵੀ ਇਦਾਂ ਮੈਂ ਬੜੀ ਖੁਸ਼ ਹੋ ਕੇ ਮੈਨੂੰ ਇਹ ਸੀ ਕਿ ਇਸ ਪ੍ਰੋਫੈਸ਼ਨ ਚ ਹੈਗੇ ਆ ਤਾਂ ਬੰਦਾ ਅੰਡਰਸਟੈਂਡ ਕਰਦਾ ਥੋੜਾ ਹੈ ਨਾ ਤਾਂ ਮੈਂ ਉਹਨਾਂ ਨੂੰ ਦੱਸਿਆ ਮੈਂ ਕਿਹਾ ਇਦਾਂ ਵੀ ਇਦਾਂ ਮੈਨੂੰ ਕਹਿ ਰਹੇ ਆ ਤਾਂ ਮੈਨੂੰ ਕਹਿੰਦੇ ਦੇਖ ਲੈ ਜਾਂ ਤਾਂ ਤੂੰ ਕੰਮ ਕਰ ਲੈ ਜਾਂ ਮੈਂ ਕਰ ਲੂੰਗਾ ਸੋ ਮਤਲਬ ਹੈ ਪਤਾ ਨਹੀਂ ਕਿਉਂ ਹੁੰਦਾ ਹੈ ਬੰਦਿਆਂ ਨੂੰ ਕਿ ਨਹੀਂ ਆਈ ਡੋਟ ਸੋਚੋ ਮੈਮ ਵੀ ਭਾਜੀ ਤਾਂ ਲੈਨ ਚ ਸੀਗੀ ਹਨਾ ਭਾਜੀ ਕਿੰਨੂ ਨਹੀਂ ਸੀ ਜਾਂਦੇ ਹਰ ਕਿਸੇ ਨੂੰ ਜਾਂਦੇ ਸੀ ਭਾਜੀ ਦਾ ਪੂਰਾ ਨਾਮ ਸੀ ਅਸੀਂ ਵੀ ਬਰਾੜ ਭਾਜੀ ਦੇ ਸਾਰੇ Song ਮੈਂ ਵੀ ਸੁਣਦੀ ਰਹੀ ਹਾਂ ਹਨਾ ਵਧੀਆ ਗਾਉਂਦੇ ਸੀ ਇਹ ਵਧੀਆ ਪੇਕਦੇ ਸੀਗੇ ਇਸ ਇਸ ਲਾਈਨ ਚ ਹੋ ਕੇ ਵੀ ਤੁਹਾਨੂੰ ਮਤਲਬ ਪਰਮਿਸ਼ਨ ਨਹੀਂ ਦਿੱਤੀ ਭਾਜੀ ਨੇ ਵੀ ਹਾਂ ਤੂੰ ਕੰਮ ਕਰ ਲੈ ਮੈਂ ਤੇਰੇ ਨਾਲ ਹਾਂ ਪਤਾ ਨਹੀਂ ਸ਼ਾਇਦ ਮੈਨੂੰ ਲੱਗਦਾ ਕਿ ਉਦੋਂ ਜਾਂ ਤਾਂ ਇੰਨਾ ਹੈ ਨਹੀਂ ਸੀ ਓਪਨ ਉਦ ਮੁੰਡਿਆਂ ਦਾ ਉਹਨਾ ਵੀ ਮੈਨੂੰ ਲੱਗਦਾ ਥੋੜਾ ਮੁਸ਼ਕਲ ਸੀਗਾ ਤਾਂ ਕੁੜੀਆਂ ਨੂੰ ਤਾਂ ਦਿੱਤੀ ਬਟ ਇੱਥੇ ਮੈਂ ਇਹ ਨਹੀਂ ਆ ਕਿ ਮੈਨੂੰ ਹੁਣ ਤਾਂ ਚਲੋ ਕੋਈ ਇਤਰਾਜ ਨਹੀਂ ਕੁਝ ਨਹੀਂ ਉਸ ਤੋਂ ਬਾਅਦ ਮੈਂ ਨਾ ਉਹ ਚੀਜ਼ ਸੋਚਣੀ ਛੱਡ ਦਿੱਤੀ ਸੀ ਸੌਰੀ ਫਿਰ ਮੈਂ ਨਾ ਲਾਈਕ ਚਲੋ ਜੀ ਮੈਰਿਜ ਹੋ ਗਈ ਜਾਂ ਕਿਦਾਂ ਬੱਚੇ ਵੀ ਹੋ ਗਏ ਤਾਂ ਮੈਂ ਫਿਰ ਮੈਨੂੰ ਇੱਕ ਵਾਰੀ ਫੇਰ ਆਫਰ ਆਈ ਮੂਵੀ ਦੀ ਕਿ ਗੁੱਗੂ ਗਿਲਪਾਜੀ ਹੋਰਾਂ ਨਾਲ ਕੋਈ ਸੀਗਾ ਰੋਲ ਤਾਂ ਉਹਦੇ ਵਾਸਤੇ ਆਈ ਤਾਂ ਉਹ ਖੜੇ ਸੀ ਅਸੀਂ ਮੈਨੂੰ ਅੱਜ ਵੀ ਯਾਦ ਆ ਮੈਨੂੰ ਕਹਿੰਦੇ ਕਿ ਇਦਾਂ ਉਹ ਭਾਜੀ ਹੋਰੀ ਦੱਸ ਰਹੀ ਕਿ ਹਾਂ ਤੁਹਾਨੂੰ ਇਦਾਂ ਰੋਲ ਤੇ ਬ੍ਰਾਦਰਸ ਆਪ ਕਹਿੰਦੇ ਕਿ ਇਹਨੂੰ ਪੁੱਛ ਲਓ ਤੇ ਮੈਂ ਬ੍ਰਾਦਰਸ ਵੱਲ ਦੇਖਿਆ ਤੇ ਉਹਨਾਂ ਨੇ ਉਧਰ ਉਹ ਉਧਰ ਨੂੰ ਦੇਖਣ ਲੱਗੇ ਜਵਾਬ ਮੈਨੂੰ ਫਿਰ ਮਿਲ ਗਿਆ ਜਵਾਬ ਮੇ ਅੱਖਾਂ ਅੱਖਾਂ ਚ ਜਵਾਬ ਯੈਸ ਫਿਰ ਮੈਂ ਉਸ ਉਸ ਦਿਨ ਤੋਂ ਬਾਅਦ ਮੈਂ ਸੋਚਣੀ ਛੱਡ ਦਿੱਤਾ ਸੀਗਾ ਲਾਈਕ ਨਹੀਂ ਤੇ ਬੰਦਾ ਇਹ ਕਹਿੰਦਾ ਵੀ ਚਲੋ ਮੈਂ ਵੀ ਲਾਈਨ 'ਚ ਹੈਗਾ ਕੋਈ ਨਾ ਤੂੰ ਕਿਉਂਕਿ ਉਹਨਾਂ ਨੂੰ ਪਤਾ ਸੀ ਸਾਰਾ ਲਾਈਨ ਦੀ ਸਮਝ ਸੀਗੀ ਉਹਨਾਂ ਨੂੰ ਨਾ ਤੇ ਜੇ ਉਹ ਤੁਹਾਡਾ ਸਾਥ ਦਿੰਦੇ ਤਾਂ ਵਧੀਆ ਗੱਲ ਸੀ ਤੇ ਉਹ ਇਸ ਲਾਈਨ ਚ ਹੋ ਕੇ ਵੀ ਤੁਹਾਡੇ ਸਾਥ ਨਹੀਂ ਦਿੱਤਾ ਉਹਨਾਂ ਨੇ ਤੇ ਮੇਰਾ ਤਾਂ ਇਸ ਲਾਈਨ ਦੇ ਮੇਰੇ ਆਧ जुगाਦ ਚ ਕਿਸੇ ਦਾ ਰਿਸ਼ਤਾ ਨਹੀਂ ਹੈਗਾ ਹਾਂ ਮੈਂ ਤਾਂ ਹੀ ਤੁਹਾਨੂੰ ਇੱਕ ਗੱਲ ਦੱਸ ਰਹੀ ਹਾਂ ਕਿ ਜ਼ਰੂਰੀ ਦੀ ਹਾਂ ਕਿ ਮਤਲਬ ਮੈਨੂੰ ਹਾਂ ਮੈਨੂੰ ਕਿੰਨੇ ਪਰਮਿਸ਼ਨ ਦੇਣੀ ਸੀਗੀ ਕਿਸੇ ਨੂੰ ਪਤਾ ਹੀ ਨਹੀਂ ਸੀ ਥੀਏਟਰ ਕੀ ਆ ਕਿਸੇ ਨੂੰ ਪਤਾ ਹੀ ਨਹੀਂ ਸੀ ਫਿਲਮਾਂ ਕੀ ਆ ਕਿਉਂਕਿ ਹਰ ਕਿਸੇ ਦੇ ਦਿਮਾਗ ਚ ਇਹਦੇ ਪ੍ਰਤੀ 네ਗੇਟਿਵ ਹੀ ਗੱਲਾਂ ਜਾਂਦੀਆਂ ਨੇ ਫਿਲਮਾਂ ਵਾਲੇ ਐਕਟਰ ਐ ਹੁੰਦੇ ਆ ਐ ਹੁੰਦੇ ਆ ਐ ਹੁੰਦੇ ਇਦਾਂ ਦੇ ਹੁੰਦੇ ਆ ਇਦਾਂ ਦੇ ਹੁੰਦੇ ਆ ਤੇ ਇਸ ਕਰਕੇ ਉਹ ਸ਼ਾਇਦ ਨਹੀਂ ਸੀ ਚਾਹੁੰਦੇ ਕਿ ਵੀ ਕਈ ਸਾਢੇ 3 ਪੈਨਸ ਲਾਈਨ ਚ ਆਵੇ ਹਾਂ ਮੇਬੀ ਹੋ ਸਕਦਾ ਆਪਣੀ ਜਗ੍ਹਾ ਉਹ ਸਹੀ ਹੋਵੇ ਹਾਂਜੀ ਹਾਂ ਪਰ ਇਹ ਆ ਕਿ ਜਿਹੜਾ ਤੁਹਾਡੇ ਅੰਦਰ ਆਰਟ ਹੈ ਜਿਹੜਾ ਤੁਹਾਡੇ ਅੰਦਰ ਕਲਾਕਾਰ ਹੁੰਦਾ ਇੱਕ ਉਹ ਵੀ ਪਰਮਾਤਮਾ ਦੀ ਦੇਣ ਹੁੰਦੀ ਆ ਤੇ ਉਹੀ ਗੱਲ ਉਹੀ ਆ ਕਿ ਤੁਹਾਡੇ ਸੁਪਨਿਆਂ ਦਾ ਜਿਹੜਾ ਮਰ ਜਾਣਾ ਨਾ ਉਹ ਬਹੁਤ ਹੀ ਖਤਰਨਾਕ ਪਾਸਟਰੀ ਦੇ ਕਹਿਣ ਅਨੁਸਾਰ ਜਿੱਦਾਂ ਹੈ ਨਾ ਉਹ ਉਹਦੇ ਚ ਜਿਹੜਾ ਅਸੀਂ ਸਫਰ ਕਰਦੇ ਹਾਂ ਉਹ ਬਹੁਤ ਹੀ ਮੁਸ਼ਕਲ ਹੁੰਦਾ ਹੈ ਨਾ ਮੈਂ ਉਸ ਤੋਂ ਬਾਅਦ ਮੀਡੀਆ ਤੋਂ ਬਿਲਕੁਲ ਦੂਰ ਹੀ ਮੈਂ ਕਦੇ ਕਦੇ ਮੇਰੀਆਂ ਕੋਈ ਪੁਰਾਣੀਆਂ ਫੋਟੋਆਂ ਦੇਖ ਲੋ ਕਦੇ ਕੋਈ ਮੀਡੀਆ ਦੇ ਸਾਹਮਣੇ ਨਹੀਂ ਸੀ ਮੈਂ ਆਈ ਨਾਮ ਰਾਂ ਸਭ ਦੇ ਨਾਲ ਨਾ ਕਿਸੇ ਵੀ ਤਰੀਕੇ ਤਾਂ ਮੈਨੂੰ ਲੱਗੇ ਹੁੰਦਾ ਸੀ ਕਿ ਠੀਕ ਹੈ ਬੱਚੇ ਬੱਚੇ ਸੰਭਾਲਨੇ ਆ ਘਰ ਸੰਭਾਲਨਾ ਹੈ ਬਸ ਐਦਾਂ ਮਤਲਬ ਐਦਾਂ ਜੇ ਹੋ ਕੇ ਰਹਿ ਗਈ ਸੀ ਹੁਣ ਹੁਣ ਕੀ ਹੋਇਆ ਕਿ ਹੁਣ ਜਿੱਦਾਂ ਮੈਨੂੰ ਬੱਚਿਆਂ ਨੇ ਸਪੋਰਟ ਕੀਤਾ ਕਿ ਨਹੀਂ ਤੁਸੀਂ ਜੋ ਜਿੰਨਾ ਕਿ ਤੁਸੀਂ ਕਰ ਸਕਦੇ ਹੋ ਤੁਸੀਂ ਕਰੋ ਹੈ ਨਾ ਬਾਕੀ ਇਹ ਵੀ ਸੋਸ਼ਲ ਤੇ ਗੁਰਦੀਪ ਐ ਰੁਪਿੰਦਰ ਜੀ ਨੇ ਮੈਨੂੰ ਬਹੁਤ ਪੁਸ਼ ਕੀਤਾ ਕਿ ਨਹੀਂ ਨਹੀਂ ਤੁਸੀਂ ਮਤਲਬ ਜੋ ਜੋ ਕਰ ਸਕਦੇ ਹੋ ਤੁਸੀਂ ਸਾਨੂੰ ਲੱਗਦਾ ਹੈ ਨਾ ਤਾਂ ਥੈਂਕ ਯੂ ਉਹਨਾਂ ਦਾ ਬੱਚਿਆਂ ਦਾ ਵੀ ਤੇ ਉਹਨਾਂ ਦਾ ਵੀ ਚਲੋ ਬੱਚੇ ਹਾਂ ਮੇਰੇ ਵੀ ਜੇ ਤੋ ਬੱਚੇ ਥੋੜੇ ਜਿ ਹੁਣ ਬੱਚੇ ਤਾਂ ਚਲੋ ਮੇਰੇ ਵੀ ਥੋੜੇ ਬੱਚਾ ਤਰ੍ਹਾਂ ਮੇਰੇ ਵੀ ਜਵਾਨ ਹੀ ਵਿਆਹ ਨਾਲ 27 27 ਸਾਲ ਦੇ 25 ਸਾਲ ਦੇ ਹੋ ਗਏ ਨੇ ਬੇਟੀ 25 ਸਾਲ ਦੀ 27 ਸਾਲ ਦਾ ਹੋ ਗਿਆ ਬੇਟਾ ਮੇਰਾ ਤੇ ਉਹਨਾਂ ਨੇ ਨਹੀਂ ਕਦੇ ਵੀ ਮੈਨੂੰ ਕਿਸੇ ਕੰਤ ਤੋਂ ਕਿ ਹਾਂ ਨਹੀਂ ਆ ਨਹੀਂ ਕਰਨਾ ਉਹ ਨਹੀਂ ਕਰਨਾ ਸ਼ੁਰੂ ਤੋਂ ਨਹੀਂ ਬੇਟੀ ਵੀ ਮੇਰੀ ਪ੍ਰੋਪਰ ਸਪੋਰਟ ਕਰਦੀ ਹੈ ਮੇਰਾ ਬੇਟਾ ਵੀ ਕਰਦਾ ਹੈ ਉਹਨਾਂ ਨੇ ਕਦੇ ਵੀ ਨਹੀਂ ਕਿਹਾ ਹੁਣ ਤਾਂ ਖੈਰ ਮੇਰੇ ਹਸਬੰਦ ਵੀ ਬਹੁਤ ਹਾਂ ਨਹੀਂ ਤੁਸੀਂ ਤਾਂ ਬਹੁਤ ਵਧੀਆ ਮੁਕਾਮ ਹਾਸਿਲ ਕੀਤਾ ਹੈ ਕਿੰਨੀਆਂ ਮੂਵੀਜ਼ ਕੀਤੀਆਂ ਹਿੰਦੀ ਵੀ ਕੀਤੀਆਂ ਹਾਂਜੀ ਤੇ ਤੁਹਾਡੀ ਸਟਾਰਟਿੰਗ ਕਿਦਾਂ ਦੂਰਦਰਸ਼ਨ ਤੇ ਕੋਈ ਸੌਂਗਸ ਵਗੈਰਾ ਸੀਗੇ ਉਹਦੇ ਚ ਐਜ਼ ਅ ਮਾਡਲ ਆਏ ਸੀ ਪਹਿਲਾਂ ਤੁਸੀਂ ਹਾਂਜੀ ਹਾਂ ਇਹ ਸੋਹਣੇ ਮਾਡਲ ਸੀ ਬਿਲਕੁਲ ਮੈਂ ਮੇਰੇ ਖਿਆਲ ਨਾਲ ਕਰੈਕਟ 98 99 ਦੀ ਗੱਲ ਆ ਜਾਂ ਪਤਾ ਨਹੀਂ ਕੋਈ 2000 ਦੀ ਏਦਾਂ ਦੀ ਗੱਲ ਆ ਮੈਂ ਕਹਿੰਦੀ 99 ਦੀ ਗੱਲ ਹੋਣੀ ਆ ਮੈਂ ਦੂਦਰਸ਼ਨ ਤੇ ਮੇਰਾ ਇਹ ਜੇ ਮਾਡਲ ਸੌਂਗ ਆਇਆ ਸੀਗਾ ਇੱਕ ਤਾਂ ਸੀਗਾ ਮੇਜਰ ਰਾਸਤਾਨੀ ਆਪਣੇ ਬਠਿੰਡੇ ਤੋਂ ਹੀ ਬਲੋਂਗ ਕਰਦੇ ਸੀਗੇ ਤਾਂ ਉਹਨਾਂ ਦਾ ਇੱਕ ਲਾਸਟ ਸੌਂਗ ਸੀ ਮੈਨੂੰ ਲੱਗਦਾ ਕਿ 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 ਉਹ ਕਿੱਦਾਂ ਸੀ ਸੌਂਗ ਕੀਤਾ ਸੀ ਥੋੜੇ ਚਿਰ ਬਾਅਦ ਹੀ ਉਹਨਾਂ ਦੀ ਖਬਰ ਆ ਗਈ ਸੀਗੀ ਵੀ ਉਹ ਵਿਚਾਰੇ ਇੱਦਾਂ ਬਹੁਤ ਗਾਣੇ ਹਿੱਟ ਹੋਏ ਸੀ ਉਹਨਾਂ ਦੇ ਹਾਂਜੀ ਉਹਨਾਂ ਦੇ ਬਹੁਤ ਗਾਣੇ ਹਿੱਟ ਹੁੰਦੇ ਸੀਗੇ ਤੇ ਉਹਨਾਂ ਦਾ ਇੱਕ ਸੈਡ ਸੌਂਗ ਸੀਗਾ ਜਿਸ ਵਿੱਚ ਮੈਂ ਮਾਡਲਿੰਗ ਕੀਤੀ ਸੀਗੀ ਉਸ ਟਾਈਮ 99 ਦੀ ਗੱਲ ਆ ਮੇਰੇ ਖਿਆਲ ਚ ਹੈ ਨਾ ਤੇ ਇੱਕ ਉਹਨਾਂ ਦਾ ਸੌਂਗ ਕੀਤਾ ਸੀ ਉਸ ਤੋਂ ਪਹਿਲਾਂ ਮੈਂ ਇੱਕ ਕੀਤਾ ਸੀਗਾ ਅ ਮੇਰੇ ਖਿਆਲ ਹੁਸ਼ਿਆਰਪੁਰ ਤੋਂ ਜਾਂ ਕੁਛ ਮਿੱਕਾ ਸੀਗਾ ਮਿੱਕੀ ਸਿੰਘ ਜਾਂ ਮਿੱਕਾ ਸਿੰਘ ਕੋਈ ਨਿੱਕੀ ਸਿੰਘ ਵੀ ਸੀਗੀ ਮਿੱਕੀ ਸਿੰਘ ਹੁਸ਼ਿਆਰਪੁਰ ਦਾ ਨਾ ਮੈਂ ਉਹਨਾਂ ਦਾ ਇੱਕ ਸੌਂਗ ਸੀਗਾ ਉਹ ਮੈਂ ਐਜ਼ ਅ ਮਾਡਲ ਕੀਤਾ ਸੀਗਾ ਹਾਂਜੀ ਇਹ ਦੋਨੇ ਦੂ ਦਰਸ਼ਨ ਤੇ ਚੱਲੇ ਸੀਗੇ ਤੇ ਜਿਹੜਾ ਫਿਲਮਾਂ ਵਾਲਾ ਸਫਰ ਹੈ ਇਹ ਥੋੜਾ ਆਫਟਰ ਮੈਰੀ ਸਟਾਰਟ ਹੋਇਆ ਨਹੀਂ ਨਹੀਂ ਉਹ ਵੀ ਆਫਟਰ ਮੈਰੀ ਸੀ ਅੱਛਾ ਅੱਛਾ ਠੀਕ ਹੈ ਹਾਂਜੀ ਉਹ ਆਫਟਰ ਮੈਰੀ ਸੀ ਮੈਰੀ ਤੋਂ ਪਹਿਲਾਂ ਤੁਹਾਨੂੰ ਪਤਾ ਵੀ ਕਿੱਥੇ ਆਉਂਦੇ ਤੁਸੀਂ ਨਾ ਇਹ ਤਾਂ ਮੈਂ ਇੱਥੇ ਵੀ ਮੂਵ ਕਰ ਗਈ ਸੀਗੀ ਮੁਹੱਲੇ 'ਚ ਮੈਂ ਮੁਹੱਲੇ 'ਚ 95 'ਚ ਮੂਵ ਕਰ ਲਿਆ ਸੀ ਇੱਥੇ ਮੇਰੇ ਵੱਡੇ ਸਿਸਟਰ ਇੱਥੇ ਰਹਿੰਦੇ ਸੀ ਮੇਰੇ ਬ੍ਰਦਰ ਇੱਥੇ ਰਹਿੰਦੇ ਸੀਗੇ ਹਨਾ ਤੇ ਵੀ ਮੈਂ ਇੱਥੇ ਜਦੋਂ ਆਈ ਤੇ ਇੱਦਾਂ ਹੀ ਮੈਂ ਮਤਲਬ ਕੋਈ ਸ਼ੂਟਿੰਗ ਦੇਖਣ ਚਲੀ ਗਈ ਮੇਰੇ ਘਰ ਦੇ ਨਾਲ ਅਸੀਂ ਨੋ ਫੇਸ ਚ ਰਹਿੰਦੇ ਸੀਗੇ ਤੇ ਐਜੂਕੇਸ਼ਨ ਬੋਰਡ ਦੇ ਬੈਕ ਸਾਈਡ ਤੇ ਨੀਅਰ ਵੈਲੀ ਹੈਗੀ ਆ ਆ ਉੱਥੇ ਜੇ ਕੋਈ ਸ਼ੂਟ ਚੱਲ ਰਹੀ ਸੀ ਹੈ ਆਪਣੇ ਮੋਗੇ ਤੋਂ ਸੀਗੇ ਗਿੱਲ ਹਰਦੀਪ ਅੱਛਾ ਹਾਂਜੀ ਉਹਨਾਂ ਦਾ ਕੋਈ Song ਸੀਗਾ ਦੰਦ ਸੜ Song ਸੀਗਾ ਕੁਝ ਐਦਾਂ ਦਾ ਤੇ ਉੱਥੇ ਅਸੀਂ ਗਏ ਸੀ ਉਹਨਾਂ ਨੂੰ ਮਿਲਣ ਵਾਸਤੇ ਤੇ ਉੱਥੋਂ ਹੀ ਬੱਸ ਥੋੜਾ ਜਿਹਾ ਮੈਨੂੰ ਇੱਧਰਲੇ ਵਾਸੀ ਮਿਲ ਮਾਇਸੀ ਅੱਛਾ ਉੱਥੇ ਉੱਥੇ ਹੀ ਤੁਹਾਡੀ ਮਤਲਬ ਤੁਹਾਨੂੰ ਚੁਣ ਲਿਆ ਉਹਨਾਂ ਨੇ ਕਿ ਹਾਂ ਹਾਂ ਉੱਥੇ ਮੈਨੂੰ ਕਹਿਣ ਲੱਗੇ ਤੁਸੀਂ ਬੜੇ ਸਵੀਟ ਹੋ ਬੜੇ ਸੋਹਣੇ ਹੋ ਵੀ ਇੱਕ ਹੀਰੋਇਨ ਸਟਾਫ ਆ ਤੁਸੀਂ ਹੈਨਾ ਵੀ ਪ੍ਰੀਤੀ ਜੀ ਤੋਂ ਬਾਅਦ ਵੀ ਜੋ ਕੋਈ ਹੈਗਾ ਤੇ ਇੱਕ ਤੁਸੀਂ ਲੱਗ ਰਹੇ ਵੀ ਬੜੇ ਸਵੀਟ ਜੀ ਹੈਨਾ ਮਤਲਬ ਹੀਰੋਇਨ ਮਟੀਰੀਅਲ ਵੀ ਤੁਸੀਂ ਕੰਮ ਕਰਨਾ ਚਾਹੋਗੇ ਮੈਂ ਕਿਹਾ ਨਹੀਂ ਮੈਨੂੰ ਤਾਂ ਕੋਈ ਐਕਟਿੰਗ ਨਹੀਂ ਆਉਂਦੀ ਕੁਝ ਨਹੀਂ ਕਹਿੰਦੇ ਕੋਈ ਗੱਲ ਨਹੀਂ ਕਿਹੜਾ ਕੋਈ ਐਕਟਰ ਕਿਹੜਾ ਕੋਈ ਡੰਡਾ ਜਾਂਦੇ ਨੇ ਤੇ ਵੀ ਸਿਖਾਉਣੀ ਪੈਂਦੀ ਐ ਸਿੱਖਣਾ ਪੈਂਦਾ ਹੈ ਨਾ ਕੋਈ ਗੱਲ ਨਹੀਂ ਹਾਂਜੀ ਤੇ ਫਿਰ ਮੈਂ ਕਿਹਾ ਵੀ ਨਹੀਂ ਮੇਰੇ ਤਾਂ ਬੱਚੇ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਕੰਮ ਕਮ ਕਰੋਗੇ ਪੈਸਾ ਆਊਗਾ ਆਪੇ ਬੱਚੇ-ਬੱਚੇ ਵੀ ਸਰਵੈਂਟ ਮੇਡ ਰੱਖ ਲਓਗੇ ਇਦਾਂ ਦੀ ਮਤਲਬ ਗੱਲਾਂ ਉਹਨਾਂ ਨੇ ਮੈਨੂੰ ਕੀਤੀਆਂ ਵੀ ਚਲ ਕੋਈ ਨਾ ਤੁਸੀਂ ਇਹ ਵੀ ਟੈਨਸ਼ਨ ਨਹੀਂ ਆ ਤੁਸੀਂ ਕੰਮ ਕਰਨ ਤੋਂ ਐਗਰੀ ਹੋ ਜਾਓ ਹਨਾ ਤੇ ਫੇਰ ਆਪੇ ਬੰਦਾ ਕੋਈ ਮੇਡ ਰੱਖ ਲੈਂਦਾ ਏ ਬੱਚਿਆਂ ਵਾਸਤੇ ਵੀ ਬੱਚੇ ਛੋਟੇ ਸੀ ਹਜੇ ਉਦੋਂ ਮੇਰੀ ਬੇਟੀ ਮੇਰੇ ਖਿਆਲ ਸਾਲ ਡੇਢ ਸਾਲ ਦੀ ਸੀਗੀ ਸਾਰੀ ਹਜੇ ਉਸ ਟਾਈਮ ਹਣਾ ਚਲੋ ਬਸ ਉਥੋਂ ਮੈਂ ਉਹ ਸ਼ੂਟਿੰਗ ਦੇਖਣ ਗਈਆਂ ਤੇ ਫੇਰ ਅੱਜ ਤੱਕ ਸਫ਼ਰ ਚੱਲੀ ਜਾਂਦਾ ਮੇਰਾ ਹਾਂਜੀ ਜਿੱਦਾਂ ਹੁਣ ਤੁਹਾਨੂੰ ਪਹਿਲਾਂ ਪੇਕੇ ਘਰ ਤੋਂ ਇਨਕਾਰ ਮਿਲਿਆ ਫਿਰ ਹਸਬੰਦ ਤੋਂ ਵੀ ਇਨਕਾਰ ਮਿਲਿਆ ਹੈਨਾ ਹੁਣ ਜਦੋਂ ਬੱਚੇ ਸਪੋਰਟ ਕਰਦੇ ਆ ਤਾਂ ਕਿੰਨਾ ਚੰਗਾ ਲੱਗਦਾ ਵਧੀਆ ਲੱਗਦਾ ਬਹੁਤ ਵਧੀਆ ਲੱਗਦਾ ਸੀ ਮੈਂ ਕਈ ਵਾਰਾ ਥੋੜਾ ਜਿਹਾ ਕਿਉਂਕਿ ਹਜੇ ਵੀ ਮੈਂ ਘਰ ਨੂੰ ਲੈ ਕੇ ਬੜੀ ਹੋ ਗਈ ਆ ਮੈਂ ਕਿਤੇ ਮੇਰਾ ਕੋਈ ਸਰਕਲ ਨਹੀਂ ਹੈ ਕਿਤੇ ਆਉਣਾ ਜਾਣਾ ਨਹੀਂ ਕਿਤੇ ਘੁੰਮਣਾ ਫਿਰਨਾ ਨਹੀਂ ਸਵਾਇ ਸ਼ੂਟਿੰਗ ਤੋਂ ਇਲਾਵਾ ਮੇਰਾ ਕੋਈ ਸਰਕਲ ਨਹੀਂ ਹੈ ਨਾ ਬਸ ਘਰੋਂ ਸ਼ੂਟਿੰਗ ਤੇ ਸ਼ੂਟਿੰਗ ਤੋਂ ਘਰ ਬਸ ਇੰਨਾ ਕੀ ਮੇਰਾ ਦਾਰਾ ਹੈਗਾ ਤੇ ਉਸ ਵੇਲੇ ਕਈ ਵਾਰ ਬੱਚੇ ਕਹਿੰਦੇ ਨੇ ਜਾਂ ਬੇਟੇ ਕਹਿੰਦੇ ਉੱਥੇ ਜਾਓ ਉੱਥੇ ਜਾ ਮੈਂ ਕਹਿੰਦੀ ਛੱਡ ਮੈਂ ਕੀ ਕਰਨਾ ਕਿੱਥੇ ਜਾਣਾ ਮੈਂ ਤੇ ਹੁਣ ਤਾਂ ਬਿਲਕੁਲ ਲਾਈਫ ਹੀ ਥੋੜੇ ਸਾਹਮਣੇ ਕੋਈ ਚੇਂਜ ਹੋ ਗਈ ਸਾਰੀ ਹੁਣ ਤਾਂ ਵੈਸੇ ਹੀ ਗੱਲ ਕਰਦਾ ਕਿਤੇ ਜਾਂ ਨੂੰ ਕਿਤੇ ਨਿਕਲ ਨੂੰ ਯਾ ਉਦੋਂ ਦਾ ਤੇ ਹੁਣ ਦਾ ਮਾਹੌਲ ਬਹੁਤ ਫਰਕ ਪੈ ਗਿਆ ਬਹੁਤ ਫਰਕ ਪੈ ਗਿਆ ਜੀ ਮੈਂ ਤੁਹਾਨੂੰ ਇਹ ਪੁੱਛਾਂ ਕਿ ਜਿੱਦਾਂ ਤੁਹਾਡੀ ਬੇਟੀ ਹੈ ਬੇਟਾ ਹੈ ਤੁਹਾਡੀ ਬੇਟੀ ਇਸ ਕੰਮ ਵਿੱਚ ਆਉਣਾ ਚਾਹੁੰਦੀ ਹੈ ਜਾਂ ਤੁਹਾਡੀ ਨੂੰ ਆਉਣਾ ਚਾਵੇ ਇਸ ਕੰਮ ਵਿੱਚ ਤਾਂ ਤੁਸੀਂ ਫੁੱਲ ਸਪੋਰਟ ਕਰੋਗੇ ਬਿਲਕੁਲ ਕਰੂੰਗੀ ਮੈਂ ਤਾਂ ਆਪਸਮੈਂ ਕਈ ਜਗ੍ਹਾ ਤੇ ਆਪਣੇ ਬੇਟੇ ਦੀਆਂ ਪਿਕਸ ਭੇਜੀਆਂ ਜਾਂ ਮੈਂ ਇੰਟਰੋਡਿਊਸ ਕਰਾਇਆ ਕਈ ਡਾਇਰੈਕਟਰਾਂ ਨੂੰ ਤਾਂ ਚਲੋ ਜੌਬ ਕਰਦੀ ਆ ਵਧੀਆ ਸੈਟ ਹੈਗੀ ਆ ਪਰ ਉਹਦਾ ਵੀ ਇੱਕ ਸ਼ੌਂਕ ਸੀ ਕਿ ਮੰਮੀ ਮੈਂ ਕਦੇ ਕੋਈ ਮੂਵੀ ਕਰਨਾ ਚਾਹੁੰਦੀ ਆ ਕੁਛ ਹਨਾ ਤੇ ਉਹ ਥੋੜਾ ਜਿਹਾ ਇਦਾਂ ਹੋ ਗਿਆ ਕਿ ਜਦੋਂ ਉਹਨੂੰ ਕੋਈ ਮੂਵੀ ਆਉਂਦੀ ਹੈ ਕਾਲ ਆਉਂਦੀ ਹੈ ਉਦੋਂ ਵਿਚਾਰੀ ਕਿਤੇ ਨਾ ਕਿਤੇ ਬਿਜੀ ਹੁੰਦੀ ਹੈ ਤੇ ਉਹ ਤਾਂ ਕਰਕੇ ਉਹ ਨਹੀਂ ਕਰ ਪਾਈਗੀ ਇੱਕ ਦੋ ਨੂੰ ਮੂਵੀ ਦੇ ਆਫਰ ਆਈ ਹੈ ਪਰ ਉਹ ਨਹੀਂ ਕਰ ਪਾਈਗੀ ਤਾ ਉਹਨੂੰ ਹੈਗਾ ਸ਼ੌਂਕ ਤੇ ਮੈਂ ਕਿਹਾ ਵੀ ਆ ਗੱਲ ਵੀ ਚੱਲ ਰਹੀ ਕਿ ਤਰ੍ਹਾਂ ਕਿਤੇ ਜਿ ਕਿਤੇ ਗੱਲ ਬਣੀ ਤਾਂ ਠੀਕ ਆ ਕਰ ਲੂਗੀ ਨਹੀਂ ਤੇ ਫਿਰ ਆਪਣੀ ਜੌਬ ਤਾਂ ਕਰ ਹੀ ਰਹੀ ਹੈ ਉਹ ਬਿਲਕੁਲ ਆਬਵੀਸਲੀ ਤੁਸੀਂ ਇੰਨੇ ਖੂਬਸੂਰਤ ਉਹ ਬੇਟੀ ਤੇ ਬੇਟਾ ਵੀ ਉਨੇ ਹੀ ਖੂਬਸੂਰਤ ਹਾਂ ਮੇਰੇ ਬੱਚੇ ਦੋਨੇ ਹੀ ਖੂਬਸੂਰਤਾ ਵਧੀਆ ਹੈ ਸਵੀਟ ਆ ਹਾਂਜੀ ਮੈਂ ਜੇ ਪੰਜਾਬੀ ਫਿਲਮਾਂ ਦੀ ਗੱਲ ਕਰਾਂ ਜਿੱਦਾਂ ਹੁਣ ਤੁਸੀਂ ਬਹੁਤ ਹੀ ਸੋਹਣੇ ਹੋ ਹੈਨਾ ਤਾਂ ਜਿਹੜੀਆਂ ਆਪਣੀਆਂ ਪੰਜਾਬੀ ਫਿਲਮਾਂ ਇਹ ਨਾ ਪਿੰਡੂ ਪੰਜਾਬ ਤੇ ਜ਼ਿਆਦਾ ਬਣਦੀਆਂ ਲੈਕ ਟਿਪੀਕਲ ਜੇ ਫੇਸ ਚਾਹੀਦੇ ਹੁੰਦੇ ਇਹਨਾਂ ਨੂੰ ਤਾਂ ਕਦੀ ਕਦੀ ਖੂਬਸੂਰਤ ਹੋਣਾ ਨੁਕਸਾਨ ਦੇ ਸਾਬਿਤ ਹੁੰਦਾ ਬਿਲਕੁਲ ਜੀ ਹੁੰਦਾ ਮੈਂ ਜਦੋਂ ਇਸ ਲਾਇਨ ਚ ਆਈ ਸੀ ਉਦੋਂ ਮੈਨੂੰ ਕਹਿੰਦੇ ਸੀ ਤੂੰ ਬੜੀ ਸੋਹਣੀ ਹੈ ਤੂੰ ਫਿਲਮਾਂ 'ਚ ਹੋਣੀ ਚਾਹੀਦੀ ਹੈ ਬੜੀ ਸੋਹਣੀ ਹੈ ਤੂੰ ਫਿਲਮਾਂ 'ਚ ਹੋਣੀ ਚਾਹੀਦੀ ਮੈਨੂੰ ਮਤਲਬ ਇਦਾਂ ਕਰਦੇ ਸੀਗੇ ਸਾਰੇ ਹਨਾ ਤੇ ਹੁਣ ਜਿਵੇਂ ਮੈਂ ਤੇ ਹੀ ਸੋਚਿਆ ਸੀਗੇ ਵੀ ਚਲੋ ਫਿਲਮਾਂ 'ਚ ਸਾਰੇ ਸੋਹਣੇ ਹੁੰਦੇ ਨੇ ਹਨਾ ਸੋਹਣੇ ਕਰਕੇ ਆਏ ਸੀਗੇ ਪਰ ਹੁਣ ਜੇ ਚਲੋ ਇਹ ਵੀ ਇੱਕ ਫਿਲਮਾਂ ਦਾ ਇੱਕ ਪੀਰੀਅਡ ਹੁੰਦਾ ਏ ਕਦੇ ਸਬਜੈਕਟ ਸਟੋਰੀ ਦੇ ਅਕੋਰਡਿੰਗ ਹੀ ਚੱਲਦਾ ਹਨਾ ਜਿਵੇਂ ਹੁਣ ਕੋਈ ਇੱਕ ਫਿਲਮ ਸਾਡੀ ਹਿੱਟ ਹੋ ਗਈ ਸੀਗੀ ਅ ਅੰਗਰੇਜ਼ ਹਨਾ ਉਸ ਤੋਂ ਬਾਅਦ ਉਹ ਦੌਰ ਜਾਂ ਚੱਲ ਪਿਆ ਤੇ ਇਹ ਫਿਲਮਾਂ ਦਾ ਜਿਹੜੇ ਹੈਗੇ ਨੇ ਦੌਰ ਚੱਲਦੇ ਰਹਿੰਦੇ ਨੇ ਹੁਣ ਜਿਵੇਂ ਜੇ ਮੇਰੀ ਕੋਈ ਰਾਇਲ ਲੁੱਕ ਦਿਖਾਉਣੀ ਆ ਤੇ ਉਹ ਨੇਚਰਲੀ ਕਿ ਮੈਨੂੰ ਹੀ ਅਪਰੋਚ ਕਰਨਗੇ ਹਾਂਜੀ ਹਣਾ ਉਹ ਕਿਤੇ ਹੁਣ ਕੋਈ ਸ਼ਹਿਰੀ ਲੁੱਕ ਦਿਖਾਉਣੀ ਆ ਕਿਤੇ ਕੋਈ ਚੰਗਾ ਵਧੀਆ ਕੋਈ ਕੈਰੈਕਟਰ ਕੁਝ ਰਾਇਲ ਲੁੱਕਾਂ ਲਾ ਤੇ ਉਹ ਫਿਰ ਉੱਥੇ ਸੁਤਵੰਤ ਚਿੱਤੇ ਹੁੰਦੀ ਹੁੰਦੀ ਉਹਨਾਂ ਨੂੰ ਹਾਂ ਰਾਇਲ ਕੇਸ ਥੋੜਾ ਫਿਰ ਕੈਰੈਕਟਰ ਦੇ ਹਿਸਾਬ ਨਾਲ ਲਿਆ ਹਾਂ ਹਾਂ ਸਟੋਰੀ ਦੇ ਅਕੋਰਡਿੰਗ ਹੀ ਚੱਲਦਾ ਹਨਾ ਹੁਣ ਜਿਵੇਂ ਅੰਗਰੇਜ਼ ਫਿਲਮ ਹਟ ਹੋਈ ਉਸ ਤੋਂ ਬਾਅਦ ਜਿਵੇਂ ਸਾਡੀ ਇਦਾਂ ਦੇ ਟਿਪੀਕਲ ਕੈਰੈਕਟਰਾਂ ਦੀ ਜ਼ਿਆਦਾ ਡਿਮਾਂਡ ਹੋ ਗਈ ਤੇ ਉਹ ਫਿਰ ਉਹ ਜਿਹੜੀ ਮਰਕਲ ਕੁਈ 2-400 500 ਫਿਲਮਾਂ ਹੀ ਬਣ ਗਈਆਂ ਹੋਣੀਆਂ ਉਸ ਟਾਈਪ ਦੀਆਂ ਪਿੰਡੂ ਟਾਈਪ ਜੀਆਂ ਹਨਾ ਤੇ ਫਿਰ ਇਹ ਵੀ ਕੁਛ ਨਾ ਕੁਛ ਟਾਈਮ ਪੀਰੀਅਡ ਹੀ ਹੁੰਦਾ ਏ ਇੱਕ ਹਿੱਟ ਹੋ ਜਾਂਦੀ ਏ ਫਿਰ ਚੱਲਦੇ ਰਹਿੰਦੇ ਲੋਕ ਪਿੱਛੇ ਲੱਗੇ ਰਹਿੰਦੇ ਹਨਾ ਉਸ ਤੋਂ ਬਾਅਦ ਫਿਰ ਇਹ ਚੇਂਜ ਹੁੰਦੇ ਰਹਿੰਦੇ ਸਬਜੈਕਟ ਤਾਂ ਹਮੇਸ਼ਾ ਹੀ ਚੇਂਜ ਹੁੰਦੇ ਰਹਿੰਦੇ ਨੇ ਹੁਣ ਅਸੀਂ ਫਿਲਮ ਕੀਤੀ ਆ ਬਹੁਤ ਵਧੀਆ ਮੈਨੂੰ ਲੁੱਕ ਦਿੱਤੀ ਹੋਈ ਉਹਦੇ 'ਚ ਐਮਜੀ ਦੀ ਗੁੱਗੂ ਜੀ ਦੀ ਫਿਲਮ ਹੈਗੀ ਆ ਤੇ ਅੱਛੀ ਲੁੱਕ ਵਿੱਚ ਦਿੱਤੀ ਹੋਈ ਆ ਹੋ ਸਕਦਾ ਹੋ ਕਿ ਉਹ ਫਿਲਮ ਜੇ ਹਿੱਟ ਹੋ ਗਈ ਤੇ ਸਾਰਾ ਉਧਰ ਨੂੰ ਚੱਲ ਪੈਣਾ ਹੈ ਫਿਰ ਹੋਵੇ ਹਾਂ ਬਿਲਕੁਲ ਬਿਲਕੁਲ ਹਾਂ ਵੈਸੇ ਨਾ ਪਿੰਡੂ ਸਭਿਆਚਾਰ ਜਿੱਥੇ ਦਿਖਾਉਣਾ ਜਾਂ ਕੋਸ਼ ਫਿਰੋਜ਼ੀ ਸਾਹਿਬ ਪਰ ਮੈਂ ਇੱਕ ਗੱਲ ਇਹ ਵੀ ਕਹਣੀ ਆ ਕਿ ਆਪਾਂ ਵੀ ਤੁਸੀਂ ਵੀ ਕਿਤੇ ਨਾ ਕਿਤੇ ਪਿੰਡ ਨੂੰ ਬਿਲੋਂਗ ਕਰਦੇ ਹਾਂ ਮੈਂ ਵੀ ਹਾਂ ਤੇ ਫਿਰ ਪਿੰਡਾਂ 'ਚ ਤਾਂ ਕਿਹੜੇ ਜਨਾਲੀਆਂ ਸੋਹਣੀਆਂ ਨਹੀਂ ਹੁੰਦੀਆਂ ਹਾਂਜੀ ਅਸੀਂ ਪਿੰਡਾਂ 'ਚੋਂ ਹੀ ਆਏ ਹਾਂ ਅਸੀਂ ਪਿੰਡਾਂ 'ਚੋਂ ਹੀ ਆਏ ਹਾਂ ਹਾਂ ਹਣਾ ਸਾਡੀ ਮਾਂ ਵੀ ਸੋਣੀ ਸੀ ਸਾਡੇ ਪਿਓ ਵੀ ਸੁਪਨੇ ਸਿਤਾਈਆਂ ਸੀ ਸੋਣੇ ਸੀਗੇ ਤੇ ਵੀ ਇਹ ਤੇ ਇੱਕ ਵੈਸੇ ਜਿਹਾ ਹੋ ਜਾਂਦਾ ਵੀ ਨਾ ਇਹ ਵੀ ਚਲੋ ਪਿੰਡ 'ਚ ਤਾਂ ਸੋਹਣੀਆਂ ਵੀ ਆ ਹਰ ਤਰ੍ਹਾਂ ਦਾ ਕਰੈਕਟਰ ਹੁੰਦਾ ਹਣਾ ਹਾਂ ਬਿਲਕੁਲ ਬਿਲਕੁਲ ਤਾਂ ਮੈਂ ਤੁਹਾਡੇ ਵੀ ਇੱਕ ਗੱਲ ਪੁੱਛਣਾ ਚਾਹੁੰਦੀ ਹਾਂ ਕਿ ਜਦੋਂ ਭਾਜੀ ਐਦਾਂ ਹੋਏ ਤੇ ਤੁਹਾਨੂੰ ਵੀ ਬੜੀ ਸਟਰਗਲ ਕਰਨੀ ਪਈ ਮੈਂ ਸੁਣਿਆ ਸੀਗਾ ਕਿ ਤੁਹਾਨੂੰ ਹਾਂਜੀ ਐਕਚੁਅਲੀ ਇੰਟਰਵਿਊਜ਼ ਮੇਰੀਆਂ ਹੋਈਆਂ ਹੋਈਆਂ ਸਾਰਾ ਕੁਝ ਦੱਸਿਆ ਐਕਚੁਅਲੀ ਮੈਂ ਵੀ ਬੜਾ ਸਟਰਗਲ ਦੇਖਿਆ ਜਿਵੇਂ ਅਰਸ਼ ਫਰਸ਼ ਤੋਂ ਅਰਸ਼ ਦਾ ਸਫਰ ਈਜ਼ੀ ਹੁੰਦਾ ਈਜ਼ੀ ਹੁੰਦਾ ਹੈ ਹਾਂ ਤੇ ਜਦੋਂ ਤੁਸੀਂ ਅਰਸ਼ ਤੋਂ ਫਰਸ਼ ਤੇ ਆਉਂਦੇ ਹੋ ਤਾਂ ਉਹ ਸਟਰਗਲ ਬਹੁਤ ਬਹੁਤ ਜਮਨਦਸਨਾ ਹੋ ਜਾਂਦਾ ਉਹ ਸਾਨੂੰ ਚੱਲਣਾ ਬਹੁਤ ਔਖਾ ਹਾਂਜੀ 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 ਬਸ ਹਿੰਮਤ ਨਹੀਂ ਆ ਰਹੀ ਬੱਚਿਆਂ ਨੂੰ ਸਟੈਂਡ ਕੀਤਾ ਹੋ ਰਿਹਾ ਹਾਂ ਪਰਮਾਤਮਾ ਕਰੇ ਉਹ ਆਪਣੇ ਕੰਮ 'ਚ ਕਾਮਯਾਬ ਹੋਣ ਇਹ ਕਾਮਯਾਬੀ ਬਾਕੀ ਮੈਂ ਇਦਾਂ ਬਿਜ਼ੀ ਮਨ ਨੂੰ ਚੰਗਾ ਲੱਗਦਾ ਸਾਰੇ ਇਹ ਵਧੀਆ ਗੱਲ ਆ ਤੁਸੀਂ ਇੱਧਰ ਵੀ ਰੁਝੇ ਹਾਂ ਇੱਧਰ ਰੁਝੇ ਹੋਇਆ ਵਧੀਆ ਗੱਲ ਆ ਚੰਗਾ ਲੱਗਦਾ ਮੈਂ ਤੁਹਾਡੀਆਂ ਦੇਖੀ ਵੀ ਚ ਇੱਕ ਦੋ ਵਾਰੀ ਇੰਟਰਵਿਊ ਤੇ ਮੈਂ ਮੈਂ ਵੀ ਇੱਕ ਦਿਨ ਇਹ ਸੋਚਦੀ ਸੀ ਜਿਵੇਂ ਹੁਣ ਤੁਹਾਨੂੰ ਪਤਾ ਹੈ ਕਿ ਮੇਰੇ ਸੁਣ ਵੀ ਇਦਾਂ ਹੋ ਗਏ ਹਨਾ 6-7 ਮਹੀਨੇ ਹੋ ਗਏ ਮੈਂ ਕਈ ਵਾਰ ਇਹ ਸੋਚਦੀ ਆਂ ਵੀ ਜੇ ਮੈਂ ਇਸ ਲਾਈਨ 'ਚ ਨਾ ਹੁੰਦੀ ਤੇ ਜਿਵੇਂ ਮੇਰੇ ਬੱਚੇ ਹੁਣ ਦੋਨੇ ਜਵਾਨ ਆ ਵਿਆਹਣ ਵਾਲੇ ਆ ਹਾਂਜੀ ਹਨਾ ਅੱਜ ਉਹਨਾਂ ਦੀ ਅਸੀਂ ਅੱਜ ਗੱਲਬਾਤ ਹੀ ਕਰਦੇ ਪਏ ਸੀ ਵੀ ਚਲੋ ਕਿਤੇ ਰਿਸ਼ਤੇ ਰਸਤੇ ਦੀ ਜੀ ਮੈਂ ਇਸ ਲਾਈਨ ਚ ਨਾ ਹੁੰਦੀ ਤੇ ਫਿਰ ਮੈਂ ਕਿਵੇਂ ਗੁਜ਼ਾਰਾ ਕਰਨਾ ਸੀ ਸ਼ਾਇਦ ਤੁਹਾਡੇ ਤਰ੍ਹਾਂ ਸਗਰ ਮੈਨੂੰ ਵੀ ਕਰਨੀ ਪੈਂਦੀ ਸ਼ਾਇਦ ਕਿਤੇ ਮੈਨੂੰ ਵੀ ਬੁਟੀਕ ਖੋਲ ਕੇ ਬਹਿਣਾ ਪੈਂਦਾ ਸ਼ਾਇਦ ਕਿਤੇ ਮੈਨੂੰ ਕਿਤੇ ਦੁਕਾਨ ਖੋਲ ਕੇ ਬਹਿਣਾ ਬਹਿਣੀ ਪੈਂਦਾ ਬਹਿਣਾ ਪੈਂਦਾ ਹਨਾ ਜਾਂ ਕਿਤੇ ਕੁਝ ਵੀ ਸਟਰਗਲ ਕਰਨੀ ਕਿਉਂਕਿ ਦੇਖੋ ਆਪਾਂ ਇੱਕ ਬੱਚੇ ਤਾਂ ਪਾਲਨੇ ਆ ਨਾ ਘਰ ਚਲਾਉਣਾ ਕਿਉਂਕਿ ਬੱਚਿਆਂ ਦਾ ਕੋਈ ਕਸੂਰ ਨਹੀਂ ਤੁਸੀਂ ਉਹਨਾਂ ਨੂੰ ਨਹੀਂ ਕਹਿ ਸਕਦੇ ਕਿ ਵੀ ਸਾਡੀ ਅਸੀਂ ਬੈਡ ਲੱਕ ਹੋ ਗਈ ਹੈ ਸਾਡੀ ਉਹਨਾਂ ਦਾ ਕੋਈ ਕਸੂਰ ਨਹੀਂ ਆ ਉਹਨਾਂ ਨੂੰ ਤੁਸੀਂ ਵਧੀਆ ਪਾਲਣ ਪੋਸ਼ਣ ਤੁਹਾਡੀ ਰਿਸਪਾਂਸਿਬਿਲਟੀ ਆ ਤੁਹਾਡੇ ਸਰੀਰ ਦਾ ਹਿੱਸਾ ਆ ਉਹਨਾਂ ਨੂੰ ਵਧੀਆ ਤੁਸੀਂ ਪਾਲਣ ਪੋਸ਼ਣ ਉਹਨਾਂ ਦਾ ਵਧੀਆ ਕਰਨਾ ਹੀ ਕਰਨਾ ਹੈ ਕਰਨਾ ਹੀ ਕਰਨਾ ਉਹਨਾਂ ਨੂੰ ਵੀ ਆਦਤ ਪੈ ਜਾਂਦੀ ਹੈ ਹੁਣ ਜਿਵੇਂ ਤੁਹਾਡੇ ਬੱਚਨ ਵੀ ਆ ਤੁਸੀਂ ਵੀ ਚਲੋ ਇੱਕ ਵਧੀਆ ਤਰੀਕੇ ਨਾਲ ਰਹਿਣਾ ਇਸ ਤਰ੍ਹਾਂ ਹਾਂ ਲਾਈਫ ਸਟਾਈਲ ਮੇਰੇ ਬੱਚਾ ਨੂੰ ਵੀ ਹੈ ਵੀ ਚਲੋ ਇੱਕ ਵਧੀਆ ਲਾਈਫ ਸਟਾਈਲ ਜੰਦ ਰਿਹਾ ਉਹਨਾਂ ਦਾ ਹਨਾ ਤੇ ਹੁਣ ਵੀ ਮੇਰੀ ਮੇਰੀ ਕੋਸ਼ਿਸ਼ ਹੁਣ ਵੀ ਇਹ ਕਿ ਨਹੀਂ ਉਦਾਂ ਹੀ ਚੱਲੇ ਮੈਂ ਉਹ ਚ ਕੋਈ ਕਮੀ ਨਹੀਂ ਆਉਣ ਦਿੱਤੀਗੀ ਹੈਨਾ ਤੇ ਪ੍ਰਮਾਤਮਾ ਮੈਨੂੰ ਕਿ ਜਿਵੇਂ ਪ੍ਰਮਾਤਮਾ ਨੇ ਮੇਰੀ ਹੁਣ ਤੱਕ ਬਾਹ ਫੜੀ ਹੈ ਤੇ ਇਸ ਤਰ੍ਹਾਂ ਹੀ ਰੱਬ ਮੇਰੀ ਬਾਹ ਫੜੀ ਰੱਖੇ ਤੁਹਾਡੀ ਵੀ ਇਦਾਂ ਹੀ ਬੜੀ ਰੱਖੇ ਹਾਂ ਤੇ ਜਿਹੜਾ ਆਪਾਂ ਨਹੀਂ ਬਹੁਤ ਸ਼ੁਕਰ ਹੈ ਪ੍ਰਮਾਤਮਾ ਦਾ ਬੜੀ ਦੁਨੀਆ ਤੋਂ ਚੰਗੇ ਆ ਕੋਈ ਦੁਨੀਆ ਤੋਂ ਚੰਗੀਆਂ ਬੰਦਾ ਹੈ ਹਾਂ ਖੁਸ਼ ਨੂੰ ਕੁਝ ਜ਼ਰੀਆ ਬੰਦਾ ਹੈ ਅਗਰ ਤੁਹਾਡੀ ਨੀਅਤ ਸਾਫ਼ ਹੈ ਤੁਸੀਂ ਤੁਹਾਡੇ ਚ ਹਿੰਮਤ ਹੈਗੀ ਆ ਤਾਂ ਤੁਸੀਂ ਜਰੂਰ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਤੋੜ ਵਧੀਆ ਤਰੀਕੇ ਨਾਲ ਬਸ ਮੇਰੇ ਮੈਂ ਵੀ ਇਦਾਂ ਹੀ ਆ ਕਿ ਮੈਂ ਕਹਿੰਨੀ ਕਿ ਚਲੋ ਪ੍ਰਮਾਤਮਾ ਤੂੰ ਮਿਹਰ ਪਰੇ ਹੱਥ ਸਾਡੇ ਸਿਰ ਤੇ ਰੱਖੀ ਤੇ ਇਦਾਂ ਹੀ ਸਾਡੇ ਅੰਗ ਸੰਗ ਸਹਾਇਓ ਵੀ ਤੇ ਸਾਡੇ ਇਦਾਂ ਹੀ ਬਾਹ ਫੜੀ ਰੱਖੀ ਅਸੀਂ ਆਪਣੇ ਬੱਚਿਆਂ ਦਾ ਕੁਛ ਨਾ ਕੁਛ ਕਰਦੇ ਰਹੀਏ ਹਲੇ ਮੇਰਾ ਬੇਟਾ ਕੀ ਪ੍ਰੋਪਰ ਸੈਟ ਨਹੀਂ ਹੈਗਾ ਬੇਟੀ ਸੈਟ ਪਰ ਬੇਟਾ ਸੈਟ ਨਹੀਂ ਹੈਗਾ ਪਰ ਚਲੋ ਉਹਦੀ ਆਪਣੀ ਇੱਕ ਸਟਰਗਲ ਚੱਲਦੀ ਆ ਕਰਦਾ ਕੁਛ ਨਾ ਕੁਛ ਕਰਦਾ ਰਹਿੰਦਾ ਕੁਛ ਨਾ ਕੁਛ ਵਧੀਆਂ ਹੋ ਜਦੋਂ ਮੈਨੂੰ ਲੱਗਦਾ ਕਿ ਜਦੋਂ ਹਸਬੰਡ ਲਾਈਫ ਚੋਂ ਚਲਾ ਜਾਂਦਾ ਹੈ ਤਾਂ ਤੁਸੀਂ ਉਦੋਂ ਇੱਕ ਪਤਨੀ ਵੀ ਨਹੀਂ ਰਹਿ ਜਾਂਦੇ ਮੈਨੂੰ ਲੱਗਦਾ ਇੱਕ ਔਰਤ ਚ ਫਿਰ ਇੱਕ ਮਾਂ ਬਚਦੀ ਆ ਔਰ ਜਿਹੜੀ ਮਾਂ ਹੈ ਨਾ ਉਹ ਬਹੁਤ ਸਟਰੋਂਗ ਹੁੰਦੀ ਆ ਉਹਨੂੰ ਕੋਈ ਨਹੀਂ ਹਰਾ ਸਕਦਾ ਹੂੰ ਉਹਦਾ ਕੋਈ ਸਾਥ ਦੇਵੇ ਨਾ ਦੇਵੇ ਹਾਂ ਘਰ ਦੇ ਬਾਰ ਦੇ ਪਰਿਵਾਰ ਕੋਈ ਚਾਹੇ ਨਾ ਸਾਥ ਦੇਵੇ ਬਟ ਉਹਦੇ ਚ ਪਤਾ ਨਹੀਂ ਰੱਬ ਵੱਲੋਂ ਕਿੱਥੋਂ ਇੰਨੀ ਮਤ ਆਉਂਦੀ ਆ ਮੈਨੂੰ ਕਈ ਵਾਰੀ ਹਰਾਨੀ ਹੁੰਦੀ ਆਂਦੀ ਮੇਰੇ ਬੱਚੇ ਨਾ ਮੈਨੂੰ ਕੋਈ ਕੁਐਸਚਨ ਪੁੱਛਣਗੇ ਹੂੰ ਵੈਸੇ ਮੈਨੂੰ ਕੋਈ ਕੁਐਸਚਨ ਪੁੱਛੇ ਮੈਨੂੰ ਉਹਦਾ ਆਨਸਰ ਨਹੀਂ ਪਤਾ ਨਹੀਂ ਮੈਨੂੰ ਕਿੱਥੋਂ ਆਨਸਰ ਆ ਜਾਂਦਾ ਸੂਈ ਤੋਂ ਲੈ ਕੇ ਜਾ ਅੱਜ ਤੱਕ ਕੁਐਸਚਨ ਪੁੱਛ ਲੈਣ ਮੈਨੂੰ ਤੇ ਮੈਨੂੰ ਇਹ ਲੱਗ ਮੈਨੂੰ ਲੱਗੂ ਕਿ ਇਹ ਮੇਰੇ ਅੰਦਰ ਦੀ ਇੱਕ ਮਾਂ ਹੀ ਆ ਮੈਂ ਉਹਨਾਂ ਨੂੰ ਸੈਟੀਸਫਾਈ ਕਰ ਦਿੰਨੀ ਆ ਉਸ ਉਹ ਦਾ ਆਨਸਰ ਦੇ ਕੇ ਹੂੰ ਸੋ ਜਦੋਂ ਪਤਨੀ ਨਹੀਂ ਰਹਿ ਤੁਸੀ ਤਾਂ ਤੁਸੀਂ ਇੱਕ ਮਾਂ ਬਚਦੇ ਹੋ ਇਹ ਮਾਂ ਨੂੰ ਕੋਈ ਨਹੀਂ ਹਰਾ ਸਕਦਾ ਮਾਂ ਨੂੰ ਕੋਈ ਨਹੀਂ ਹਰਾ ਸਕਦਾ ਵਾਕਈ ਗੱਲ ਥੋੜੀ ਸਹੀ ਹੈ ਕਿ ਮਾਂ ਨੂੰ ਕੋਈ ਨਹੀਂ ਹਰਾ ਸਕਦਾ ਕਿਉਂਕਿ ਪਤਾ ਨਹੀਂ ਕਿੱਥੋਂ ਇੱਕ ਗੈਬੀ ਸ਼ਕਤੀ ਜੀ ਆ ਜਾਂਦੀ ਆ ਹਨਾ ਹੁਣ ਇੱਕ ਪਾਸੇ ਦੇਖੋ ਮੈਂ ਵੀ ਮੈਂ ਚਲੋ ਤੁਹਾਡਾ ਤਾਂ ਥੋੜਾ ਜਿਹਾ ਟਾਈਮ ਪੀਰੀਅਡ ਹੋ ਗਿਆ ਮੇਰੇ ਤਾਂ ਤਾਜੀ-ਤਾਜੀ 7:00 ਵਜੇ ਹੋਈ ਆ ਹਨਾ ਡੋਲ ਜਾਨੀ ਮੈਂ ਵੀ ਕਿਤੇ ਨਾ ਕਿਤੇ ਡੋਲ ਜਾਨੀ ਫਿਰ ਮੈਂ ਆਪਣੇ ਆਪ ਨੂੰ ਸਟਰੋਂਗ ਕਰਦੀ ਆ ਆਪਣੇ ਆਪ ਨੂੰ ਆਪ ਹੀ ਹੌਸਲਾ ਦਿੰਦੀ ਆ ਮੈਂ ਬੱਚਿਆਂ ਦੇ ਸਾਹਮਣੇ ਮੈਂ ਨਹੀਂ ਰੋਂਦੀ ਹਨਾ ਮੈਂ ਖੱਲੀ ਰੋ ਲੈਣੀ ਉਹਨਾਂ ਸਾਹਮਣੇ ਨਹੀਂ ਸੁਣਦੀ ਆਪਣੇ ਆਪ ਨੂੰ ਮੈਂ ਆਪੋ ਮਤਲਬ ਹੌਸਲੇ ਦਿੰਦੀ ਆ ਕਿ ਨਹੀਂ ਐਦਾਂ ਨਹੀਂ ਕਰਨਾ ਜੇ ਮੈਂ ਐਦਾਂ करूंगी ਤੇ ਬੱਚਿਆਂ ਨੂੰ ਕੀ ਆ ਕਿਉਂਕਿ ਸਾਡੇ ਉੱਤੇ ਡਬਲ ਡਬਲ ਜ਼ਿੰਮੇਵਾਰੀਆਂ ਪੈ ਜਾਂਦੀਆਂ ਨੇ ਇੱਕ ਮਾਂ ਦਾ ਵੀ ਅਸੀਂ ਵੀ ਮਾਂ ਵੀ ਅਸੀਂ ਤੇ ਪਿਓ ਵੀ ਅਸੀਂ ਤੇ ਬਾਕੀ ਸਾਰੇ ਘਰ ਦੀਆਂ ਨਾ ਜ਼ਿੰਮੇਵਾਰੀ ਤੇ ਇਸ ਕਰਕੇ ਮੈਂ ਆਪਣੇ ਆਪ ਨੂੰ ਬਹੁਤ ਸਟਰੋਂਗ ਰੱਖਦੀ ਆ ਵੀ ਨਹੀਂ ਆਪਾਂ ਡੋਲਣਾ ਨਹੀਂ ਆਪਾਂ ਕਿਸੇ ਤੋਂ ਨਹੀਂ ਮੰਗਣਾ ਮੈਂ ਆਪਣੇ ਬੱਚੇ ਨਹੀਂ ਕਿੰਨੇ ਆ ਵੀ ਨਹੀਂ ਜਿਵੇਂ ਪਰਮਾਤਮਾ ਸਾਨੂੰ ਕਰਜ ਆਇਆ ਸੀ ਥੋੜੇ ਜਿਹਾ ਗੁਜ਼ਾਰਾ ਕਰੀ ਜਿਵੇਂ ਕਰੀਏ ਚਲੋ ਇੰਡਸਟਰੀ ਸਾਥ ਦੇਈ ਜਾਂਦੀ ਆ ਕੰਮ ਚਲੋ ਕਿਤੇ ਨਾ ਕਿਤੇ ਮਿਲ ਜਾਂਦਾ ਹਨਾ ਦੇਖੋ ਮੈਂ ਤੇ ਇਹ ਸੋਚਦੀ ਕਿ ਦੁਜਾ ਕਿੰਨਾ ਕਿਚ ਸਾਨੂੰ ਪਾਲੂਗਾ ਅਸੀਂ ਤਿੰਨ ਜਾਨੇ ਆ ਘਰ ਚ ਹੈਨਾ ਸਾਡੇ ਰਿਸ਼ਤੇਦਾਰ ਭੈਣ ਭਰਾ ਵੀ ਕਿੰਨੇ ਕਿਤੇ ਸਾਨੂੰ ਦੇਣਗੇ ਖਾਣ ਨੂੰ ਕੋਈ ਸਾਨੂੰ ਰਾਸ਼ਨ ਦੇ ਦੂਗਾ ਕੋਈ ਸਾਨੂੰ ਸ਼ਾਪਿੰਗ ਕਰਾ ਦੂਗਾ ਪਰ ਸਾਡੇ ਜਿਹੜੇ ਐ ਇੰਨਾ ਜਿੰਨੇ ਕੋਈ ਪਾਲ ਸਕਦਾ ਇੰਨਾ ਲੰਬਾ ਟਾਈਮ ਕੋਈ ਨਹੀਂ ਸਾਨੂੰ ਦੇ ਸਕਦਾ ਹੈਨਾ ਕਈ ਵਾਰੀ ਨਾ ਸਤਵੰਤ ਜੀ ਕਈ ਵਾਰੀ ਕੋਈ ਚ ਨਹੀਂ ਚਾਹੀਦਾ ਹੁੰਦਾ ਕਿਸੇ ਨੂੰ ਸਿਰਫ ਅਨਨ ਤੁਹਾਨੂੰ ਇੱਕ ਮੋੜ ਸਪੋਰਟ ਚਾਹੀਦੀ ਆ ਤੁਹਾਨੂੰ ਦੋ ਬੋਲ ਚਾਹੀਦੇ ਹੁੰਦੇ ਆ ਹੌਸਲੇ ਦੇ ਕਿ ਅਸੀਂ ਤੁਹਾਡੇ ਨਾਲ ਬਿਲਕੁਲ ਨੀ ਆਈ ਤਾਂ ਚਲੋ ਸਾਰੇ ਮੇਰੇ ਭੈਣ ਭਰਾ ਨਾਲ ਹੀ ਆ ਸਾਰੇ ਮੇਰੇ ਹਮੇਸ਼ਾ ਨਾਲ ਪਹਿਲਾਂ ਵੀ ਨਾਲ ਸੀ ਮੇਰੇ ਹੁਣ ਵੀ ਨਾਲ ਨੇ ਸਾਰੇ ਰਿਸ਼ਤੇਦਾਰ ਨਾਲ ਨੇ ਪਰ ਮੈਂ ਕਿੰਨੀ ਕੀ ਆਪਾਂ ਕਿਉਂ ਕਿਸੇ ਤੇ ਬੋਝ ਬਨਨਾ ਅਸੀਂ ਬੋਝ ਨਹੀਂ ਬਨਨਾ ਕਿਸ ਤੋਂ ਹਾਂ ਜਦੋਂ ਹੱਦੋਂ ਵੱਧ ਕੁਛ ਹੋ ਜਾਂਦਾ ਜਾਂ ਜਿਵੇਂ ਮੇਰੇ ਸਹੁਰੇ بیمار ਹੋ ਗਏ ਸੀ ਅਟ ਟਾਈਮ ਕੁਛ ਅੱਦਾਂ ਹੋ ਗਿਆ ਸੀ ਤੇ ਮੇਰੇ ਸਾਰੇ ਇਕੱਠੇ ਹੋ ਗਏ ਸੀਗੇ ਮਿੰਟਾਂ 'ਚ ਮਤਲਬ ਜਿਵੇਂ ਕਹਿੰਦੇ ਕਿ ਸਾਰਾ ਢੇਰ ਹੀ ਲੱਗ ਗਿਆ ਸੀ ਹਸਪਤਾਲ ਦੇ ਵਿੱਚ ਸਭ ਨੇ ਆਪਣੇ ਆਪਣੇ ਪੈਸੇ ਦੀਆਂ ਵੀ ਜੇਬਾਂ ਭਰੀਆਂ ਹੋਈਆਂ ਸੀਗੀਆਂ ਮਤਲਬ ਮੈਨੂੰ ਨਹੀਂ ਉਹਨਾਂ ਨੇ ਡੋਲਰ ਦਿੱਤਾ ਕਿਸੇ ਤਰ੍ਹਾਂ ਵੀ ਤੂੰ ਫਿਕਰ ਨਹੀਂ ਕਰਨੀਗੀ ਪੈਸਾ ਵੀ ਆਪਰੇਸ਼ਨ ਕਰਾਉਣਾ ਕਰਾਵਾਂਗੇ ਜੋ ਵੀ ਆ ਜਦੋਂ ਮੇਰੇ ਹਸਬੰਦ ਨੂੰ ਪਹਿਲਾ ਅਟੈਕ ਆਇਆ ਹਨਾ ਜਦੋਂ ਸਾਨੂੰ ਐਕਚੁਅਲੀ ਚ ਪਤਾ ਨਹੀਂ ਚ ਲੱਗਿਆ ਵੀ ਅਟੈਕ ਆ ਹਨਾ ਤੇ ਉਹ ਮਤਲਬ ਇਹ ਹੌਸਲਾ ਬਹੁਤ ਵੱਡਾ ਹੁੰਦਾ ਹੈ ਹਨਾ ਇਹ ਤੁਹਾਨੂੰ ਬਹੁਤ ਹਿੰਮਤ ਆਉਂਦਾ ਵੀ ਚਲੋ ਮੇਰੇ ਭੈਣ ਭਰਾ ਨਾਲ ਮੈਂ ਉਦੋਂ ਕੋਈ ਨਹੀਂ ਡੋਲੀਗੀ ਮੈਨੂੰ ਕਿਉਂਕਿ ਸਭ ਨਾਲ ਪੂਰੀ سپورਟ ਸੀ ਇਹਨਾਂ ਦੇ ਨਾਲ ਤੇ ਫਿਰ ਮੇਰੀ ਮੇਰੀ ਤਾਂ ਹੀ ਹੁੰਦੀ ਕੁਝ ਵੀ ਨਹੀਂ ਚਲੋ ਜੇ ਸਾਨੂੰ ਪਰਮਾਤਮਾ ਨੇ ਕੁਝ ਦਿੱਤਾ ਹੈ ਜਾਂ ਸਾਡੇ ਚ ਹਿੰਮਤ ਆ ਸਾਨੂੰ ਆਪ ਕਰਨਾ ਚਾਹੀਦਾ ਆਪ ਕਮਾਉਣਾ ਚਾਹੀਦਾ ਕਿਉਂਕਿ ਇਹ ਜਿਹੜਾ ਟਾਈਮ ਹੁੰਦਾ ਨਾ ਬਿੰਦੂ ਜੀ ਕੋਈ ਪਤਾ ਨਹੀਂ ਕਦੋਂ ਕਿਸੇ ਤੇ ਵਾਪਰ ਜਾਣਾ ਇਹ ਘੜੀਆਂ ਕਦੋਂ ਸਾਨੂੰ ਦੇਖਣੀਆਂ ਪੈਂਦੀਆਂ ਹੁਣ ਤੁਸੀਂ ਕਿਹੜਾ ਸੋਚਿਆ ਹੋਣਾ ਵੀ ਇਦਾਂ ਦਾ ਕੁਝ ਹੋ ਜਾਊਗਾ ਮੈਂ ਵੀ ਕਿਹੜਾ ਸੋਚਿਆ ਸੀ ਲਾਈਫ 'ਚ ਕੁਝ ਇਦਾਂ ਦਾ ਮੇਰੇ ਨਾਲ ਵਾਪਰ ਜਾਊਗਾ ਤੇ ਸਾਨੂੰ ਇਹੋ ਜਿਹਾ ਕੁਝ ਵੀ ਫੇਸ ਕਰਨਾ ਪਊਗਾ ਹੈਨਾ ਤੇ ਮੈਨੂੰ ਲੱਗਦਾ ਕਿ ਸਾਨੂੰ ਹਰਤਾ ਨੂੰ ਕੁਛ ਨਾ ਕੁਛ ਕੰਮ ਜ਼ਰੂਰ ਕਰਨੇ ਚਾਹੀਦੇ ਨੇ ਜਿੰਨੇ ਜੇ ਪੜੀਆਂ ਤੇ ਉਹਨਾਂ ਨੂੰ ਕੋਈ ਨੌਕਰੀ ਕਰਨੀ ਚਾਹੀਦੀ ਹੈ ਜੇ ਨਹੀਂ ਵੀ ਪੜੀਆਂ ਤੇ ਉਹਨਾਂ ਨੂੰ ਕੁਝ ਨਾ ਕੋਈ ਆਪਣੇ ਕੰਮ ਧੰਦੇ ਕੋਈ ਆਪਣੇ ਛੋਟੇ ਮੋਟੇ ਆਪਣਾ ਜ਼ਰੂਰ ਕੰਮ ਹੋਣਾ ਚਾਹੀਦਾ ਵੀ ਕਦੇ ਵੀ ਕੋਈ ਵਿਫਤਾ ਪਵੇ ਤੇ ਕਦੇ ਅਸੀਂ ਕਿਸੇ ਤੇ ਬੋਝ ਨਾ ਬਣੀਏ ਅਸੀਂ ਆਪਣਾ ਕਮਾਈਏ ਅਸੀਂ ਆਪਣਾ ਜਿਵੇਂ ਵੀ ਆ ਰੁੱਖਾ ਮਿੱਸਾ ਖਾ ਕੇ ਅਸੀਂ ਆਪਣਾ ਗੁਜ਼ਾਰਾ ਕਰੀਏ ਤੇ ਆਪਣੇ ਆਪਣੇ ਬੱਚਿਆਂ ਨੂੰ ਆਪ ਪਾਲੀਏ हां ठीक है ਤੁਹਾਡੇ ਭੈਣ ਭਰਾ ਤੁਹਾਡੇ ਨਾਲ ਹੁੰਦੇ ਨੇ ਕਦੇ ਕੋਈ ਇਹੋ ਜਿਹਾ ਮੌਕੇ ਹੁੰਦੇ ਚੱਲ ਇਹ ਇਹ ਵੀ ਇੱਕ ਆਧਾਰਸ਼ਦਾਰੀ ਹੁੰਦਾ ਹੈ ਹਾਂਜੀ ਹੈਨਾ ਬਈ ਬਿਲਕੁਲ ਨਹੀਂ ਤੁਹਾਡੇ ਤੇ ਉਹ ਕਰ ਸਕਦੇ ਕਿ ਵੀ ਹਾਂ ਵੀ ਚਲੋ ਵੀ ਚਲੋ ਜਦ ਕਿਸੇ ਮੌਕੇ ਤੇ ਕਿਸੇ ਨੇ ਸਾਥ ਦਿੱਤਾ ਚਲੋ ਆਪਾਂ ਉਹਦਾ ਜੇ ਹੈਲਪ ਕੀਤੀ ਹੈ ਫਾਈਨੈਂਸ਼ਲੀ ਹੈਲਪ ਕੀਤੀ ਤਾਂ ਆਪਾਂ ਚਲੋ ਉਹਦਾ ਮੋੜ ਦਾਂਗੇ ਐਦਾਂ ਤਾਂ ਚਲੋ ਹਰ ਕਿਸ ਦੇ ਸਰਕਲ ਚੱਲਦੇ ਰਹਿੰਦੇ ਨੇ ਤੇ ਜੇ ਹੁਣ ਮੈਂ ਕਹਾਂ ਨਾ ਕਿ ਮੇਰੇ ਜਵਾਕ ਵੀ ਵਿਆਹਣ ਵਾਲੇ ਤੇ ਮੇਰਾ ਮੇਰੇ ਸਾਰਾ ਟੱਬਰ ਹੀ ਬਿਓ ਮੇਰੇ ਜਵਾਕ ਵੀ ਵਿਆਹਣ ਮੇਰੇ ਕੁੜੀ ਵੀ ਵਿਆਹ ਅਗਲੇ ਕਿੱਥੋਂ ਇੰਨਾ ਖਰਚਾ ਕਰਨ ਇਹਦਾ ਮੈਨੂੰ ਹੀ ਕਰਨਾ ਪੈਣਾ ਦਾ ਅਸੀਂ ਆਪਦੇ ਤੇ ਸੋਚੀ ਅਸੀਂ ਕਦੋਂ ਕਿਸੇ ਦਾ ਇਹ ਨਗਰ ਇਹ ਬੜੀ ਕੌੜੀ ਜੀ ਗੱਲ ਹੈ ਬਟ ਕਿੱਥੇ ਹਾਂ ਬਸ ਇਹ ਹੁੰਦਾ ਕਿ ਉਹ ਪੁੱਛਣਾ ਟਾਈਮ ਹੁੰਦਾ ਹੈ ਬਸ ਦਾ ਕੁਝ ਟਾਈਮ ਹੁੰਦਾ ਜਦੋਂ ਤੁਹਾਨੂੰ ਕਿਸੇ ਦੀ ਲੋੜ ਹੁੰਦੀ ਕਿਸੇ ਆਪਣੇ ਦੀ ਮੋਡਲਸ ਬੋਰਡ ਦੀ ਬਿਲਕੁਲ ਕੋਈ ਨਹੀਂ ਕਿਸੇ ਤੇ ਬੋਝ ਬਣਦਾ ਨਾ ਹੀ ਕੋਈ ਬਣਾਉਂਦਾ ਹੈ ਬੋਝ ਕੋਈ ਕੋਣ ਖਵਾਉਂਦਾ ਹੈ ਬਿਠਾ ਕੇ ਤੇ ਨਾ ਹੀ ਕੋਈ ਖਾਂਦਾ ਕਿਸੇ ਦਾ ਹਾਂ ਬਿਲਕੁਲ ਹਾਂ ਬਾਕੀ ਇਨਸਾਨੀ ਫਿਤਰਤ ਹੈ ਜਿੱਦਾਂ ਤੁਸੀਂ ਕਿਹਾ ਕਿ ਕੁੜੀਆਂ ਨੂੰ ਪੜਨਾ ਲਿਖਣਾ ਚਾਹੀਦਾ ਆਪਦੇ ਪੈਰਾਂ ਸਿਰ ਕੁਝ ਵੀ ਬੜਾ ਕੋਸ਼ ਹੈ ਹੁਣ ਤਾਂ ਬੜਾ ਹੀ ਕੋਸ਼ ਹੈ ਬਹੁਤ ਕੁੜੀਆਂ ਬੋਲਡ ਵੀ ਬਹੁਤ ਹੈ ਸਾਰੇ ਬੱਚੇ ਆਪਦਾ ਸੋਚਦੇ ਵੀ ਹੁਣ ਅ ਪਰ ਨਾ ਅਸੀਂ ਲੋਕ ਇਨਸਾਨੀ ਫਿਤਰਤ ਹੈ ਕਿ ਅਸੀਂ ਇਹ ਕਦੀ ਨਹੀਂ ਸੋਚਦੇ ਕਿ ਸਾਡੇ ਨਾਲ ਕੁਝ ਬੁਰਾ ਹੋ ਜਾਣਾ ਹੈ ਅਸੀਂ ਹਮੇਸ਼ਾ ਹੀ ਚੰਗਾ ਸੋਚਦੇ ਆਂ ਐਦਾਂ ਕਰ ਲੈਣਾ ਅਗਲੇ ਸਾਲ ਅਗਲੇ ਮਹੀਨੇ ਆ ਕਰ ਲੈਣਾ ਇਸ ਸਾਲ ਆ ਕਰ ਲੈਣਾ ਐ ਕਰ ਲੈਣਾ ਤਾਂ ਉਹ ਕੀ ਹੁੰਦਾ ਕਿ ਤੁਸੀਂ ਉਸ ਚੀਜ਼ ਲਈ ਆਪਣੇ ਨੂੰ ਰੈਡੀ ਨਹੀਂ ਕਰਦੇ ਮੈਂ ਲਾਈਫ ਤੋਂ ਇਹ ਸਿੱਖਿਆ ਕਿ ਤੁਸੀਂ ਨਾ ਇਸ ਚੀਜ਼ ਲਈ ਵੀ ਰੈਡੀ ਰਹੋ ਹਾਂ ਕਿ ਪ੍ਰਮਾਤਮਾ ਨਾ ਕਰੇ ਤੁਹਾਡੇ ਨਾਲ ਜੇ ਕੁਝ ਕਦੇ ਕੁਝ ਵਾਪਰ ਜਾਂਦੀ ਹੈ ਉਹ ਜੇ ਤਾਂ ਫਿਰ ਤੁਸੀਂ ਕੀ ਕਰੋਗੇ ਪਰ ਅਸੀਂ ਅਸੀਂ ਇਹ ਸੋਚਦੇ ਨਾ ਹਾਂ ਜੀ ਮੈਂ ਨਾ ਥੋੜੇ ਦਿਨ ਪਹਿਲਾਂ ਇੱਕ ਮੁੰਡੇ ਕਿਸੇ ਦੀ ਵੀਡੀਓ ਦੇਖ ਰਹੀ ਸੀ ਮੈਨੂੰ ਬੜਾ ਵਧੀਆ ਲੱਗਿਆ ਉਹ ਕਹਿੰਦਾ ਕਿ ਮੈਂ ਕਹਿੰਦਾ ਐਕਸੀਡੈਂਟ ਜਿੱਦਾਂ ਅੱਜਕੱਲ ਬਹੁਤ ਹੁੰਦੇ ਹੈਗੇ ਉਹ ਕਹਿੰਦਾ ਐਕਸੀਡੈਂਟ ਹੋ ਜਾਂਦੇ ਆ ਕਈ ਲੋਕ ਤਾਂ ਪਹਿਲਾਂ ਡਰਦੇ ਨਹੀਂ ਚੱਕਦੇ ਕਿ ਪੁਲਿਸ ਦਾ ਚੱਕਰ ਪਊ ਕਹਿੰਦਾ ਜੇ ਚੱਕ ਲੈਂਦੇ ਆ ਫੋਨ ਅਗਲੇ ਦਾ ਫੜਦੇ ਸਭ ਤੋਂ ਪਹਿਲਾਂ ਫੋਨ ਨੂੰ ਫੜਦਿਆ ਕਿ ਇਹਦੇ ਘਰ ਦੇ ਹੁੰਦਾ ਸੀ ਅੱਗੇ ਲੋਕ ਲੱਗਾ ਹੁੰਦਾ ਹੈ ਕਹਿੰਦਾ ਉਹ ਕਈ ਵਾਰੀ ਕੀ ਹੁੰਦਾ ਕਿ ਇਸੇ ਦੇਰੀ ਕਰਕੇ ਕਿਸੇ ਦੀ ਜਾਨ ਚਲੀ ਜਾਂਦੀ ਆ ਵੀ ਘਰਦਿਆਂ ਨੂੰ ਸਮੇਂ ਸਿਰ ਨਹੀਂ ਦੱਸਿਆ ਜਾਂਦਾ ਤਾਂ ਉਹ ਬੜੀ ਵਧੀਆ ਗੱਲ ਦੱਸ ਰਿਹਾ ਸੀ ਉਹ ਕਹਿੰਦਾ ਮੈਂ ਕੀ ਕੀਤਾ ਹੋਇਆ ਕਿ ਮੈਂ ਆਪਦੇ ਸਕਰੀਨ ਦੇ ਉੱਤੇ ਆਪਦਾ ਆਪਦੇ ਫਾਦਰ ਦਾ ਫੋਨ ਨੰਬਰ ਲਿਖ ਕੇ ਲਾਇਆ ਹੋਇਆ ਹੈ ਹਾਂ ਹਾਂਜੀ ਫੋਨ ਨੰਬਰ ਲੈ ਕੇ ਜਦੋਂ ਉਹ ਲੋਕ ਨਹੀਂ ਖੁੱਲੂਗਾ ਬਟ ਜਦੋਂ ਕੋਈ ਉਹਨੂੰ ਟੱਚ ਕਰੂਗਾ ਤਾਂ ਉਹ ਸਕਰੀਨ ਜਦੋਂ ਔਨ ਹੋਈ ਤਾਂ ਉੱਥੇ ਇੱਕ ਨੰਬਰ ਆ ਜਾਊਗਾ ਤਾਂ ਮੈਨੂੰ ਉਹਦਾ ਨੇ ਆਈਡੀਆ ਬੜਾ ਵਧੀਆ ਲੱਗਿਆ ਉਹੀ ਕਿ ਅਸੀਂ ਬੁਰੇ ਲਈ ਨਹੀਂ ਨਾ ਸੋਚਦੇ ਕਿ ਬੁਰਾ ਹੋ ਜਾਊ ਇੱਕ ਮੈਂ ਤੁਹਾਡੀ ਗੱਲ ਕੱਟਦੀ ਹਾਂ ਕੁਰੀ ਇੱਕ ਵਾਰ ਇਦਾਂ ਮੈਂ ਕਿਸੇ ਦੀ ਗੱਲ ਸੁਣੀ ਹੈ ਕੋਈ ਐਕਸੀਡੈਂਟ ਹੋ ਗਿਆ ਸੀ ਕਿਸੇ ਜਵਾਨ ਮੁੰਡੇ ਦਾ ਨਾ ਤੇ ਉਹਨੇ ਵੀ ਸਕਰੀਨ ਲੋਕ ਲਾਇਆ ਸੀ ਤੇ ਉਹ ਕਹਿੰਦਾ ਕਿ ਮੈਂ ਮਤਰੀ ਨੂੰ ਕਿਤੇ ਲੈ ਕੇ ਨਹੀਂ ਜਾ ਸਕਿਆ ਜਦੋਂ ਮੈਂ ਉਹਦਾ ਮੋਬਾਈਲ ਚੱਕਿਆ ਤੇ ਸਕਰੀਨ ਲੌਕ ਕਹਿੰਦੇ ਜੇ ਸਕਰੀਨ ਲੌਕ ਨਾ ਲੱਗਿਆ ਹੁੰਦੇ ਤੇ ਇਹਦੀ ਜਾਨ ਬਚ ਜਾਨੀ ਸੀ ਉਹੀ ਗੱਲ ਹੈ ਹਾਂਜੀ ਹਾਂ ਕਿਉਂਕਿ ਅਸੀਂ ਨਹੀਂ ਰੈਡੀ ਰਹਿੰਦੇ ਕਿ پورے ਦਿਨਾਂ ਵਾਸਤੇ ਬਟ ਚਲੋ ਪਰਮਾਤਮਾ ਕਿਸੇ ਦਿਨ ਲਿਆਵੇ ਨਾ ਜਿ ਆਵੇ ਨਾ ਕਿਸੇ ਵਾਸਤੇ ਵੀ ਪਰ ਜਿਹਦੇ ਤੇ ਆਏ ਉਹਨਾਂ ਨੂੰ ਫੇਸ ਕਰਨਾ ਬਹੁਤ ਔਖਾ ਹੈ ਉਹਨਾਂ ਨੂੰ ਹੀ ਪਤਾ ਹੁੰਦਾ ਜੀ ਸਬਰ ਕਰਨੀ ਚਲੋ ਬੰਗਾਲ ਬਾਦ ਥੋੜਾ ਰੁਖ ਬਦਲ ਦਿਆਂ ਤੁਸੀਂ মিডিਆ ਤੋਂ ਥੋੜਾ ਦੂਰ ਰਹਿੰਦੇ ਹੋ ਕਿ ਮੈਨੂੰ ਹੀ ਲੱਗਦਾ ਹੈ ਮੈਂ ਦੂਰ ਹੀ ਰਹਿਣੀ ਆ ਥੋੜਾ ਹੈ ਨਾ ਮੈਨੂੰ ਲੱਗਦਾ ਕਿ ਕਿਉਂਕਿ ਜਿੱਦਾਂ ਦਾ ਹੁਣ ਹੈਗਾ ਫੇਸਬੁੱਕ ਇੰਸਟਾਗ੍ਰam ਐਂਡ ਸਾਰਾ ਕੁਝ ਜੋ ਵੀ ਹੈ ਨਾ ਤਾਂ ਤੁਸੀਂ ਥੋੜਾ ਜਿਹਾ ਦੂਰ ਰਹੋ ਉਹਦਾ ਕੀ ਰੀਜ਼ਨ ਹੈ ਵੈਸੇ ਹੀ ਬਸ ਵੈਸੇ ਹੀ ਮੈਂ ਥੋੜਾ ਜਿਹਾ ਦੂਰ ਹੀ ਰਹਿਣੀ ਆ ਪਤਾ ਨਹੀਂ ਕਿਉਂ ਕੁਝ ਖਾਸ ਵਜ੍ਹਾ ਨਹੀਂ ਹੈਗੀ ਵੈਸੇ ਹੀ ਬਸ ਹਾਂ ਐਕਚੁਅਲੀ ਜਦੋਂ ਜਦੋਂ ਸਾਡਾ ਦੌਰ ਸੀ ਨਾ ਉਦੋਂ ਇਹ ਚੀਜ਼ਾਂ ਹੈ ਨਹੀਂ ਸੀ ਹੈ ਨਹੀਂ ਸੀ ਹਾਂ ਜੀ ਹਾਂ ਸੋ ਬਾਕੀ ਕੰਮ ਆ ਰਿਹਾ ਹੈ ਤਾਂ ਵਧੀਆ ਤੁਸੀਂ ਤਰੱਕੀ ਕਰ ਰਹੇ ਹੋ ਹਾਂ ਬਸ ਚਲੋ ਕੰਮ ਆਉਂਦਾ ਮੈਨੂੰ ਕੰਮ ਮੈਂ ਸੋਸ਼ਲ ਮੀਡੀਆ ਤੇ ਵੀ ਬਹੁਤ ਘੱਟ ਹੀ ਐਕਟਿਵ ਰਹਿੰਦੀ ਹਾਂ ਕਿਉਂਕਿ ਚਲੋ ਆਪਣਾ ਕੰਮ ਕਰ ਲਿਆ ਬਸ ਕੋਈ ਇੱਕਦਰੀ ਪੋਸਟ ਪਾਤੀ ਪਾਤੀ ਨਹੀਂ ਪਾਈ ਨਹੀਂ ਮਹੀਨੇ-ਮਹੀਨੇ ਲੰਘ ਜਾਂਦੇ ਨੇ ਕਈ ਵਾਰ ਨਾ ਮੈਨੂੰ ਬਹੁਤ ਲੋਕਾਂ ਨੇ ਇਹ ਕਿਹਾ ਕਿ ਮੈਡਮ ਤੁਸੀਂ ਇਦਾਂ ਨਾ ਕਰਿਆ ਕਰੋ ਤੁਸੀਂ ਮਤਲਬ ਮੀਡੀਆ ਤੋਂ ਦੂਰ ਨਾ ਰਹਿਆ ਕਰੋ ਪਰ ਵੈਸੇ ਹੀ ਬਸ ਪਤਾ ਨਹੀਂ ਕੀ ਹੈ ਬਿਲਕੁਲ ਬਿਲਕੁਲ ਬਸ ਮੈਨੂੰ ਨਾ ਬੜਾ ਚੰਗਾ ਲੱਗ ਰਿਹਾ ਕਿ ਤੁਸੀਂ ਜਿਹੜੇ ਸੁਪਨੇ ਦੇਖੇ ਸਕੂਲ ਟਾਈਮ ਤੋਂ हां ओ ਤੁਸੀਂ ਆਪਦੇ ਸੁਪਨੇ ਕਿਸੇ ਵੀ ਤਰੀਕੇ ਸੀ ਬਟ ਉਹ ਪੂਰੇ ਕੀਤੇ ਮੈਂ ਇਸ ਲਈ ਸੱਚੀ ਅਪਰੀਸ਼ੀਏਟ ਕਰਦੀ ਆ ਤੁਹਾਨੂੰ ਇਹ ਵੀ ਕਿਸੇ ਕੋਈ ਕੋਈ ਆ ਕਿਸੇ ਕਿਸੇ ਚ ਇਹ ਤਾਕਤ ਹੁੰਦੀ ਹੈ ਆਦਰਵਾਇਜ਼ ਨਾ ਬਸ ਉਹ ਹੋ ਜਾਂਦਾ ਕਿ ਠੀਕ ਹੈ ਓਕੇ ਚਲੋ ਜਿਹੜੀ ਲਾਈਨ ਹਾਂਜੀ ਐਵੇਂ ਕੀਤੇ ਆ ਬਿਲਕੁਲ ਕੀਤੇ ਆ ਮੈਂ ਕਿਸੇ ਟਾਈਮ ਮੈਂ ਸੁਪਨਾ ਦੇਖਿਆ ਸੀਗਾ ਤੇ ਪਰ ਮੈਂ ਅੱਜ ਉਹ ਪੂਰਾ ਕੀਤਾ ਮੈਂ ਇੰਨਾ ਕੀ ਸੁਪਨਾ ਦੇਖਿਆ ਸੀ ਕਿ ਮੈਂ ਆਪਣੇ ਆਪ ਨੂੰ ਟੀਵੀ ਤੇ ਦੇਖਣਾ ਹਮ ਇੰਨਾ ਕੀ ਸੁਪਨਾ ਲਿਆ ਸੀ ਉਦੋਂ ਮੈਂ ਇਹ ਨਹੀਂ ਸੋਚਿਆ ਸੀ ਕਿ ਮੈਂ ਐਕਟਰ ਬੰਨਾ ਜਾਂ ਮੈਂ ਇਹ ਕਰਨਾ ਜਾਂ ਮੈਂ ਕੰਨੀਆਂ ਫਿਲਮਾਂ ਕਰਾਂ ਜਾਂ ਮੈਂ ਹੀਰੋਇਨ ਬਣਾ ਐਦਾ ਕੁਝ ਨਹੀਂ ਸੀਗਾ ਸਿਰਫ ਆਪਣੀ ਇੱਕ ਝਲਕ ਮੈਂ ਟੀਵੀ ਤੇ ਦੇਖਣਾ ਚਾਹੁੰਦੀ ਸੀ ਜਿਵੇਂ ਮੇਰੀਆਂ ਸਹੇਲੀਆਂ ਮੈਨੂੰ ਪੰਪਿੰਗ ਕਰਦੀਆਂ ਸੀਆਂ ਵੀ ਤੂੰ ਬੜੀ ਸੋਹਣੀ ਬੜੀ ਸੋਹਣੀ ਤੂੰ ਟੀਵੀ ਤੇ ਆ ਤੂੰ ਟੀਵੀ ਤੇ ਹਣਾ ਬਸ ਉਹ ਮੈਂ ਇੱਕ ਦੇਖਣਾ ਚਾਹੁੰਦੀ ਸੀ ਕਿ ਮੈਂ ਆਪਣੇ ਆਪ ਨੂੰ ਟੀਵੀ ਤੇ ਦੇਖਣਾ ਤੇ ਚਲੋ ਹੁਣ ਪ੍ਰਮਾਤਮਾ ਦੀ ਇੰਨੀ ਮਿਹਰ ਆ ਕਿ ਇੱਕ ਨਹੀਂ ਪਤਾ ਨਹੀਂ 80 90 ਮੈਂ ਫਿਲਮਾਂ ਕਰ ਲਈਆਂ ਬਾਕੀ ਸੌਂਗ ਵੀਡੀਓ ਤਾਂ ਮੈਨੂੰ ਪਤਾ ਹੀ ਨਹੀਂ ਹਜ਼ਾਰਾਂ ਦੇ ਹਿਸਾਬ ਨਾਲ ਕੀਤੇ ਮੈਨੂੰ ਆਪ ਹੀ ਨਹੀਂ ਪਤਾਗਾ ਮਤਲਬ ਜਿੰਨੇ ਵੀ ਆਪਣੇ ਫੇਮਸ ਸਿੰਗਰ ਕਹਿ ਸਕਦੇ ਆ ਚਾਹੇ ਗੁਰਦਾਸ ਮਾਨ ਜੀ ਆਰ ਭਜਨ ਮਾਨ ਜੀ ਬੱਬੂ ਮਾਨ ਜਾਂ ਗਿੱਪੀ ਗਰੇਵਾਲ ਦਿਲਜੀਤ ਦੋਸਾਂ ਜੈਮੀ ਵਿਰਕ ਜਿੰਨੇ ਵੀ ਸਿੰਗਰ ਆ ਸਭ ਦੀਆਂ ਵਿੱਚ ਦੋ ਦੋ ਤਿੰਨ ਤਿੰਨ ਵੀਡੀਓ ਮੈਂ ਜ਼ਰੂਰ ਕੀਤੀਆਂ ਨੇ ਮਦਰ ਦੇ ਕੈਰੈਕਟਰ ਭਾਬੀ ਦੇ ਮਦਰ ਦੇ ਭਾਬੀ ਦੇ ਮੈਂ ਕੀਤੀਆਂ ਨੇ ਔਰ ਮੈਂ ਬਹੁਤ ਖੁਸ਼ ਆ ਮੈਂ ਬਹੁਤ ਖੁਸ਼ ਆ ਕਿ ਮੈਂ ਆਪਣਾ ਇੱਕ ਜਿਹੜਾ ਸਪਨਾ ਜਦ ਮੈਂ ਆਪਣੇ ਅੰਦਰ ਇੱਕ ਫੁੱਟਿਆ ਸੀ ਮਾੜਾ ਜਿਹਾ ਤੇ ਉਹਨੂੰ ਮੈਂ ਜ਼ਰੂਰ ਪੂਰਾ ਕਰ ਸਕੀ ਆ ਤੇ ਮੈਂ ਇਦਾਂ ਹੀ ਅੱਗੇ ਕਰਦੀ ਰਹੂੰਗੀ ਬਿਲਕੁਲ ਪ੍ਰਮਾਤਮਾ ਕਰੇ ਇਦਾਂ ਹੀ ਕਰਦੇ ਰਹੋ ਔਰ ਉਸੇ ਸੁਪਨੇ ਦੀ ਬਦੌਲਤ ਆ ਜੀ ਅਸੀਂ ਅੱਜ ਬਿਲਕੁਲ ਅੱਜ ਆਪਾਂ ਬੈਠੇ ਆ ਤੇ ਚਲੋ ਅ ਅਸੀਂ ਭਾਜੀ ਨੂੰ ਤਾਂ ਬਹੁਤ ਸੰਦੇ ਹੁੰਦੇ ਸੀਗੇ ਤੇ ਚਲੋ ਅੱਜ ਤੁਸੀਂ ਸਾਡੇ ਸਾਹਮਣੇ ਬੈਠੇ ਆ ਵਧੀਆ ਲੱਗ ਰਿਹਾ ਹੈ ਨਾ ਹਾਂ ਜੀ ਬਾਕੀ ਪਰਮਾਤਮਾ ਕਰੇ ਤੁਸੀਂ ਇਦਾਂ ਹੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ ਤੇ ਤੁਸੀਂ ਆਪਣੇ ਬੱਚਿਆਂ ਨੂੰ ਤੇ ਬੜੀ ਪਿਆਰੀ ਜੀ ਮਮ ਮੰਦੇ ਹੈਗੇ ਹੋ ਤੁਸੀਂ ਇੰਡਸਟਰੀ ਨੂੰ ਵੀ ਇੱਕ ਐਨੀ ਖੂਬਸੂਰਤ ਮਮ ਮਿਲੀ ਹੋਈ ਹੈ ਨਾ ਮੈਂ ਚਾਹੂੰਗੀ ਕਿ ਦੇਖੇ ਮੇਰੇ ਬੱਚੇ ਜਿਹੜੀਆਂ ਜਿਹੜੀਆਂ ਮੂਵੀਜ਼ ਕਰਨ ਉਹ ਤੁਸੀਂ ਉਹਨਾਂ ਦੇ ਮਮ ਬਣੋ ਸੋ ਨਾਈਸ ਨੇ ਬਹਿਤੀ ਨੇ ਕੀਤਾ ਮੈਂ ਇੱਕ ਸੌਂਗ ਕੀਤਾ ਸੀਗਾ ਜਦੋਂ ਮੇਰੇ ਰਿਸਪੌਂਡ ਆਫ ਹੋਇਆ ਦੋ ਕਿੰਨਾ ਬਾਅਦ ਮੈਂ ਉਹ ਐਕਚੁਅਲੀ ਉਹ ਜਿਹੜਾ ਸੌਂਗ ਸੀਗਾ ਮੈਨੂੰ ਲੱਗਦਾ ਕਿ ਉਹ ਬਹੁਤ ਪਹਿਲਾਂ ਤੋਂ ਹੀ ਉਹਨਾਂ ਨੇ ਮੈਨੂੰ ਮਤਲਬ ਕੀਤਾ ਹੋਇਆ ਸੀਗਾ ਤੇ ਫਿਰ ਸੌਂਗ ਮੇਰੇ ਘਰ ਕਿਸੇ وجہ ਕਰਨਾ ਹੋਇਆ ਨਹੀਂ ਉਹ ਤੇ ਉਸ ਤੋਂ ਬਾਅਦ ਫਿਰ 2 ਕਿ ਮਹੀਨੇ ਬਾਅਦ ਮੈਨੂੰ ਬੁਲਾਇਆ ਤੇ ਮੈਂ ਕਿਹਾ ਵੀ ਬੇਟਾ ਮੈਂ ਤਾਂ ਨਹੀਂ ਕਰਨਾ ਉਹ ਵੀ ਮੈਂ ਮੇਰਾ ਮੂਡ ਨਹੀਂ ਕਹਿੰਦੀ ਨਹੀਂ ਮੈਂ ਹੁਣ ਵੀ ਤੁਹਾਨੂੰ ਸਿਲੈਕਟ ਕੀਤਾ ਹੋਇਆ ਪਹਿਲਾਂ ਮੈਂ ਕਿਹਾ ਤੇ ਉਦੋਂ ਨਹੀਂ ਕੀਤਾ ਕਹਿੰਦੇ ਉਦੋਂ ਕੋਈ ਪ੍ਰੋਬਲਮ ਆ ਗਈ ਸੀ ਮੈਂ ਸੋਚਿਆ ਸੀ ਵੀ ਉਹ ਸ਼ਾਇਦ ਹੋ ਗਿਆ ਸੌਂਗ ਪਰ ਹੋਇਆ ਨਹੀਂ ਸੀ ਤੇ ਉਹ ਤਾਂ ਮੈਨੂੰ ਕਾਫੀ ਬਾਅਦ ਚ ਪਤਾ ਲੱਗਿਆ ਵੀ ਉਹ ਤੁਹਾਡੀ ਬੇਟੀ ਹੈ ਹਾਂ ਦਾਓ ਮੈਂ ਸੌਂਗਿਤਾ ਤੇ ਫਿਰ ਫਿਲਮ ਵੀ ਬਹੁਤ ਛੇਤੀ ਆ ਰਹੀ ਹੈ ਹਾਂ ਜੀ ਤੇ ਉੱਥੇ ਵੀ ਸਾਨੂੰ ਦੇਖਦੇ ਰਹੀਏ ਸਾਲੋਂ ਸਾਲ ਜਿੰਨਾ ਜਿਹੜੇ ਤੱਕ ਫਿਲਮ ਦਾ ਸੌਦਾ ਪਿਆਰ ਆ ਤੁਹਾਡੀਆਂ ਦੁਆਵਾਂ ਹੈ ਤਾਂ ਹੀ ਆਪਾਂ ਚਲੋ ਮਾੜਾ ਮਟਾ ਕੰਮ ਕਰ ਰਿਹਾ ਚੰਦ ਰਹਿ ਰਵਦੀ ਹੈ ਬਿਲਕੁਲ ਅਖੀਰ ਦੇ ਕੋਈ ਸਰੋਤੇ ਲਈ ਮੈਸੇਜ ਜਿਹੜੀਆਂ ਅੱਜਕੱਲ ਨਵੀਆਂ ਗੁਣੀਆਂ ਆ ਰਹੀਆਂ ਕੁਝ ਹੋਰ ਨਾਲ ਹੀ ਕਹਿਣਾ ਚਾਹੋਗੇ ਜਿਹੜੀਆਂ ਨਵੀਆਂ ਕੁੜੀਆਂ ਆ ਰਹੀਆਂ ਮੈਂ ਤੇ ਹੁਣ ਜਿਹੜਾ ਸਾ ਸਾਡਾ ਇੱਕ ਟੌਪਿਕ ਚੱਲ ਰਿਹਾ ਸੀ ਮੈਂ ਤੇ ਇਹ ਕਹੂੰਗੀ ਕਿ ਬੱਚੇ ਕੰਮ ਕਰ ਰਹੇ ਨੇ ਔਰ ਖਾਸ ਕਰਕੇ ਕੁੜੀਆਂ ਨੂੰ ਕਰਨਾ ਚਾਹੀਦਾ ਕਿਉਂਕਿ ਜਦੋਂ ਸਾਡਾ ਮਾਹੌਲ ਸੀਗਾ ਉਹ ਤੋਂ ਕੁਝ ਹੋਰ ਸੀਗਾ ਟਾਈਮ ਹਨਾ ਸਾਨੂੰ ਤਾਂ ਤੁਹਾਡੇ ਸਾਹਮਣੇ ਤੁਹਾਡੇ ਨਾਲ ਵੀ ਤਾਂ ਬੀਤੇ ਹੀ ਹੋਇਆ ਹਨਾ ਤੇ ਸਾਨੂੰ ਤੇ ਇਸ ਲਾਈਨ 'ਚ ਆਉਣੀ ਸੀ ਦਿੰਦੀ ਤੇ ਹੁਣ ਜੇ ਇਸ ਲਾਈਨ 'ਚ ਸਾਰੇ ਆ ਹੀ ਰਹੇ ਆ ਬੱਚੇ ਆ ਰਹੇ ਕੁੜੀਆਂ ਆ ਰਹੀਆਂ ਤੇ ਉਹਨਾਂ ਦੇ ਮੰਮੀ ਡੈਡੀ ਉਹਨਾਂ ਨੂੰ ਸਪੋਰਟ ਕਰਦੇ ਨੇ ਪੈਨ ਪ੍ਰੋਗਰਾਮ ਨੂੰ ਸਪੋਰਟ ਕਰਦੇ ਨੇ ਤੇ ਉਹ ਲਾਈਨ 'ਚ ਆ ਰਹੀਆਂ ਨੇ ਤੇ ਵਧੀਆ ਕੰਮ ਵੀ ਕਰ ਰਹੀਆਂ ਨੇ ਉਹ ਵਧੀਆ ਪੜ੍ਹੀਆਂ ਲਿਖੀਆਂ ਨੇ ਤਾਂ ਮੈਂ ਹੀ ਮੈਂ ਤਾਂ ਇਹੀ ਕਹੂੰਗੀ ਕਿ ਸਾਨੂੰ ਔਰਤਾਂ ਨੂੰ ਜੇ ਅਸੀਂ ਜਿਹੜਾ ਵੀ ਕੋਈ ਕੰਮ ਆ ਜਿਵੇਂ ਹੁਣ ਅਸੀਂ ਭੁਗਤ ਰਹੇ ਮੈਂ ਆ ਜਾਂ ਤੁਸੀਂ ਆ ਚਲੋ ਤੁਹਾਡੇ ਬੱਚੇ ਤੁਸੀਂ ਕਿੰਨੇ ਸਟਰਗਲ ਕਰ ਲਿਆ ਆਪਣੀ ਲਾਈਫ ਦੇ ਵਿੱਚ ਕਿੰਨਾ ਕੁਝ ਕਰ ਲਿਆ ਤੁਸੀਂ ਅ ਮਤਲਬ ਕੁਝ ਇਹੋ ਜਿਹੇ ਕੰਮ ਕੀਤੇ ਨਹੀਂ ਸੀ ਲਾਈਫ ਦੇ ਜਿਹੜੇ ਤੁਹਾਨੂੰ ਕਰਨੇ ਪਏ ਹਨਾ ਆਫਟਰ ਇਦਾਂ ਤੇ ਮੈਂ ਮੈਨੂੰ ਕੋਈ ਜ਼ਿਆਦਾ ਤਾਂ ਨਹੀਂ ਫਰਕ ਪੈ ਰਿਹਾ ਕਿ ਮੈਂ ਐਜ਼ ਇਟ ਇਜ਼ ਚੱਲ ਰਹੀ ਹਾਂ ਮੈਂ ਉਹਦੇ ਵੀ ਕੰਮ ਕਰ ਰਹੀ ਸੀ ਤੇ ਮੈਂ ਹੁਣ ਵੀ ਕੰਮ ਕਰ ਰਹੀ ਹਾਂ ਇੱਕ ਬਸ ਇਹ ਹੈ ਕਿ ਮੇਰੇ ਹਸਬੰਦ ਮੇਰੇ ਨਾਲ ਨਹੀਂ ਆ ਵੀ ਉਹਨਾਂ ਦਾ ਸਾਥ ਨਾਲ ਨਹੀਂ ਆ ਤੇ ਕੰਮ ਮੇਰਾ ਐਜ਼ ਇਟ ਇਜ਼ ਚੱਲ ਰਿਹਾ ਹੈਗਾ ਉਹਨਾਂ ਨੂੰ ਮਿਸ ਕਰ ਰਹੀਆਂ ਉਹਨਾਂ ਨੂੰ ਨਾਲ ਨਹੀਂ ਹੈਗੇ ਉਹਨਾਂ ਨੂੰ ਹਰ ਦਮ ਮੈਂ ਮਿਸ ਕਰਦੀਆਂ ਇੰਨਾ ਕਹਾਂਗਾ ਤੇ ਔਰਤਾਂ ਜਿਹੜੀ ਕੁੜੀਆਂ ਜੇ ਇਸ ਫੀਲਡ ਚ ਆਉਂਦੀਆਂ ਤੇ ਤਾਂ ਵੀ ਵਧੀਆ ਗੱਲ ਹੈ ਜੇ ਨਹੀਂ ਵੀ ਇਸ ਫੀਲਡ ਦੇ ਚ ਕਿਤੇ ਵੀ ਆ ਉਹਨਾਂ ਨੂੰ ਕੰਮ ਜ਼ਰੂਰ ਕਰਨਾ ਚਾਹੀਦਾ ਹਰ ਕੁੜੀ ਨੂੰ ਹਰ ਔਰਤ ਨੂੰ ਮਤਲਬ ਇੱਕ ਆਪਣੇ ਪੈਰਾਂ ਤੇ ਜਰੂਰ ਸਟੈਂਡ ਹੋਣਾ ਚਾਹੀਦਾ ਚਾਹੇ ਉਹ ਕਿਸੇ ਵੀ ਕਿੱਤੇ ਵਿੱਚ ਕੰਮ ਕਰਨ ਜੇ ਜਾਦਾ ਨਹੀਂ ਵੀ ਪੜੀਆਂ ਲਿਖੀਆਂ ਤੇ ਭਮੰਦੀ ਉਹ ਇੱਕ ਬੁਟੀਕ ਖੋਲਣ ਦੇ layak ਹੀ ਹੋ ਜਾਂ ਸਲਾਈ ਹੀ ਕਰ ਲਨ ਸੂਟ ਤਾਂ ਹਰ ਕਿਸ ਨੇ ਸਵਾਣੀ ਸਵਾਣੇ ਹਣਾ ਐਵੇਂ ਵੀ ਚਲੋ ਤੁਹਾਨੂੰ ਕਿਤੋਂ ਕਿਸੇ ਦੇ ਅੱਗੇ ਹੱਥ ਨਾ ਫਲਾਉਣੇ ਪੈਣ ਵੀ ਆਪਣਾ ਤੁਸੀਂ ਆਪਣਾ ਕਮਾ ਕੇ ਆਪਣੇ ਬੱਚੇ ਪਾਲ ਸਕਦੇ ਆ ਹੁਣ ਬਹੁਤ ਵਾਰੀ ਐਦਾਂ ਹੁੰਦਾ ਸੀ ਵੀਡੀਓ ਦੇਖਦੇ ਆ ਜੇ ਕੋਈ ਇਦਾਂ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਕੁਝ ਜਿਵੇਂ ਹਸਬੰਦ ਨਹੀਂ ਰਹੇ ਹਨਾ ਔਰਤ ਨੂੰ ਸਹਰੇ ਵੀ ਨਹੀਂ ਪੁੱਛਦੇ ਬੱਚੇ ਲੈ ਕੇ ਵਿਚਾਰੇ ਧੱਕੇ ਖਾਂਦੀਆਂ ਨੇ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਫੇਪੇਕੇ ਵੀ ਕਈ ਵਾਰ ਇਦਾਂ ਦੇ ਹੋ ਜਾਂਦੇ ਨੇ ਕਈਆਂ ਦੇ ਘਰਾਂ 'ਚ ਵਿਚਾਰੀਆਂ ਦਰਦਾਂ ਠੋਕਰਾਂ ਖਾਂਦੀਆਂ ਨੇ ਤੇ ਉਹਦੋਂ ਬੈਠ ਰਹਿ ਕੇ ਚਲੋ ਕੁਛ ਨਾ ਕੁਛ ਤੁਸੀਂ ਕਰੋ ਜੇ ਨਹੀਂ ਹੋ ਪੜੀਆਂ ਲਿਖੀਆਂ ਕੁਝ ਨਹੀਂ ਹੈ ਘੱਟ ਪੜੀਆਂ ਤੇ ਬੜੇ ਬਹੁਤ ਸਾਰੇ ਕੰਮ ਇਦਾਂ ਦੇ ਹੈਗੇ ਜਿਹੜੇ ਅਸੀਂ ਆਪਣੇ ਹੱਥੀ ਕਰ ਸਕਦੇ ਹਾਂ ਹੱਥੀ ਕੰਮ ਆ ਜਿਹੜਾ ਉਹ ਕੋਈ ਨਹੀਂ ਸਾਡਾ ਖੋ ਸਕਦਾ ਜੇ ਤੁਸੀਂ ਅਸੀਂ ਅਸੀਂ ਸਲਾਈ ਦਾ ਕੰਮ ਆ ਤੇ ਕੋਈ ਖੋ ਥੋੜਾ ਲਊਗਾ ਸਾਡੇ ਕੋਲ ਗੁਣ ਕਿਤੇ ਵੀ ਇੱਕ ਮਸ਼ੀਨ ਲੈ ਕੇ ਮਸ਼ੀਨ ਦਾ ਤੁਹਾਨੂੰ ਕਿਤੇ ਕੋਈ ਵੀ ਦੇ ਸਕਦਾ ਹੈ ਮਸ਼ੀਨ ਲੈ ਕੇ ਆਪਣੇ ਸੂਟ ਸੀਨੇ ਸ਼ੁਰੂ ਕਰ ਸ਼ੁਰੂ ਕਰਾ ਤੁਹਾਡੇ ਬੱਚੇ ਪਾਲਨੇ ਸ਼ੁਰੂ ਹੋ ਜਾਣਗੇ ਕੰਮ ਕੋਈ ਵੀ ਵੱਡਾ ਛੋਟਾ ਨਹੀਂ ਕੰਮ ਕੋਈ ਵੀ ਵੱਡਾ ਛੋਟਾ ਨਹੀਂ ਜੇ ਅਸੀਂ ਆਪਣਾ ਪਰਿਵਾਰ ਪਾਲਣਾ ਆਪਣਾ ਘਰ ਪਾਲਣਾ ਹਨਾ ਆਪਣੇ ਬੱਚੇ ਪਾਲਣੇ ਆ ਤੇ ਹਰ ਕੰਮ ਸਾਨੂੰ ਆਉਂਦਾ ਹੋਣਾ ਚਾਹੀਦਾ ਜਿਵੇਂ ਹੁਣ ਤੁਸੀਂ ਆ ਮੈਂ ਤੁਸੀ ਕਹਿ ਰਹੇ ਕਿ ਮੈਂ ਕਦੇ ਕੋਈ ਕੰਮ ਨਹੀਂ ਕੀਤਾ ਸੀਗਾ ਤੇ ਉਸ ਤੋਂ ਬਾਅਦ ਮੈਨੂੰ ਇੰਨੀ ਮਿਹਨਤ ਕਰਨੀ ਪਈ ਇੰਨਾ ਕੁਝ ਕਰਨਾ ਪਿਆ ਇੰਨੀ ਸਟਰਗਲ ਕਰਨੀ ਪਈ ਹੈਨਾ ਤੇ ਇਦਾਂ ਕਿ ਸਾਨੂੰ ਚਲੋ ਰੱਬ ਨਾ ਕਰੇ ਕੁਝ ਪਤਾ ਨਹੀਂ ਹੁੰਦਾ ਵਕਤ ਅਨੇ ਕਦੋਂ ਪਲਟਾ ਲੱਲਾ ਕਦੋਂ ਸਾਡੀ ਲਾਈਫ ਮਤਲਬ ਕੁਝ ਪਲਾਂ ਚ ਹੀ ਚੇਂਜ ਹੋ ਜਾਂਦੀ ਹੈ ਹਣਾ ਹਿੰਮਤ ਨਾ ਹਾਰੋ गाइस ਹਾਂ ਹਿੰਮਤ ਨਹੀਂ ਹਾਰਨੀ ਚਾਹੀਦੀਗੀ ਪ੍ਰਮਾਤਮਾ ਸਾਥ ਦਿੰਦਾ ਹੈ ਮਤਲਬ ਮੈਂ ਤਾਂ ਦੇਖਿਆ ਹੈ ਕਿ ਜੇ ਤੁਸੀਂ ਹਿੰਮਤ ਨਹੀਂ ਹਾਰਦੇ ਤਾਂ ਪ੍ਰਮਾਤਮਾ ਤੁਹਾਡਾ ਸਾਥ ਦਿੰਦਾ ਹੈ ਔਰ ਤੁਹਾਡੇ ਰਸਤੇ ਆਪਣੇ ਆਪ ਬੰਦੇ ਆਪਣੇ ਆਪ ਖੁੱਲਦੇ ਰਸਤੇ ਹੁਣ ਮੈਂ ਦੇਖੋ ਮੈਂ ਪਹਿਲਾਂ ਵੀ ਹਿੰਮਤ ਨਹੀਂ ਹਾਰੀ ਮੈਂ ਜੋਂ ਮੇਰਾ ਵਿਆਹ ਹੋਇਆ ਮੇਰੇ ਖਿਆਲ 89 ਦੀ ਮੇਰੀ ਮੈਰਿਜ ਹੋਈ ਵੀ ਉਸ ਤੋਂ ਬਾਅਦ ਕਾਫੀ ਕੁਝ ਪਹਿਲਾਂ ਵੀ ਘਰ ਚ ਵੀ ਹੁੰਦਾ ਰਿਹਾ ਪਰ ਮੈਂ ਹਿੰਮਤ ਕਦੇ ਨਹੀਂ ਹਾਰੀ ਕਦੇ ਨਹੀਂ ਹਮਤ ਹਾਰੀ ਮੈਂ ਡੋਲੀ ਵੀ ਕਦੇ ਨਹੀਂ ਔਰ ਮੈਂ ਇੱਕ ਤੁਸੀਂ ਕਹਿੰਦੇ ਕਿ ਆਪਣਾ ਪੁੱਛ ਰਹੀ ਕਿ ਮੈਨੂੰ ਐਂ ਲੱਗਦਾ ਹੁੰਦਾ ਕਿ ਮੈਂ ਇੱਕ ਥਮ ਆ ਬਿਲਕੁਲ ਹਮ ਕਦੇ ਕਦੇ ਡੋਲ ਵੀ ਚੰਨੀ ਪਰ ਜਦੋਂ ਮੈਂ ਡੋਲਦੀ ਮੈਂ ਇਕੱਲੀ ਬਹਿ ਕੇ ਰੋਣੀ ਹੁੰਦੀ ਮੈਂ ਜਦੋਂ ਮੇਰੇ ਸੁਣੇ ਵੀ ਸੀ ਕਿਸੇ ਗੱਲ ਨੂੰ ਲੈ ਕੇ ਕੁਝ ਕੁਝ ਕੰਮ ਦੇ ਵਾਅਦੇ ਕਾਟੇ ਜਿਵੇਂ ਕਈ ਬਿਜ਼ਨਸ ਕੀਤੇ ਇੱਕ ਦੋ ਮੇਰੇ ਸੁਣੇ ਲਾਸ ਹੋ ਗਿਆ ਘਰ ਬਣਾਏ ਸੀ ਉਹ ਵੀ ਚਲਾ ਗਿਆ ਕਿਸੇ ਵਜ੍ਹਾ ਕਰਕੇ ਘਰ ਵੇਚਣਾ ਪੈ ਗਿਆ ਜੀ ਹਾਂ ਤੇ ਪਰ ਮੈਂ ਡੋਲਦੀ ਨਹੀਂ ਆ ਉਦੋਂ ਕਿ ਜਿੱਮੇ ਜਰੂਰ ਡੋਲੀ ਸੀ ਉਦੋਂ ਮੈਂ ਥੋੜਾ ਜਿਹਾ ਬਹੁਤ ਥੋੜਾ ਨਹੀਂ ਬਹੁਤ ਜ਼ਿਆਦਾ ਟੈਨਸ਼ਨ 'ਚ ਰਹਿਣ ਲੱਗੀ ਸੀ ਵੀ ਨਹੀਂ ਯਾਰ ਮਸਾਕਰ ਬਣਾਇਆ ਸੀ ਆਪਣੀ ਮਿਹਨਤ ਕਰਕੇ ਵਿਆਹ ਜੋ ਵੀ ਵਿਕਰੇ ਬਹੁਤ ਅੱਖ ਹੁੰਦਾ ਹੈ ਹਾਂ ਦੋ ਜਨੋਂ ਚ ਮੈਂ ਆਪਣਾ ਘਰ ਚੋਂ ਤਿੰਨ ਤੋਂ ਨੌਟ ਤੋਂ ਵੀ ਵੱਡਾ ਕਰ ਦੇਣਗੇ ਤੁਹਾਡੇ ਬੱਚੇ ਔਰ ਤੁਸੀਂ ਆਪਣੀ ਮਿਹਨਤ ਨਾਲ ਜਿੰਨੇ ਤੁਸੀਂ ਮਿਹਨਤੀ ਹੋ ਉਹ ਉਹ ਮੈਨੂੰ ਵੇਚਣਾ ਪੈ ਗਿਆ ਘਰ ਪਰੌਧਾ ਕਰਕੇ ਚਲੋ ਪ੍ਰਮਾਤਮਾ ਬੱਚੇ ਸਲਾਮਤ ਰਹਿਣ ਤੁਸੀਂ ਸਲਾਮਤ ਰਹੋ ਭਾਜੀ ਉਹਨਾਂ ਦੀਆਂ ਯਾਦਾਂ ਦੇ ਨਾਲ ਤਾਂ ਘਰ ਬਣ ਜਾਣੇ ਨਹੀਂ ਆ ਮਤਲਬ ਹੁਣ ਅਸੀਂ ਲੈਣ ਦਾ ਹੀ ਸੋਚਦੇ ਸੀ ਮੇਰੇ ਸੁਣਾ ਅਸੀਂ ਚਲੋ ਕਿਤੇ ਮੈਨੂੰ ਪਸੰਦ ਨਹੀਂ ਸੀ ਯਾਰ ਕਿਤੇ ਕੁਝ ਕਿਤੇ ਕੁਝ ਐਦਾ ਤਿੰਨ ਚਾਰ ਸਾਲ ਹੋ ਗਏ ਸਾਡੀ ਇੱਦਾਂ ਹੀ ਚੰਦ ਰਿਆ ਸੀ ਕਦੇ ਮੈਨੂੰ ਘਰ ਨਹੀਂ ਪਸੰਦ ਆਉਣਾ ਆ ਜਗਾ ਥੋੜੀ ਆ ਡਰੈਗ ਰੂਮ ਛੋਟਾ ਐ ਐਦਾ ਐਦਾ ਚਲੋ ਉਹ ਕਹਿੰਦੇ ਚੱਲ ਤੂੰ ਐਵੇਂ ਨਖਰੇ ਮਾਰਦੀ ਆ ਤੇ ਹਾਂ ਅਹ ਨਹੀਂ ਸੀ ਪਤਾ ਵੀ ਹਾਂ ਕੁਝ ਨਹੀਂ ਪਤਾ ਲੱਗਦਾ ਲਾਈਕ ਦਾ ਹਾਂਜੀ ਚਲੋ ਕਹਿੰਦੇ ਹੁੰਦੇ ਰਾਜਿਆਂ ਨਾਲ ਰਾਜ ਹੁੰਦਾ ਹੈ ਕੋਈ ਨਹੀਂ ਉਹ ਆਪਾਂ ਨੂੰ ਕੁਇਨ ਬਣਾ ਕੇ ਛੱਡ ਗਏ ਤਾਂ ਆਪਣੇ ਬੱਚੇ ਆਪਾਂ ਨੂੰ ਕੁਇਨ ਬਣਾ ਕੇ ਰੱਖਣਗੇ ਪਰ ਮੈਂ ਚਲੋ ਪ੍ਰਮਾਤਮਾ ਦਾ ਸ਼ੁਕਰ ਕਰਦੀ ਹਾਂ ਕਿ ਮੇਰੇ ਬੱਚੇ ਪਹੁੰਚ ਗਏ ਨੇ ਬਹੁਤ ਲਾਈਕ ਨੇ ਸ਼ੁਕਰ ਹੈ ਰੱਬ ਦਾ ਮੇਰਾ ਬੇਟਾ ਚਲੋ ਸੈਟਨ ਹੀ ਆ ਉਹ ਹੋ ਜੂਗਾ ਉਹ ਚੱਲਦਾ ਰਹਿੰਦਾ ਵਿਚਾਰੇ ਦਾ ਪਰ ਮੈਂ ਇਹ ਰੱਬ ਅੱਗੇ ਦੁਆ ਕਰਦੀਆਂ ਵੀ ਉਹਦਾ ਸ਼ੁਕਰਾਨਾ ਕਰਦੀਆਂ ਸਵੇਰੇ ਸ਼ਾਮ ਮੈਂ ਉਹਦਾ ਸ਼ੁਕਰਾਨਾ ਕਰਦੀਂ ਪਰਮਾਤਮਾ ਦਾ ਵੀ ਜਿਸ ਤਰ੍ਹਾਂ ਦੇ ਅੱਜ ਕੱਲ ਦੇ ਹਾਲਾਤ ਚੱਲਦੇ ਬੱਚਿਆਂ ਦੇ ਵੀ ਪਰਮਾਤਮਾ ਨੇ ਮੈਨੂੰ ਬਹੁਤ ਵਧੀਆ ਬੱਚੇ ਦਿੱਤੇ ਨੇ ਬਹੁਤ ਹੀ ਵਧੀਆ ਮੇਰੀ ਬੇਟੀ ਇੰਨੀ ਲਾਇਕ ਆ ਮੇਰਾ ਬੇਟਾ ਇੰਨਾ ਲਾਇਕ ਆ ਕੋਈ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਵੈਸ਼ਨੂ ਮੁੰਡਾ ਹੈ ਸਿਆਣਾ ਹੈ ਸਮਝਦਾਰਾ ਹੋਸ਼ਾ ਨਹੀਂ ਆ ਤੇ ਮੈਂ ਇਹੀ ਪ੍ਰਮਾਤਮਾ ਅੱਗੇ ਸ਼ੁਰ ਕਰਦੀ ਆ ਵੀ ਚਲੋ ਉਹਨਾਂ ਦਾ ਸਾਥ ਰੱਖਦਾ ਰੱਬ ਹਾਂ ਬੈਲੈਂਸ ਹਾਂ ਬਸ ਇਹ ਚਲੋ ਬੇਟੀ ਵੀ ਸੈਟ ਆਉਂਦੇ ਵਧੀਆ ਪਰ ਸਿਆਣੀ ਆ ਸਮਝਦਾਰਾ ਹਨਾ ਕਿਉਂਕਿ ਮੈਨੂੰ ਐ ਲੱਗਦਾ ਵੀ ਚਲੋ ਹੁਣ ਮੈਂ ਐ ਸੋਚਦੀ ਨਹੀਂ ਮੈਂ ਕਿ ਚਲ ਕੋਈ ਨਾ ਘਰ ਬਣ ਜਾਊਗਾ ਕੋਈ ਗੱਲ ਨਹੀਂ ਪਰ ਐ ਵੀ ਥੋੜੀ ਜਿਹੀ ਔਲਾਦ ਸਹੀ ਹੋਣੀ ਚਾਹੀਦੀ ਹੈ ਜਿਵੇਂ ਅੱਜ ਕੱਲ ਆਪਾਂ ਹਰ ਤੀਜੀ ਵੀਡੀਓ ਦੇਖਦੇ ਆ ਨਿਸ਼ਾਨ ਨਾਲ ਮੁੰਡੇ ਦਿੱਗੇ ਪਏ ਹੁੰਦੇ ਕੋਈ ਕਿਤੇ ਕੋਈ ਟੀਕੇ ਲਾਈ ਜਾਂਦੇ ਵਿੱਚੇ ਸਰਿੰਜਾਂ ਪਈਆਂ ਇਦਾਂ ਹੋਏ ਪਏ ਦਾ ਫਿਰ ਆਖੀਦਾ ਕਿ ਹੈ ਪ੍ਰਮਾਤਮਾ ਤੂੰ ਸਾਨੂੰ ਬੱਚੇ ਵਧੀਆ ਦਿੱਤੇ ਨੇ ਹਨਾ ਬੱਚਿਆਂ ਨੂੰ ਚਲ ਚੰਗੀ ਸੋਚ ਆ ਉਹਨਾਂ ਦੀ ਵਧੀਆ ਹੈਗਾ ਨਾ ਵੀ ਉਹ ਇਹਨਾਂ ਤੋਂ ਬਚਾਇਆ ਹੋਇਆ ਤੂੰ ਤੇ ਇਹਨਾਂ ਤੋਂ ਹੀ ਮਤਾਂ ਆ ਜਿਹੜੀ ਦੁਨੀਆ ਦੀ ਆ ਜਿਹੜੀ ਆ ਤਤੀ ਹਵਾ ਚਲਦੀ ਪਈ ਆ ਜਾਂ ਕੀ ਕਹਿ ਸਕਦੇ ਆਪਾਂ ਇਹਨੂੰ ਹਨਾ ਹਾਂ ਵੀ ਇਹ ਨਸ਼ਾ ਦੀ ਜਿਹੜੀ ਇੱਕ ਲਹਿਰ ਚਲਦੀ ਪਈ ਆ ਵੀ ਪ੍ਰਮਾਤਮਾ ਨੇ ਚਲੋ ਇਹ ਕਿਰਪਾ ਕੀਤੀ ਹੋਈ ਆ ਵੀ ਸਾਡੇ ਇਹ ਬੱਚੇ ਸਹੀ ਸਲਾਮ ਤੇ ਨੇ ਬੱਚੇ ਸਭ ਤੋਂ ਵੱਡੀ ਪ੍ਰਾਪਰਟੀ ਦੀ ਬੱਚੇ ਉਹ ਬੱਚੇ ਉਹ ਪ੍ਰਾਪਰਟੀ ਆ ਜਿਹੜੀ ਮੈਂ ਮੈਂ ਤੁਮੱਕੇ ਯਾਰ ਆਪਣੇ ਬੇਟੇ ਨੂੰ ਕਹਿੰਦੀ ਮੈਂ ਕਿਹਾ ਵੀ ਤੂੰ ਸੱਟ ਨਹੀਂ ਹੋਇਆ 24 27 ਸਾਲ ਦਾ ਹੋ ਗਿਆ ਤੂੰ ਬਤੇਰੀ ਆਯਾਸ਼ ਕਰ ਲਈ ਹੁਣ ਹਨਾ ਮੰਮੀ ਹੋ ਜਾਊਗਾ ਯਾਰ ਮੈਂ ਕੋਈ ਲੋਕਾਂ ਤਰ੍ਹਾਂ ਨਹੀਂ ਥੋੜਾ ਕਰਦਾ ਮੈਗੜਾ ਕੋ ਨਸ਼ੇ ਕਰਨਾ ਫਿਰ ਮੈਂ ਚੁੱਪ ਕਰ ਜੰਨੀ ਮੈਂ ਕਿ ਚਲ ਤਾਂ ਵੀ ਚਲ ਕੋਈ ਨਸ਼ੇ ਤਾਂ ਨਹੀਂ ਕਰਦਾ ਕੋਈ ਐਦਾਂ ਦਾ ਤਾਂ ਨਹੀਂ ਹੈਗਾ ਉਹਨੂੰ ਕੋਈ ਐਬ ਨਹੀਂ ਕਿਸੇ ਤਰ੍ਹਾਂ ਦਾ ਕੋਈ ਵੈਰ ਨਹੀਂ ਕਿਸੇ ਤਰ੍ਹਾਂ ਦਾ ਤੇ ਅੱਜ ਦੇ ਟਾਈਮ ਤੇ ਮੈਂ ਇਹੀ ਕਹਿੰਦੀ ਆ ਕਿ ਜਾਂ ਹਰ ਮਾਂ ਪਿਓ ਹੀ ਕਹਿੰਦੇ ਵੀ ਚਲ ਸਾਡੇ ਬੱਚੇ ਸਹੀ ਸਲਮਤ ਹੋਣ ਬਸ ਸਾਡੀ ਔਲਾਦ ਚੰਗੀ ਹੈ ਤੇ ਸਭ ਕੁਝ ਚੰਗਾ ਤੇ ਮੈਂ ਤਾਂ ਖੁਸ਼ ਆ ਕਿ ਮੇਰੀ ਔਲਾਦ ਚੰਗੀ ਹੈ ਤੇ ਮੇਰੇ ਮਨ ਨੂੰ ਕਿਤਨਾ ਕਿਤੇ ਸਕੂਨ ਹੈਗਾ ਮੇਰੇ ਹਸਬੰਦ ਵੀ ਚਲੋ ਬਹੁਤ ਵਧੀਆ ਸੀ ਮੇਰੇ ਸਪੋਟ ਵੀ ਬਹੁਤ ਨਾਈਸ ਸੀ ਬਹੁਤ ਚੰਗੇ ਸੀਗੇ ਤੇ ਚਲੋ ਪਰਮਾਤਮਾ ਨੇ ਇੰਨਾ ਕੀ ਸਾਥ ਦਿੱਤਾ ਸੀਗਾ ਮੇਰੇ ਨਾਲ ਉਹਨਾਂ ਦਾ ਹਨ ਤੁਸੀਂ ਸਾਥ ਦੀ ਗੱਲ ਕੀਤੀ ਨਾ ਜਿੱਦਾਂ ਉਹ ਗੱਲਾਂ ਜਿਵੇਂ ਵਾਦੀਆਂ ਨਹੀਂ ਚੰਗਾ ਲੱਗ ਰਿਹਾ ਬਲਕਿ ਗੱਲਾਂ ਕਰਕੇ ਤਾਂ ਮੈਂ ਕਈ ਵਾਰੀ ਪਤਾ ਕੀ ਸੋਚਦੀ ਹਣੀ ਮੈਨੂੰ ਇਦਾਂ ਲੱਗਦਾ ਹੁੰਦਾ ਕਿ ਬਰਾੜ ਸਾਹਿਬ ਨੂੰ ਜਿੱਦਾਂ ਮੈਂ ਸਮਝ ਲਉ 23 24 ਸਾਲ ਅਸੀਂ ਅਖੀਰ ਤੇ ਮੈਨੂੰ ਨਾ ਮੇਰੇ ਬੱਚਿਆਂ ਤੇ ਜ਼ਿਆਦਾ ਤਰਸ ਹੁੰਦਾ ਹੁੰਦਾ ਮੈਨੂੰ ਇਦਾਂ ਲੱਗਦਾ ਹੁੰਦਾ ਮੇਰੇ ਬੱਚਿਆਂ ਨੇ ਕਿੰਨਾ ਥੋੜਾ ਸਾਥ ਮਾਣਿਆ ਆਪਣੇ ਪਾਪਾ ਦਾ ਉਹਨਾਂ ਨੂੰ ਹੋਰ ਟਾਈਮ ਮਿਲਣਾ ਚਾਹੀਦਾ ਸੀ ਤਾਂ ਸਾਰੀ ਉਮਰ ਹੀ ਲੋੜ ਹੁੰਦੀ ਹੈ ਬਟ ਮੈਨੂੰ ਐ ਲੱਗਦਾ ਹੁੰਦਾ ਕਿ ਬੱਚਿਆਂ ਨੂੰ ਕਿਉਂਕਿ ਜਦੋਂ ਛੋਟੇ ਹੁੰਦੇ ਆ ਨਾ ਬੱਚੇ ਉਦੋਂ ਮਾਂ ਦੇ ਹੁੰਦੇ ਆ ਜਦੋਂ ਬੱਚੇ ਵੱਡੇ ਹੋ ਜਾਂਦੇ ਤਾਂ ਉਹਨਾਂ ਨੂੰ ਪਾਪਾ ਦੀ ਬਹੁਤ ਲੋੜ ਹੁੰਦੀ ਹੈ ਉਹਨਾਂ ਨੂੰ ਆਪਣੇ ਫਾਦਰ ਦੀ ਬਹੁਤ ਲੋੜ ਹੁੰਦੀ ਕਿਉਂਕਿ ਉਹ ਉੱਥੇ ਫੈਸਲੇ ਵੱਡੇ ਹੋ ਜਾਂਦੇ ਆ ਹਾਂ ਜੀ ਬਿਲਕੁਲ ਜਿੰਦਗੀ ਦੇ ਮੋੜ ਆਉ ਜਾਂਦੇ ਕਿ ਤੁਸੀਂ ਹੈਨਾ ਤਾਂ ਵੱਡੇ ਕੰਮਾਂ ਲਈ ਐਦਾਂ ਲੱਗਦਾ ਹੁੰਦਾ ਕਿ ਫਾਦਰ ਵਗੈਰ ਜਿਹੜੀ ਉਹ ਹੀ ਕੰਮ ਕਰਦੇ ਹੈ ਦੇਖੋ ਔਰਤ ਅਸੀਂ ਜਿੰਨੀ ਮਰਜ਼ੀ ਆਪਣੇ ਘਰ ਚ ਇੱਕ ਪ੍ਰਧਾਨਗੀ ਝਾੜ ਲਈ ਹੈ ਹੈਨਾ ਐਸੇ ਔਰਤ ਤੇ ਔਰਤੀ ਹੁੰਦੀ ਆਪਣੇ ਘਰ ਚ ਇੱਕ ਮਤਲਬ ਵੱਡੀ ਹਰ ਫੈਸਲੇ ਉਹਨੇ ਕਰਨੇ ਆ ਜਾਂ ਹਨਾ ਮਿਲ ਕੇ ਕਰਨੇ ਪਰ ਦੇਖੋ ਜਿਹੜੇ ਜਿਹੜੇ ਬਾਪ ਦਾ ਰੋਲ ਉਹਦਾ ਬਾਪ ਦਾ ਹੀ ਹੈ ਜਿਹੜੇ ਫਾਦਰ ਸਾਹਿਬ ਦੀ سپورਟ ਹੁੰਦੀ ਹੈ ਬੱਚਿਆਂ ਨੂੰ ਉਹਦੀ ਪਿਓ ਚਾਹੇ ਘਟ ਕਮਾਵੇ ਥੋੜਾ ਕਮਾਵੇ ਜਿਵੇਂ ਇੱਕ ਮਾਵੇ ਜਿੱਦਾਂ ਦਾ ਵੀ ਹੈ ਪਰ ਬੱਚਿਆਂ ਨੂੰ ਇੱਕ ਡਰ ਹੁੰਦਾ ਹੈ ਹਨਾ ਕਿ ਇਹ ਸਾਡੇ ਡੈਡੀ ਬੈਠੇ ਘਰੇ ਆਹ ਕੰਮ ਨਾ ਕਰੀਏ ਪਾਪਾ ਘਰੇ ਬੈਠੇ ਜਾਂ ਕਿ ਜਦਨਾ ਮਾਂ ਫਿਰ ਵੀ ਕਿਤਨਾ ਕਿਤੇ ਕੂਲ ਹੁੰਦੀ ਆ ਮਾਂ ਦੇ ਨਾਲ ਇੱਕ ਬੱਚੇ ਜਿਹੜੇ ਹੁੰਦੇ ਆ ਫਰੈਂਡਲੀ ਹੁੰਦੇ ਨੇ ਹਨਾ ਤੇ ਜਿਹੜਾ ਪਿਓ ਹੁੰਦਾ ਏ ਪਿਓ ਤੋਂ ਥੋੜਾ ਜਿਹਾ ਬੱਚਿਆਂ ਨੂੰ ਝਿਜਕ ਵੀ ਹੁੰਦੀ ਆ ਡਰ ਵੀ ਹੁੰਦਾ ਹਨਾ ਤੇ ਉਹਨਾਂ ਨੂੰ ਇਹ ਆਉਂਦਾ ਵੀ ਪਾਪਾ ਨੂੰ ਪਤਾ ਲੱਗ ਗਿਆ ਤੇ ਪਾਪਾ ਹੈ ਗਨ ਲਗੇ ਹਨਾ ਉਹਨਾਂ ਨੂੰ ਐਦਾਂ ਹੋ ਜਾਂਦਾ ਬੱਚਿਆਂ ਨੂੰ ਪਰ ਮੈਂ ਚਲੋ ਮੈਂ ਬਹੁਤ ਖੁਸ਼ ਆ ਕਿ ਮੇਰੇ ਥੋੜੇ ਬੱਚੇ ਜਿਆਦਾ ਛੋਟੇ ਸੀ ਮੈਨੂੰ ਲੱਗਦਾ ਹਨਾ ਜਦੋਂ ਪਾਜੀ ਜੀ ਜਿਹੜੇ ਮੇਰਾ 8th ਚ ਸੀਗਾ ਹਾਂ ਮੇਰੇ ਬੱਚੇ ਤਾਂ ਚਲੋ ਹੁਣ ਮਤਲਬ ਨੇ ਜੋ ਤੋਂ ਪਰ ਚਲੇ ਗਏ ਨੇ ਹਣਾ ਹੁਣ ਉਹ ਸੁਖਣਾ ਵਿਆਹਣ ਵਾਲੇ ਸੀ ਤਾਂ ਵਿਆਹ ਦੀਆਂ ਤਿਆਰੀਆਂ ਕਰਦੇ ਸੀ ਤੇ ਆ ਕਰੋਨੇ ਕਰਕੇ ਥੋੜਾ ਜਿਹਾ ਹੋ ਗਿਆ ਤੇ ਨਹੀਂ ਤੇ ਉਦੋਂ ਪਹਿਲਾਂ ਬੇਟੀ ਨੂੰ ਆ ਰਹੀ ਸੀ ਰਿਸ਼ਤੇ ਫਿਰ ਅਸੀਂ ਥੋੜਾ ਜਿਹਾ ਮੈਂ ਕਿਹਾ ਚਲ ਕੋਈ ਨਾ ਅਸੀਂ 25 ਤੋਂ ਬਾਅਦ ਹੀ ਕਰਾਂਗੇ ਤੇਰਾ ਤੇ ਉਹ ਫਿਰ ਕਰੋਨੇ ਕਰਕੇ ਦੋ ਕੁ ਸਾਲ ਆਪਣੇ ਏਦਾਂ ਮੇਸਟ ਹੋ ਗਏ ਵੀ ਚਲੋ ਹੁਣ ਕੋਈ ਨਾ ਪ੍ਰਮਾਤਮਾ ਸਭ ਠੀਕ ਕਰੂ ਵਾਹਿਗੁਰੂ ਸੱਚਾ ਪਾਸ਼ਾ ਅਸੀਂ ਅਸੀਂ ਮਿਹਨਤੀ ਲੋਕਾਂ ਬਾਕੀ ਵੱਡੀ ਗੱਲ ਅਸੀਂ ਮਾਵਾ ਜਿਹੜੀ ਹਮ ਬਹੁਤ ਸਟਰੋਂਗ ਹੁੰਦੀ ਹੈ ਹਾਂਜੀ ਹਾਂ ਬਹੁਤ ਜੇ ਸਟਰੋਂਗ ਹੁੰਦੀ ਹੈ ਹਾਂਜੀ ਹਾਂਜੀ ਬਹੁਤ ਹੀ ਚੰਗਾ ਲੱਗਿਆ ਮੈਨੂੰ ਗੱਲਬਾਤ ਕਰਕੇ ਐਕਚੁਅਲੀ ਬੜੀਆਂ ਪਰਸਨਲ ਜੀਆਂ ਆਪਾਂ ਗੱਲਾਂ ਕੀਤੀਆਂ ਸੋ ਮੈਂ ਜ਼ਿਆਦਾ ਤਾਂ ਨਹੀਂ ਮੈਨੂੰ ਲੱਗਦਾ ਮੈਂ ਕੁਝ ਜ਼ਿਆਦਾ ਹੀ ਖਿੱਚ ਨਹੀਂ 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 ਬਹੁਤ ਵਧੀਆ ਬਹੁਤ ਹਾਂਜੀ ਨਹੀਂ ਨਹੀਂ ਵਧੀਆ ਲੱਗਿਆ ਕਿਉਂਕਿ ਅੱਗੇ ਕਈ ਵਾਰ ਹੁੰਦਾ ਕਿ ਗੱਲਾਂ ਹੋਰ ਤਰੀਕੇ ਦੀਆਂ ਹੁੰਦੀਆਂ ਨੇ ਪਰ ਇਹ ਕਿਸੇ ਕਿਸੇ ਪਸੰਦੀ ਜੀਆਂ ਗੱਲਾਂ ਹੁੰਦੀਆਂ ਨੇ ਬਹੁਤ ਵਧੀਆ ਲੱਗਿਆ ਥੈਂਕ ਯੂ so much ਬਹੁਤ ਤੁਸੀਂ ਆਪਣਾ ਟਾਈਮ ਦਿੱਤਾ ਮੈਂ ਵੈਸੇ ਬਹੁਤ ਦੇਰ ਦੀ ਕਹਿ ਰਹੀ ਸੀ ਤਾਂ ਜੇ ਤੁਸੀਂ ਟਾਈਮ ਦਿੱਤਾ ਮੈਨੂੰ ਬਹੁਤ ਹੀ ਖੁਸ਼ੀ ਹੋਈ ਹੈ ਨਹੀਂ ਉਹ ਟਾਈਮ ਹਾਂ ਮੈਂ ਆਪਣੀ ਇੱਕ ਵਾਰ ਗੱਲ ਕੀਤੀ ਸੀ ਮੈਂ ਤੁਸੀ ਕਹਿ ਰਹੇ ਸੀ ਕਿ ਅਸੀਂ ਤੁਸੀਂ ਅੱਗੇ ਗਏ ਭੱਜ ਰਹੇ ਅਸੀਂ ਤੁਹਾਡੇ ਪਿੱਛੇ ਆ ਰਹੇ ਹਾਂ ਅੱਗੇ ਭੱਜਣ ਵਾਲੀ ਜਾਂ ਪਿੱਛੇ ਨਾਲੀ ਗੱਲ ਨਹੀਂ ਹੈ ਵੀ ਉਹਦੇ ਵਾਸਤੇ ਮੈਂ ਸੌਰੀ ਮੰਗਦੀ ਆਂ ਇੰਨੀ ਤਾਂ ਮੈਂ ਨਹੀਂ ਹੈਗੀ ਕਿ ਮੈਂ ਅੱਗੇ ਭੱਜਾਂ ਪਰ ਉਹ ਕਈ ਵਾਰਾਂ ਇਸ ਤਰ੍ਹਾਂ ਦਾ ਹੋ ਜਾਂਦਾ ਜਿਗਾ ਕਿ ਦੇਖੋ ਘਰ ਵੀ ਸੰਭਾਲਣਾ 12ਵੀਂ ਜਾਣਾ ਹੁਣ ਤਾਂ ਸਾਰੀ ਜ਼ਿੰਮੇਵਾਰੀ ਸਿਰ ਤੇ ਆ ਘਰ ਆ ਕੇ ਘਰ ਦਾ ਵੀ ਵੇਖਣਾ ਹੁੰਦਾ ਹੈ ਨਾ ਤੇ ਮੇੜਨੇ ਤਾਂ ਆਪਣਾ ਉਹ ਹੀ ਕਰ-ਕਰ ਜਾਣਾ ਜੋ ਵੀ ਉਸ ਤੋਂ ਬਾਅਦ ਫਿਰ ਸਾਰਾ ਆਪਣੇ ਆਪ ਹੀ ਵੇਖਣਾ ਹੁੰਦਾ ਉਹ ਕਈ ਵਾਰਾ ਕੁਝ ਘਰ ਚ ਵੀ ਰੁੱਝ ਜਾਈਦਾ ਸੀਗਾ ਫਿਰ ਕਈ ਵਾਰਾਂ ਇਹ ਚੱਕਰ ਸੀਗਾ ਹੋਰ ਤਾਂ ਨਹੀਂ ਨਹੀਂ ਕੁਝ ਨਹੀਂ ਸੀਗਾ ਹੈਗਾ ਵੀ ਮੈਂ ਅੱਗੇ ਪਛੜ ਰਹੀ ਹਾਂ ਮੈਨੂੰ ਪਤਾ ਥੋੜਾ ਟਾਈਮ ਬਹੁਤ ਕੀਮਤੀ ਹਾਂ ਟਾਈਮ ਥੋੜਾ ਜਨਾ ਬਹੁਤ ਹੀ ਬਹੁਤ ਹੀ ਸ਼ੁਕਰੀਆ ਥੈਂਕ ਯੂ ਸੋ ਮੱਚ ਹੈ ਨਾ ਸੋ ਇਹ ਸੀ ਜੀ ਸਤਵੰਤ ਕੌਰ ਜੀ ਮੈਂ ਨਾ ਤਾਂ ਗੱਲ ਕਰਕੇ ਜਿਵੇਂ ਮੈਂ ਹਰ ਵਾਰੀ ਕਹਿੰਨੀ ਹੂ ਨਹੀਂ ਬੜਾ ਚੰਗਾ ਲੱਗਿਆ ਅਸੀਂ ਆਪਣੇ ਆਪਣੇ ਵਿਚਾਰ ਦੱਸੇ ਉਹਨਾਂ ਵਿਚਾਰਾਂ ਨਾਲ ਤੁਸੀਂ ਕੁਝ ਤੋਂ ਨੂੰ ਚੰਗੇ ਵੀ ਲੱਗ ਸਕਦੇ ਆ ਬੁਰੇ ਵੀ ਲੱਗ ਸਕਦੇ ਆ ਕੁਝ ਨਾਲ ਤੁਸੀਂ ਸਹਿਮਤ ਹੋ ਸਕਦੇ ਹੋ ਕੁਝ ਨਾਲ ਨਹੀਂ ਤਾਂ ਜਦੋਂ ਗੱਲ ਕਰੀਏ ਤਾਂ ਫਿਰ ਗੱਲਾਂ ਚੋਂ ਗੱਲ ਨਿਕਲ ਆਉਂਦੀ ਹੈ ਕਈ ਵਾਰੀ ਇਹੋ ਜਿਹੇ ਵਿਚਾਰ ਵੀ ਇੱਕ ਦੂਜੇ ਨਾਲ ਸਾਂਝੇ ਹੋ ਜਾਂਦੇ ਆ ਸੋ ਕੋਈ ਤੁਹਾਨੂੰ ਠੀਕ ਲੱਗੇ ਨਾ ਜੇ ਨਹੀਂ ਲੱਗਦਾ ਤਾਂ ਪਲੀਜ਼ ਉਹਦੇ ਲਈ ਸੌਰੀ ਆ ਤੁਸੀਂ ਖੁਸ਼ ਰਹੋ ਆਬਾਦ ਰਹੋ ਸਤਿ ਸ਼੍ਰੀ ਅਕਾਲ ਜੀ